ਸ਼ੁਕਰ ਚਿਹਨ ਅਰ ਬਰਨ ਜਾਸ ਅਰ ਪਾਸ ਨਿਹਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿਕ ਹੀ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਿਣਜੈ ਤਿਰ ਪਵਨ ਮਿਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਕਿਰਨ ਕਹਿਤ ਪੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਸਚ ਕਿਰਪਾਨ ਖੰਡੋ ਖੜਗ ਤੁਬਕ ਚਬਰ ਅਰਤੀ ਸੈਫ ਸਰੋਹੀ ਸਹਸੀ ਯਹ ਹਮਾਰੇ ਪੀ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਰੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀਰ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਰਹਿ ਲਿਹੋ ਉਭਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥੇ ਤੁਮਹਿ ਕਰੋ ਸਹਾਇ ਮੂਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਦਲ ਖੈ ਬਦਰੋ ਸੁਨੈ ਜਉ ਕਾਲ ਕਿਰਪਾ ਕਰਾਏ ਕਹਾਂ ਬੁਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ
ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀਓ, ਤੈ ਪ੍ਰਸਾਦ ਲਗ ਨਿਰਾਜ ਛੰਦ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਬੇ ਹਰੀ, ਤੈ ਪ੍ਰਸਾਦ ਲਗ ਨਿਰਾਜ ਛੰਦ, ਜਲੇ ਹਰੀ ਥਲੇ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬਾਣੀ ਮਹਾਨ ਸੁੰਦਰ ਜੀਵਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਦੇ ਨਾਲ ਕੁਝ ਸਮਾਂ ਬਾਣੀ ਦਾ ਜਾਪ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ। ਆਪ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਸੀ। ਕੀਰਤਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਦੇ ਹਾਂ, ਜੋ ਆਪ ਜੀ ਨੇ ਸਿੰਘਾਂ ਦੇ ਬੇਨਤੀ ਕਰਨ ਤੋਂ ਆਪਣੇ ਮੁਖਾਰਬਿੰਦ ਤੋਂ ਜਿਹਦੇ ਵਿੱਚ ਵਾਹਿਗੁਰੂ ਦੀ ਸਰਵ ਰੂਪ ਦੇ ਵਿੱਚ ਭਰਪੂਰ ਮਹਿਮਾ ਵਡਿਆਈ ਹੈ, ਜਿਸਦਾ ਦਸ ਗ੍ਰੰਥੀ ਵਿੱਚ ਜਿਹੜਾ ਸਿਰਲੇਖ ਹੈ ਅਕਾਲ ਸਥਿਤ ਕਰਕੇ ਲਿਖਿਆ ਗਿਆ ਹੈ, ਉਹ ਆਪਾਂ ਵਿਚਾਰ ਰੂਪ ਵਿੱਚ ਪ੍ਰਾਰੰਭ ਕੀਤੀ ਹੋਈ ਹੈ। ਇਸੇ ਤਰ੍ਹਾਂ ਉਸ ਅਕਾਲ ਸਥਿਤ ਬਾਣੀ ਦੀਆਂ 50 ਪੌੜੀਆਂ ਆਪਾਂ ਪੂਰੀਆਂ ਕਰ ਲਈਆਂ ਹਨ। ਅੱਗੇ 51 ਪੌੜੀ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਇਹ ਜਿਹੜੀ 51 ਪੌੜੀ ਹੈ ਤੇ ਇਸ ਤੋਂ ਅਗਲੀਆਂ ਪੌੜੀਆਂ ਹਨ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਗ ਨਿਰਾਜ ਛੰਦ ਵਿੱਚ ਉਚਾਰਨ ਕੀਤੀਆਂ ਹਨ, ਇਸ ਕਰਕੇ ਉੱਪਰ ਹੈਡਿੰਗ ਸਿਰਲੇਖ ਦਿੱਤਾ ਤੈ ਪ੍ਰਸਾਦ ਲਗ ਨਿਰਾਜ ਛੰਦ। ਤੇਰੀ ਕਿਰਪਾ ਨਾਲ ਜਿਹੜਾ ਲਗ ਨਿਰਾਜ ਨਾਮੀ ਛੰਦ ਹੈ ਉਹਦੇ ਵਿੱਚ ਅਸੀਂ ਮਾਰਾ ਬਾਣੀ ਉਚਾਰਨ ਕਰ ਰਹੇ ਹਾਂ। ਉਹ ਇਸ ਨੂੰ ਸੁਧੀ ਛੰਦ ਵੀ ਕਹਿ ਦਿੰਦੇ ਹੈ, ਹੋਹਾ ਛੰਦ ਵੀ ਕਹਿ ਦਿੰਦੇ ਹਨ। ਤੇ ਮੁੱਖ ਰੂਪ ਵਿੱਚ ਮਹਾਰਾਜ ਨੇ ਜਾਪ ਸਾਹਿਬ ਵਿੱਚ ਨਰਾਜ ਛੰਦ ਹੀ ਲਿਖਿਆ, ਇੱਥੇ ਲਗ ਨਰਾਜ ਕਹਿ ਦਿੱਤਾ ਹੈ, ਥੋੜ੍ਹਾ ਜਿਹਾ ਉਹਦੇ ਨਾਲ ਭੇਦ ਹੈ। ਜਿਵੇਂ ਵੀ ਵਾਹਿਗੁਰੂ ਨੂੰ ਸਰਵ ਰੂਪ ਦੇ ਵਿੱਚ ਆਪ ਜੀ ਬਿਆਨ ਕਰ ਰਹੇ ਹਨ, ਉਹ ਆਪਾਂ ਸੰਗਤ ਰੂਪ ਜੁੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ
ਮੰਦੀ ਕਬਰਤਾ ਨਾਲ ਸੁਣੀਏ ਜੀ। ਜਲੇ ਹਰੀ ਸਿੰਘਾਂ ਨੂੰ ਦੱਸ ਰਹੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਹੈ ਖਾਲਸਾ ਪੰਥ ਜੀ, ਜਿਵੇਂ ਗੁਰਬਾਣੀ ਵਿੱਚ ਲਿਖਿਆ ਜਲ ਤਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਣਖ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਇਸ ਤਰ੍ਹਾਂ ਜੈ ਜੈ ਪੇਖੋ ਤੈ ਹਜੂਰ ਜੂਰ ਕਸਰੋਂ ਜਾਈ ਰਵ ਰਿਹਾ ਸਰਬਤਰ ਮੈਂ ਮਨਸ ਰਾਜ ਤਿਆਈ। ਉਸੇ ਸਿਧਾਂਤ ਅਨੁਸਾਰ ਹੀ ਮਹਾਰਾਜ ਥੋੜ੍ਹਾ ਜਿਹਾ ਖੋਲ ਕੇ ਕਹਿੰਦੇ ਕਿ ਜਲੇ ਹਰੀ, ਉਹ ਜੋ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ ਉਹ ਭਾਈ ਜਲ ਰੂਪ ਵੀ ਹੈ। ਫਿਰ ਜਲ ਰੂਪ ਹੁੰਦਾ ਜਲ ਦਾ ਉਹ ਆਸਰਾ ਰੂਪ ਵੀ ਹੈ ਤੇ ਜਲ ਦੇ ਵਿੱਚ ਵਿਆਪਿਆ ਜਲ ਵਿੱਚ ਮਿਲਿਆ ਹੋਇਆ ਵੀ ਹੈ ਤੇ ਜਲ ਦਾ ਪ੍ਰਕਾਸ਼ਕ ਵੀ ਹੈ। ਜਲ ਉਹਨੇ ਬਣਾਇਆ ਹੈ, ਆਪੇ ਨਹੀਂ ਜਲ ਬਣਿਆ ਹੈ। ਜਾਣੀ ਜਲ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਆਪ ਹੈ ਤੇ ਜਲ ਰੂਪ ਵੀ ਆਪ ਹੈ। ਫਿਰ ਉਸ ਜਲ ਦਾ ਜਿਹੜਾ ਸਹਾਰਾ ਹੈ ਉਹ ਵੀ ਆਪ ਹੈ। ਇਸ ਤਰ੍ਹਾਂ ਇਸ ਸੰਪਰਦਾ ਵਿੱਚ ਜਿੰਨੇ ਵੀ ਇਹ ਪਲ ਅੱਗੇ ਆ ਰਹੇ ਉਹਨਾਂ ਦਾ ਇਹੋ ਅਰਥ ਕਰ ਰਹੇ ਵੀ ਜਲ ਦਾ ਪ੍ਰਕਾਸ਼, ਜਲ ਨੂੰ ਬਣਾਉਣ ਵਾਲਾ ਪੈਦਾ ਕਰਨ ਵਾਲਾ ਪਰਮੇਸ਼ਰ ਆਪ ਹੈ, ਹਰੀ ਹੀ ਹੈ, ਜਲ ਰੂਪ ਵੀ ਆਪ ਹੈ ਤੇ ਜਲ ਦਾ ਸਹਾਰਾ ਰੂਪ ਵੀ ਹੈ ਤੇ ਜਲ ਵਿੱਚੋਂ ਮਿਲਿਆ ਹੋਇਆ ਵਿਆਪਿਆ ਹੋਇਆ ਵੀ ਉਹੀ ਹੈ। ਉਹਨੂੰ ਜਲ ਵਿੱਚ ਨਾ ਮਿਲਿਆ ਹੋਵੇ ਪਰਮੇਸ਼ਰ, ਅੱਜ ਤੋਂ ਅਸੀਂ ਜਲ ਛਕਦੇ ਹਾਂ ਸਾਡੀ ਤੇਹ ਹੋ ਜਾਂਦੀ ਹੈ, ਸਾਨੂੰ ਸ਼ਾਂਤੀ ਹਾਸਲ ਹੋ ਜਾਂਦੀ ਹੈ ਪਾਣੀ ਪੀਣ ਨਾਲ ਹੀ। ਵੇਖ ਲਓ ਪਾਣੀ ਤੋਂ ਬਗੈਰ ਅਸੀਂ ਕਿੰਨੇ ਵਿਆਕੁਲ ਹੁੰਦੇ ਹਾਂ। ਅਤੇ ਇਸੇ ਤਰ੍ਹਾਂ ਬਾਹਰ ਵੀ ਜਦੋਂ ਅਸੀਂ ਜਲ ਦੀ ਵਰਤੋਂ ਕਰਦੇ ਹਾਂ, ਜਲ ਮਿਲਿਆ ਪਰਮੇਸ਼ਰ ਮਿਲਿਆ ਕਹਿੰਦੇ ਹਾਂ। ਤਨਕੀ ਗਈ ਬੁਲਾਏ ਮਨ ਦੀ ਸ਼ੁੱਧੀ, ਤਨ ਦੀ ਸ਼ੁੱਧੀ ਹੋ ਜਾਂਦੀ ਹੈ। ਇਸ ਤਰ੍ਹਾਂ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ, ਮੂਲ ਪ੍ਰੀਤੀ ਕੱਪੜ ਹੋਏ ਦੇਹ ਸਾਬੂਣ ਲਈ ਹੈ ਉਸ ਹੋਏ। ਜੇ ਜਲ ਵਿੱਚ ਹੈਗਾ ਤਾਂ ਹੀ ਇਹ ਮਿਲ ਲਾਉਂਦਾ ਹੈ। ਇਸ ਕਰਕੇ ਜਿਵੇਂ ਬਾਹਰ ਨਾਮ ਦੁਆਰਾ ਅੰਦਰਲੀ ਮਨ ਦੀ ਮੈਲ ਨੂੰ ਲਾਉਂਦਾ ਪਰਮੇਸ਼ਰ, ਮੈਂ ਬਾਹਰ ਜਲ ਰੂਪ ਕਰਕੇ ਸਰੀਰ ਦੀ ਵੀ ਸ਼ੁੱਧੀ ਕਰੀ ਜਾਂਦਾ। ਜੋ ਜਲ ਵਿੱਚ ਮਿਲਿਆ ਹੈ, ਜਲ ਵਿੱਚ ਜਲ ਦਾ ਸਹਾਰਾ ਵੀ ਹੈ, ਉਹਦੇ ਸਹਾਰੇ ਆ ਸੰਸਾਰ ਦੇ ਵਿੱਚ ਜਲ ਟਿਕ ਰਿਹਾ, ਨਹੀਂ ਤਾਂ ਹੇਠਾਂ ਪਾਣੀ ਪਾਣੀ ਹੈ, ਉੱਪਰ ਧਰਤੀ ਹੈ। ਇਸ ਤਰ੍ਹਾਂ ਹੀ ਉਹਦੇ ਹੇਠਾਂ ਜਿਹੜਾ ਕੋਈ ਸਹਾਰਾ ਤਾਂ ਕੋਈ ਹੈਗਾ ਹੀ ਹੈ ਨਾ ਉਸਦਾ, ਇਸ ਕਰਕੇ ਉਹ ਪਾਣੀ ਟਿਕਿਆ ਹੋਇਆ। ਅਸੀਂ ਵੀ ਜੇ ਹੁਣ ਪਾਣੀ ਕੋਈ ਉੱਚੇ ਥਾਂ ਤੇ ਟਿਕਾਉਣਾ ਹੋ ਤੇ ਬੰਨਾ ਜਾ ਲਾਉਣਾ ਪਊ, ਨਹੀਂ ਤਾਂ ਥੱਲੇ ਨੂੰ ਆਊਗਾ ਤੇ ਪਾਣੀ ਤਾਂ ਪਹਿਲਾਂ ਹੀ ਥੱਲੇ ਹੈ। ਉਹ ਥੱਲੇ ਜਿਹੜਾ ਪਾਣੀ ਹੁਣ ਉਹ ਕਿਹਦੇ ਆਸਰੇ ਟਿਕਿਆ ਹੈ, ਉਹਦਾ ਆਸਰਾ ਰੂਪ ਪਰਮੇਸ਼ਰ ਹੈ। ਇਸ ਕਰਕੇ ਉਹਦੀ
ਦਰਿਆ ਵਿੱਚ ਉਹਦੇ ਸਹਾਰੇ ਉਹ ਪਾਣੀ ਟਿਕਿਆ ਹੋਇਆ ਜਿੱਥੇ ਉਹਨੇ ਟਿਕਾਇਆ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਖਾਲਸਾ ਜੀ, ਉਹ ਜੋ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਜਲ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ, ਤੇ ਜਲ ਰੂਪ ਵੀ ਉਹੀ ਹੈ, ਜਲ ਦਾ ਸਹਾਰਾ ਰੂਪ ਵੀ ਹੈ, ਜਲ ਦੇ ਕਣ ਕਣ ਵਿੱਚ ਮਿਲਿਆ ਵੀ ਉਹੀ ਹੈ। ਥੱਲੇ ਹਰੀ ਹਰੇ ਉਹ ਹਰੇ ਭਰੇ ਕਰਨ ਵਾਲਾ ਜਿਹੜਾ ਅਕਾਲ ਪੁਰਖ ਹੈ, ਜਿਹੜਾ ਮਾਰੂ ਛਲ ਹੈ, ਉਹਨੂੰ ਵੀ ਬਣਾਉਣ ਵਾਲਾ ਹੈ, ਤੇ ਮਾਰੂ ਛਲ ਦੇ ਵਿੱਚ ਮਿਲਿਆ ਹੋਇਆ ਵੀ ਹੈ, ਤੇ ਮਾਰੂ ਛਲ ਦਾ ਆਸਰਾ ਵੀ ਹੈ, ਤੇ ਮਾਰੂ ਛਲ ਰੂਪ ਵੀ ਆਪ ਹੀ ਹੈ, ਰੇਤਾ ਰੂਪ ਵੀ ਆਪ ਹੈ, ਰੇਤੇ ਦਾ ਸਹਾਰਾ ਵੀ ਆਪ ਹੈ, ਰੇਤੇ ਨੂੰ ਪੈਦਾ ਕਰਨ ਵਾਲਾ ਵੀ ਆਪ ਹੀ ਹੈ। ਇਹ ਜਾਣੀ ਸੁਧ ਰੂਪ ਦੇ ਵਿੱਚ ਅਰਥ ਹੈ, ਅੰਤਰੀਵ ਰੂਪ ਦੇ ਵਿੱਚ ਥੋੜਾ ਜਿਹਾ ਉਹ ਵੀ ਕਰਨ ਜਲ ਜਲੇ ਹਰੀ ਵੀ ਜਲਵਤ ਜਿਹੜੇ ਸ਼ੁੱਧ ਪ੍ਰੇਮੀ ਪਿਆਰੇ ਵਾਹਿਗੁਰੂ, ਜਿਵੇਂ ਜਲ ਸ਼ੁੱਧ ਹੁੰਦਾ ਹੈ, ਇਸ ਤਰ੍ਹਾਂ ਜਿਹੜੇ ਸ਼ੁੱਧ ਹਿਰਦੇ ਵਾਲੇ ਪੁਰਸ਼ ਹੈ ਉਹ ਪ੍ਰੇਮੀ ਹੀ ਹੁੰਦੇ ਹੈ। ਸ਼ੁੱਧ ਹਿਰਦੇ ਵਾਲੇ ਦੂਜਿਆਂ ਨੇ ਕੀ ਨਾਸਤਕਾਂ ਨੇ ਹੋਣਾ ਸ਼ੁੱਧ ਹਿਰਦੇ ਵਾਲੇ। ਇਸ ਕਰਕੇ ਜਿਹੜੇ ਜਲਵਾਦ ਸ਼ੁੱਧ ਪ੍ਰੇਮੀ ਹਨ ਉਹਨਾਂ ਵਿੱਚ ਵੀ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਸਾਖਿਆਤਕਾਰ ਰੂਪ ਦੇ ਵਿੱਚ ਪ੍ਰਗਟ ਪ੍ਰਤੱਖ ਹੈ, ਤੇ ਥਲ ਵਾਂਗ ਮਾਰੂ ਥਲ ਵਾਂਗ ਚਿੱਟ ਵਿਆਹ ਵਾਂਗ ਜਿਹੜੇ ਕੋਈ ਨਾਸਤਿਕ ਲੋਕ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਰੂਪੀ ਜਲ ਹੈ ਨਹੀਂ ਹੈ, ਨਾਸਤਿਕ ਰੂਪੀ ਖੁਸ਼ਕੀ ਹੈ, ਉਹਨਾਂ ਨਾਸਤਿਕਾਂ ਅੰਦਰ ਇਸ ਤਰ੍ਹਾਂ ਖੁਸ਼ ਸੁਭਾਅ ਵਾਲਿਆਂ ਅੰਦਰ ਵੀ ਉਹ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੀ ਹੈ। ਉਰਾ ਹਰੀ ਉਰਾ ਦਲਾਵਾਂ ਨਾਲ ਇੱਥੇ ਪਹਿਲਾਂ ਦਾ ਨਾਂ ਸੀ ਸੂਬਦਾ ਦਲਾਵਾਂ, ਮੇਰੇ ਕੋਲ ਤਾਂ ਉਰੇ ਹਰੀ ਹੈ, ਉਰੇ ਨਾ ਹਿਰਦੇ ਦਾ ਹੁੰਦਾ ਹੈ, ਹਿਰਦੇ ਵਿੱਚ ਹਾਂਜੀ ਉਰੇ ਹਰੀ, ਉਹ ਜਿਹੜਾ ਹਿਰਦਾ ਹੈ ਉਹਦੇ ਵਿੱਚ ਵੀ ਹਰੀ ਹੈ, ਤੇ ਹਿਰਦਾ ਰੂਪ ਵੀ ਪਰਮੇਸ਼ਰ ਆਪ ਹੀ ਹੈ, ਹਿਰਦੇ ਦਾ ਸਰਗਾਰਾ ਵੀ ਵਾਹਿਗੁਰੂ ਆਪ ਹੀ ਹੈ, ਤੇ ਹਿਰਦੇ ਦਾ ਪ੍ਰਕਾਸ਼ ਵੀ ਹਿਰਦੇ ਨੂੰ ਬਣਾਉਣ ਵਾਲਾ ਵੀ ਉਹ ਆਪ ਹੀ ਹੈ। ਇਸ ਤਰ੍ਹਾਂ ਸਾਰਿਆਂ ਦਾ ਹਿਰਦਾ ਰੂਪ ਵੀ ਪਰਮੇਸ਼ਰ ਹੈ, ਸਾਰਿਆਂ ਹਿਰਦਿਆਂ ਦੇ ਸਹਾਰਾ ਵੀ ਵਾਹਿਗੁਰੂ ਹੈ, ਸਾਰਿਆਂ ਦੇ ਹਿਰਦਿਆਂ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਵੀ ਉਹ ਮਿਲਿਆ ਹੋਇਆ ਹਰੀ ਹੀ ਹੈ, ਪਰਮੇਸ਼ਰ ਹੀ ਹੈ। ਬਣੇ ਹਰੀ ਹਾਂਜੀ ਬਣੇ ਹਰੀ, ਹਾਂ ਬਣੇ ਹਰੀ, ਜੰਗਲਾਂ ਵਿੱਚ ਵੀ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ। ਇਸ ਤਰ੍ਹਾਂ ਸੰਸਾਰ ਰੂਪ ਜਿਹੜਾ ਜੰਗਲ ਹੈ ਉਹਦੇ ਵਿੱਚ ਵੀ ਹਰੀ ਹੈ, ਇਹ ਉਹਨੂੰ ਬਣਾਉਣ ਵਾਲਾ ਵੀ ਇਹ ਸੰਸਾਰ ਰੂਪ ਜੰਗਲ ਨੂੰ ਪਰਮੇਸ਼ਰ ਹੈ, ਇਹ ਸੰਸਾਰ ਰੂਪ ਜੰਗਲ ਦਾ ਸਹਾਰਾ ਆਸਰਾ ਵੀ ਪਰਮੇਸ਼ਰ ਉਹਦੇ ਆਸਰੇ ਖੜੋਤਾ ਹੈ, ਤੇ ਇਹਦੇ ਵਿੱਚ ਉਹ ਮਿਲਿਆ ਹੋਇਆ ਵੀ ਹੈ ਕਲਪਤ ਰੂਪ ਕਰਕੇ,
ਇਸ ਤਰ੍ਹਾਂ ਇਸ ਵਿੱਚ ਮਿਲਿਆ ਹੋਇਆ ਵੀ ਹੈ। ਗਿਰੇ ਹਰੀ, ਗਿਰੇ ਨਾਲ ਪਹਾੜਾਂ ਦਾ ਹੁੰਦਾ, ਪਹਾੜਾਂ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਹੈ ਤੇ ਪਹਾੜਾਂ ਪਹਾੜ ਰੂਪ ਵੀ ਵਾਹਿਗੁਰੂ ਹੈ ਤੇ ਪਹਾੜਾਂ ਦਾ ਆਸਰਾ ਵੀ ਉਹ ਵਾਹਿਗੁਰੂ ਹੈ। ਪਹਾੜਾਂ ਵਿੱਚ ਮਿਲਿਆ ਹੋਇਆ ਵੀ ਪਰਮੇਸ਼ਰ ਹੀ ਹੈ। ਗੁਫੇ ਹਰੀ, ਪਹਾੜਾਂ ਦੇ ਵਿੱਚ ਜਿਹੜੀਆਂ ਗੁਫਾਵਾਂ ਹੁੰਦੀਆਂ ਹਨ, ਜਿਵੇਂ ਕੋਈ ਉਹ ਹੇਮਕੁੰਡ ਨੂੰ ਜਾਈਏ, ਦੋ ਪਹਾੜਾਂ ਦੇ ਵਿਚਕਾਰ ਜੀ ਜਿਹੜੀ ਜਗ੍ਹਾ ਜੀ ਹੁੰਦੀ ਹੈ ਉਹਨੂੰ ਗੁਫਾ ਕਹਿ ਦਿੰਦੇ, ਉਹਨੂੰ ਕੰਦਰਾ ਵੀ ਕਹਿ ਦਿੰਦੇ। ਇਸ ਤਰ੍ਹਾਂ ਪਹਾੜਾਂ ਦੇ ਵਿੱਚ ਜਿਹੜੀਆਂ ਕੰਦਰਾਵਾਂ ਹੋਈਆਂ, ਗੁਫਾਵਾਂ ਜਿਹੀਆਂ ਹਨ, ਕੋਤਦੀਵਾਵਾਂ ਜਿਹੀਆਂ ਹਨ, ਉਹ ਵੀ ਹਰੀ ਬਣਾਉਣ ਵਾਲਾ ਹੈ ਤੇ ਉਹ ਗੁਫਾਵਾਂ ਰੂਪੀ ਆਪ ਹੀ, ਉਹਨਾਂ ਗੁਫਾਵਾਂ ਦਾ ਸਹਾਰਾ ਵੀ ਆਪ ਹੈ। ਉਹਨਾਂ ਗੁਫਾਵਾਂ ਵਿੱਚ ਕੰਦਰਾਂ ਵਿੱਚ ਮਿਲਿਆ ਹੋਇਆ ਵੀ ਪਰਮੇਸ਼ਰ, ਵਿਆਪਿਆ ਹੋਇਆ ਵੀ ਪਰਮੇਸ਼ਰ ਹਰੀ ਹੀ ਹੈ। ਛਿੱਤੇ ਹਰੀ, ਧਰਤੀ ਨੂੰ ਬਣਾਉਣ ਵਾਲਾ ਵੀ, ਹਰੇ ਭਰੇ ਕਰਨ ਵਾਲਾ ਅਕਾਲ ਪੁਰਖ ਹੈ ਤੇ ਧਰਤੀ ਰੂਪ ਵੀ ਆਪ ਹੀ ਹੈ ਉਹ, ਸਾਰੇ ਧਰਤੀ ਦਾ ਆਸਰਾ ਰੂਪ ਵੀ ਆਪ ਹੀ ਹੈ। ਧਰਤੀ ਵਿੱਚ ਮਿਲਿਆ ਹੋਇਆ ਵੀ ਆਪ ਹੈ। ਨਵੇ ਹਰੀ, ਇਸ ਤਰ੍ਹਾਂ ਆਕਾਸ਼ਾਂ ਨੂੰ ਬਣਾਉਣ ਵਾਲਾ ਵੀ ਹਰੀ ਹੈ, ਜਿਹੜਾ ਘਟ ਆਕਾਸ਼ ਹੈ, ਮੇਘ ਆਕਾਸ਼ ਹੈ, ਮਸ਼ਾ ਆਕਾਸ਼ ਹੈ, ਮਹਾਕਾਸ਼ ਹੈ, ਇਹ ਸਾਰੇ ਆਕਾਸ਼ਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ ਤੇ ਇਹ ਜਿਹੜੇ ਆਕਾਸ਼ ਹਨ, ਘਟ ਆਕਾਸ਼, ਮਿਗ ਆਕਾਸ਼, ਮਠਾ ਆਕਾਸ਼, ਮਹਾਕਾਸ਼, ਇਹ ਵਾਹਿਗੁਰੂ ਹੀ ਹੈ। ਇਹਨਾਂ ਦਾ ਸਹਾਰਾ ਵੀ ਆਪ ਹੈ, ਇਹਨਾਂ ਵਿੱਚ ਮਿਲਿਆ ਹੋਇਆ ਵੀ ਉਹ ਵਾਹਿਗੁਰੂ ਹੈ। ਇਹਾ ਹਰੀ, ਇੱਥੇ ਇਸ ਲੋਕ ਵਿੱਚ ਵੀ ਵਾਹਿਗੁਰੂ ਹੈ ਕਿਉਂਕਿ ਉਸੇ ਨੇ ਬਣਾਇਆ ਇਹ ਲੋਕ, ਇਸ ਕਰਕੇ ਇੱਥੇ ਕਹਿੰਦੇ ਜਿਹੜਾ ਇਹ ਮਾਤ ਲੋਕ ਹੈ ਉਹ ਵੀ ਹਰੀ ਨੇ ਬਣਾਇਆ ਹੈ ਤੇ ਹਰੀ ਦੇ ਆਸਰੇ ਹੈ ਤੇ ਹਰੀ ਮਾਤ ਲੋਕ ਵਿੱਚ ਬਣ ਰਿਹਾ ਹੈ। ਇਸ ਤਰ੍ਹਾਂ ਦੇ ਵਿੱਚ ਮਿਲਿਆ ਹੋਇਆ ਵੀ ਇੱਥੇ ਉਹ ਪਰਮੇਸ਼ਰ ਹੀ ਹੈ। ਹਰੀ, ਉੱਥੇ ਜਿਹੜਾ ਪਰਲੋਕ ਹੈ ਉਹ ਵੀ ਹਰੀ ਨੇ ਬਣਾਇਆ ਹੈ ਤੇ ਉਹ ਪਰਲੋਕ ਰੂਪ ਵੀ ਵਾਹਿਗੁਰੂ ਆਪ ਹੀ ਬਣ ਰਿਹਾ ਹੈ ਤੇ ਉਹ ਪਰਲੋਕ ਦਾ ਜਿਹੜਾ ਸਹਾਰਾ ਉਹ ਵੀ ਆਪ ਹੀ ਹੋ ਰਿਹਾ ਤੇ ਪਰਲੋਕ ਵਿੱਚ ਮਿਲਿਆ ਹੋਇਆ ਵੀ ਉਹ ਪਰਮੇਸ਼ਰ ਹੈ। ਜਿਮੀ ਹਰੀ, ਕਹਿੰਦੇ ਸਿੱਧਾ ਧਰਤੀ ਰੂਪ ਵੀ ਵਾਹਿਗੁਰੂ ਹਰੀ ਹੈ, ਬੁੱਧੀ ਰੂਪੀ ਧਰਤੀ ਵੀ ਉਹ ਆਪ ਹੀ ਹੈ। ਜਮਾ ਹਰੀ, ਜਮਾ ਨਾ ਆਕਾਸ਼ ਹੈ, ਆਕਾਸ਼ ਰੂਪੀ ਆਕਾਰ ਹੈ, ਹਿਰਦਾ ਰੂਪੀ ਜਿਹੜਾ ਆਕਾਸ਼ ਹੈ, ਪੁਲਾੜ ਹੈ, ਉਹ ਵੀ ਹਰੀ ਹੈ। ਜਮਾ ਜਮਾਨਾ ਰੂਪੀ ਪਰਮੇਸ਼ਰ ਹੀ ਹੈ ਤੇ ਜਮਾਨਿਆਂ ਦਾ ਸਹਾਰਾ ਵੀ, ਇਹਨਾਂ ਜਮਾਨਿਆਂ ਨੂੰ ਬੁਲਾਉਣ ਵਾਲਾ, ਬਦਲਾਉਣ ਵਾਲਾ ਵੀ ਪਰਮੇਸ਼ਰ ਹੈ। ਅਲੇਖ ਹਰੀ, ਇਸ ਤਰ੍ਹਾਂ ਲੇਖਿਆਂ ਤੋਂ ਰਹਿਤ ਵੀ ਪਰਮੇਸ਼ਰ ਹੈ, ਇਸ ਕਰਕੇ ਲੇਖੇ ਤੋਂ ਰਹਿਤ
ਜੇ ਵੀ ਕੋਈ ਹੈ ਤਾਂ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ। ਲੇਖਿਆਂ ਤੋਂ ਰਹਿਤ ਕਰਨ ਵਾਲਾ ਵੀ ਇਹ ਜੀਵਾਂ ਨੂੰ ਵਾਹਿਗੁਰੂ ਹੀ ਹੈ। ਲੇਖਾ ਛੋੜ ਅਸ਼ਿਟ ਲੇਖਾ ਛੂਟੇ ਹੰਡਨ ਧਰਮ ਰਾਏ ਦਰਕਾਲ ਦੁਆਰੇ ਜਨ ਨਾਨਕ ਲੇਖਾ ਸਮਝਿਆ। ਉਹ ਆਪਣੇ ਪਿਆਰਿਆਂ ਦੁਆਰਾ ਸਿਫਾਰਸ਼ੀ ਕਰਾ ਕੇ ਸਭ ਕਿਤਾਬ ਜਲ ਛੁਡਾ ਦਿੰਦਾ, ਲੇਖੇ ਤੋਂ ਰਹਿਤ ਕਰ ਦਿੰਦਾ। ਜਿਵੇਂ ਜਲਣ ਜੜਨੇ ਆਪਣੀ ਘਰਵਾਲੀ ਨੂੰ ਭੇਜ ਕੇ ਸ਼ਾਹੂਕਾਰ ਨੂੰ ਸਾਹਿਬ ਕਿਤਾਬ ਜਿਹਾ ਹੋ ਰਿਹਾ ਸੀ ਤੇ ਕਹਿ ਦਿੱਤਾ ਵੀ ਭਗਤ ਜੀ ਨੇ ਕਿਹਾ ਵੀ ਇਹਦਾ ਲੇਖਾ ਲੁਖਾ ਸਾਹਿਬ ਕਿਤਾਬ ਜਿਹਾ ਨਹੀਂ ਕਰਨਾ ਹੈ, ਬਹੁਤ ਐਂ ਛੜ ਛੁੜ ਦੇਣਾ, ਬਸ ਉਸੇ ਵੇਲੇ ਲੇਖਾ ਹੋ ਗਿਆ। ਕਿਹੜਾ ਛੜਦਾ ਲੇਖਿਆ ਤੋਂ ਸਾਬਾ ਕਿਤਾਬਾਂ ਤੋਂ ਛੁਡਾਉਣ ਵਾਲਾ ਆਪ ਵੀ ਹੈ। ਸਾਬਾ ਕਿਤਾਬਾਂ ਲੇਖਿਆਂ ਤੋਂ ਰਹਿਤ ਜੇ ਕੋਈ ਹੈ ਪਰਮੇਸ਼ਰ ਹੀ ਹਰੇ ਭਰੇ ਕਰਨ ਵਾਲਾ ਹੀ ਹੈ। ਅਪੇਖ ਹਰੀ ਆ ਜਿਹੜੇ ਦਿਖਾਵੇ ਦੇ ਭੇਖ ਜੇ ਹਨ ਪਖੰਡ ਦੇ ਭੇਖ, ਇਹਨਾਂ ਤੋਂ ਰਹਿਤ ਜੇ ਕੋਈ ਹੈ ਪਰਮੇਸ਼ਰ ਹੀ ਹੈ ਹਰੇ ਭਰੇ ਕਰਨ ਵਾਲਾ ਹੀ ਹੈ। ਅਦੋਖ ਹਰੀ ਦੁੱਖਾਂ ਤੋਂ ਰਹਿਤ ਗੁਨਾ ਗੁਨਾਹਾਂ ਤੋਂ ਰਹਿਤ ਜੇ ਕੋਈ ਹੈ ਤਾਂ ਫਿਰ ਵਾਹਿਗੁਰੂ ਹੀ ਹੈ, ਨਾ ਦੁੱਖਾਂ ਗੁਨਾਹਾਂ ਤੋਂ। ਬਾਕੀ ਤਾਂ ਗੁਨਾਹਾਂ ਨਾਲ ਗੁਨਾਹ ਨਾਲ ਭਰੇ ਹੋਏ ਹਨ। ਇਹਨਾਂ ਦੁੱਖਾਂ ਨੂੰ ਮਨੁੱਖਾਂ ਤੋਂ ਗੁਰੂ ਦੀ ਚਰਨ ਸ਼ਰਨ ਪਾ ਕੇ ਇਸ ਤਰ੍ਹਾਂ ਨਾਮ ਬਾਣੀ ਦਾ ਅਭਿਆਸ ਕਰਾ ਕੇ ਦੁੱਖਾਂ ਤੋਂ ਰਹਿਤ ਕਰਨ ਵਾਲਾ ਗੁਨਾਹਾਂ ਤੋਂ ਰਹਿਤ ਕਰਨ ਵਾਲਾ ਵੀ ਪਰਮੇਸ਼ਰ ਹਰੀ ਹੀ ਹੈ। ਅਦਵੈਖ ਹਰੀ ਇਸ ਤਰ੍ਹਾਂ ਦਵੈਤ ਭਾਵ ਤੋਂ ਰਹਿਤ ਵੀ ਉਹ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ। ਜਿਹੜਾ ਇਹ ਜੀਵ ਹੈ ਦਵੈਤ ਭਾਵਨਾ ਵਿੱਚ ਫਸਿਆ ਹੋਇਆ, ਇਹਨੂੰ ਦਵੈਤ ਤੋਂ ਰਹਿਤ ਕਰਨ ਵਾਲਾ ਜੇ ਕੋਈ ਹੈ ਤਾਂ ਪਰਮੇਸ਼ਰ ਹੈ। ਉਹ ਗੁਰੂ ਦੁਆਰਾ ਆਪਣਾ ਜਿਹੜਾ ਸਚਿਤ ਆਨੰਦ ਸਰੂਪ ਉਹਨੂੰ ਲਿਖਵਾ ਕੇ ਜਿਣਾ ਦਿੰਦਾ ਵੀ ਬਹੁਤੇ ਨਹੀਂ ਮੈਂ ਹਾਂ, ਪੰਜ ਸੱਤ ਨਹੀਂ ਮੈਂ ਹਾਂ, ਮੈਂ ਇੱਕੋ ਇੱਕ ਹਾਂ। ਜੇ ਗੁਰੂ ਨਾਨਕ ਸਾਹਿਬ ਜੀ ਨੇ ਜਿਣਾਇਆ ਵੀ ਵਾਹਿਗੁਰੂ ਇੱਕ ਹੈ, ਹੁਣ ਦਵੈਤ ਤੋਂ ਰਹਿਤ ਅਦਵੈਤ ਰੂਪ ਵੀ ਇੱਕੋ ਇੱਕ ਪਰਮੇਸ਼ਰ ਵੀ ਉਹੀ ਹੈ। ਅਕਾਲ ਹਰੀ ਅਕਾਲ ਤੋਂ ਰਹਿਤ ਵੀ ਪਰਮੇਸ਼ਰ ਹੀ ਹੈ, ਵਿਸ਼ੇਸ਼ ਕਰਕੇ ਕਾਲ ਰੂਪ ਵੀ ਆਪ ਹੈ ਸਭ ਦਾ ਉਹੀ। ਅਪਾਲ ਹਰੀ ਪਾਲਣਾ ਤੋਂ ਰਹਿਤ ਵੀ ਹਰੀ ਹੈ, ਉਹਨੂੰ ਕਿਸੇ ਨੇ ਨਹੀਂ ਪਾਲਿਆ ਪੋਸਿਆ, ਬਾਕੀ ਸਾਨੂੰ ਕਿਸੇ ਨੇ ਕੋਈ ਦੇ ਪਾਲ ਮਰੁੱਧ ਦੇ ਕੇ ਚੰਗਾ ਕੇ ਮੂੰਹ ਚ ਬੁਰਕੀਆਂ ਗ੍ਰਹੀਆਂ ਪਾ ਕੇ ਇਉਂ ਸਾਨੂੰ ਪਾਲਿਆ ਪੋਸਿਆ। ਉਹ ਪਰਮੇਸ਼ਰ ਕਹਿੰਦੇ ਪਾਲਣਾ ਤੋਂ ਰਹਿਤ, ਵਿਸ਼ੇਸ਼ ਕਰਕੇ ਸਭ ਦੀ ਪਾਲਣਾ ਪੋਸਣਾ ਕਰਨ ਵਾਲਾ ਵੀ ਉਹ ਪਰਮੇਸ਼ਰ ਹੀ ਹਰੀ ਹੈ। ਅਛੇਦ ਹਰੀ ਅਛੇਦ ਕੱਟਣ ਤੋਂ ਰਹਿਤ ਜੇ ਕੋਈ ਹੈ ਜੋ ਪਰਮੇਸ਼ਰ ਹਰੇ ਭਰੇ ਕਰਨ ਵਾਲਾ ਹੀ ਹੈ। ਉਹ ਤੋਂ ਬਗੈਰ ਤਾਂ ਸਾਰੇ ਕਾਲ ਦੀ ਫਾਹੀ ਛੁਰੀ ਨਾਲ ਕੱਟੇ ਵੱਢੇ ਜਾਂਦੇ ਹੈ। ਇੱਥੇ ਵੀ ਸ਼ਸਤਰਾਂ ਨਾਲ ਸਾਨੂੰ ਕੋਈ ਕੱਟ ਵੱਢ ਦਿੰਦਾ ਹੈ। ਉਹ ਕੱਟਣ ਤੋਂ ਰਹਿਤ ਜਾਂ ਕੱਟਣ ਤੋਂ ਰਹਿਤ
ਕਰਨ ਵਾਲਾ ਵੀ ਪਰਮੇਸ਼ਰ ਹੀ ਹੈ। ਅਭੇਦ ਹਰੀ ਇਸੇ ਤਰ੍ਹਾਂ ਸਾਰੇ ਭੇਦਾਂ ਭਰਮਾਂ ਤੋਂ ਵੱਖਰੇਪਣਾਂ ਤੋਂ ਉਹ ਪਰਮੇਸ਼ਰ ਵਾਹਿਗੁਰੂ ਹੈ। ਬਾਕੀ ਤਾਂ ਭੇਦਾਂ ਵਿੱਚ ਭਰਮਾਂ ਵਿੱਚ ਵਹਿਮਾਂ ਵਿੱਚ ਪਏ ਹੋਏ ਹੈ, ਉਹ ਤੋਂ ਬਗੈਰ ਅਜੰਤਰ ਹਰੀ ਆ ਜਿਹੜੇ ਕੁਛ ਵੀ ਧਾਗੇ ਜੇ ਹੈ ਇਹਨਾਂ ਤੋਂ ਰਹਿਤ ਹੈ ਹਰੀ। ਦੁਨੀਆਂ ਦੇ ਲੋਕ ਤਵੀਤਾ ਗੇਜੇ ਕਰਦੇ ਫਿਰਦੇ ਹੈ, ਇਹਨਾਂ ਜੰਤਰਾਂ ਤਵੀਤਾ ਗਿਆ ਤੋਂ ਰਹਿਤ ਹੈ, ਉਹ ਨਹੀਂ ਕਰਦਾ ਇਹੋ ਜਿਹੇ ਤਵੀਤਾ ਗੇਜੇ। ਪਖੰਡੀ ਲੋਕ ਲੁੱਟੂ ਲੋਕ ਇਹ ਜੰਤਰ ਤਵੀਤਾ ਗੇਜੇ ਕਰਦੇ ਹੈ। ਚਾਰ ਕੁੰਗਣਾਂ ਦਾ ਕਾਗਜ਼ਾ ਹੁੰਦਾ ਹੈ, ਉਹਦੇ ਕੋਲ ਥੋੜੇ ਜਿਹੇ ਅੰਕ ਜਿਹੇ ਲਿਖ ਦਿੰਦੇ ਹੈ, ਮੂੰਹ ਚ ਬੁੜਬੁੜ ਜਿਹੇ ਕਰਕੇ ਮਾੜੀਆਂ ਜਿਹੀਆਂ ਫੂਕਾਂ ਜਿਹੀਆਂ ਮਾਰ ਦਿੰਦੇ ਹੈ, ਦੇ 50 ਦੇ ਦੇ, 100 ਦੇ ਦੇ, 1100। ਇਹ ਕਹਿੰਦੇ ਪੱਕਾ ਜੰਤਰ ਲੈਣਾ ਫਿਰ ਅਸੀਂ ਦੀਵਾਲੀ ਨੂੰ ਜਾਂ ਹੋਲੀ ਨੂੰ। ਰੇ ਇਸ ਤਰ੍ਹਾਂ ਵੀ ਹੋ ਫਿਰ ਉਹ ਕਹਿੰਦੇ ਵੀ ਹੁਣ ਤੂੰ ਜਿੱਥੇ ਮਰਜ਼ੀ ਫਰੀ ਹੈ ਤੈਨੂੰ ਪੱਕਾ ਹੀ ਤਵੀਤ ਕਰਤਾ, ਫਿਰ ਜਿਹਨੇ ਮਰਜ਼ੀ ਕੋ ਲੈ ਲਏ ਇਹਨਾਂ ਤੋਂ ਲਾਣੇ ਤੋਂ ਉਹ ਇਹ ਦੁਖੀ ਦੁਆਰ ਨਹੀਂ ਕਿਸੇ ਨੂੰ। ਇਹ ਚਾਰ ਅੰਗਣਾਂ ਦਾ ਜਿਹੜਾ ਕਾਗਜ਼ਾ ਆਉਂਦਾ ਉਹ ਸਭ ਇਹਦੇ 'ਤੇ ਭੁਲੇਖਾ ਹੈ ਨਾ, ਕਾਸ਼ ਕਰਕੇ ਮਾਂਜਿਆਂ ਨੂੰ ਇਹ ਸਭ ਕੁਛ ਤਵੀਤ 'ਤੇ ਕਹਿੰਦੇ ਬਾਹਰ ਦਿੰਦੀਆਂ ਹਨ। ਉਹ ਪਰਮੇਸ਼ਰ ਐਸਾ ਹੀ ਜੰਤਰ ਜੇ ਕਰਦਾ ਤਵੀਤਾ ਕੇ ਜੇ ਕਰਦਾ ਅਤੇ ਇਹਨਾਂ ਦੇ ਤਵੀਤਾ ਕਹਿੰਦੇ ਉਹ ਬਸ ਵੀ ਨਹੀਂ ਆਉਂਦਾ ਹੈ। ਰੱਬ ਤੇ ਕੋਈ ਤਵੀਤ ਕਰਦੇ ਉਹਦੇ ਵੀ ਲਓ ਵੀ ਸਾਡੇ ਬਸ ਹੋ ਜਾਊਗੀ, ਉਹ ਤਾਂ ਭਗਤੋਂ ਭਗਤਾਂ ਕਾ ਬਸ, ਪਰਮੇਸ਼ਰ ਤਾਂ ਆਪਣੇ ਪਿਆਰਿਆਂ ਭਗਤਾਂ ਦੇ ਤਾਂ ਬਸ ਹੈ ਅਤੇ ਭਗਤਾਂ ਨੂੰ ਉਹਦਾ ਬਲ ਹੈ, ਉਹ ਉਹਦੇ ਆਸਰੇ ਰਹਿੰਦੇ, ਉਹਦੇ 'ਤੇ ਨਹੀਂ ਕੋਈ ਜਣਾਉਂਦੇ। ਇਸ ਤਰ੍ਹਾਂ ਜਿਹੜੇ ਕੋਈ ਤਵੀਤ ਧਾਗੇ ਇਹਨਾਂ ਦੇ ਬਸ ਵਿੱਚ ਆਉਣ ਵਾਲਾ ਵੀ ਹਰੀ ਨਹੀਂ ਹੈ ਤੇ ਕਰਨ ਵਾਲਾ ਵੀ ਪਰਮੇਸ਼ਰ ਨਹੀਂ ਹੈ। ਮੰਤਰ ਹਰੀ ਆ ਜਿਵੇਂ ਕੋਈ ਮੰਤਰ ਮੁੰਤਰ ਜੇ ਪੜ੍ਹਦੇ ਹੁੰਦੇ ਹੈ ਨਾ, ਇਹਨਾਂ ਮੰਤਰਾਂ ਮੁੰਤਰਾਂ ਵੀ ਪੜ੍ਹਨ ਤੋਂ ਰਹਿਤ ਹੈ ਹਰੀ। ਉਹਨੇ ਕੋਈ ਮੰਤਰ ਮੁੰਤਰ ਜੇ ਪੜ੍ਹਦਾ ਜਿਵੇਂ ਅੱਜ ਯੋਗੀ ਕਹਿੰਦੇ ਅਸੀਂ ਮੰਤਰ ਪੜ੍ਹਦਿਆਂਗੇ ਲਹਿਰ ਲੈ ਜਾਊਗੀ, ਗਾਰੜੂ ਮੰਤਰ ਸਾਡੇ ਕੋਲ ਹੈਗਾ ਹੈ, ਸੱਪ ਦਾ ਡੰਗ ਤੁਸੀਂ ਮਰਾਓ ਜਦੋਂ ਚਿਹਰ ਚੜਨ ਲੱਗੂਗੀ ਉਦੋਂ ਅਸੀਂ ਉੱਪਰ ਮੰਤ ਪੜ੍ਹ ਦਿਆਂਗੇ, ਥੌਲਾ ਕਰ ਦਿਆਂਗੇ, ਬਸ ਚਿਹਰ ਲੈ ਜਾਊਗੀ। ਕਿਉਂ ਪਰਮੇਸ਼ਰ ਨੀ ਕੋਈ ਇਹੋ ਜਿਹੇ ਮੰਤਰ ਮੁੰਤਰ ਜੇ ਪੜ੍ਹਦਾ ਹਥੌਲੇ ਜੇ ਨਹੀਂ ਕਰਦਾ ਹੈ। ਇਸ ਤਰ੍ਹਾਂ ਉਹ ਮੰਤਰਾਂ ਤੋਂ ਰਹਿਤ ਹੈ ਹਰੀ। ਸੋ ਤੇਜ ਹਰੀ ਬੜੇ ਤੇਜ ਪ੍ਰਤਾਪ ਵਾਲਾ ਵੀ ਉਹ ਜੇ ਕੋਈ ਹੈ ਤਾਂ ਪਰਮੇਸ਼ਰ ਹੀ ਹੈ। ਅਤੰਤਰ ਹਰੀ ਇਸ ਤਰ੍ਹਾਂ ਜਿਹੜੇ ਕੋਈ ਇਹ ਤਿੰਨ ਚੀਜ਼ਾਂ ਜਿਹੀਆਂ ਲੈ ਕੇ ਟੂਣੇ ਟਾਮਣ ਜੇ ਕੀਤੇ ਜਾਂਦੇ ਹੈ, ਸਿੱਟਾਂ ਜਿਹੀਆਂ ਸਿੱਟੀਆਂ ਜਾਂਦੀਆਂ ਲੋਕਾਂ ਦੇ ਘਰਾਂ ਵਿੱਚ, ਇਹਨਾਂ ਤੋਂ ਰਹਿਤ ਹੈ ਪਰਮੇਸ਼ਰ। ਉਹ ਨਹੀਂ ਟੂਣੇ ਟਾਮਣ ਜੇ, ਉਹ ਨਹੀਂ ਸਿੱਟਾਂ ਜਿਹੀਆਂ ਕਿਤੇ ਸਿੱਟਦਾ ਫਿਰਦਾ ਹੈ। ਉਹ ਤਿੰਨਾਂ ਚੀਜ਼ਾਂ ਨੂੰ ਇਕੱਠੀਆਂ ਜਿਹੀਆਂ ਕਰਕੇ ਤੇ ਉਹਨੂੰ ਕਹਿੰਦੇ ਵੀ ਮੈਂ ਤੰਤਰ ਕਰ ਦਿੱਤਾ ਹੈ। ਉਹ ਇੱਕ ਤਾਂ ਉਹ ਬਾਣ ਦੀ ਸੁੱਗੀ ਜੀ ਲੈ ਲੈਂਦੇ ਹੈ ਅਤੇ ਉਹਦੇ 'ਤੇ ਉਹ ਮੰਤਰ ਜਿਹਾ ਪੜ੍ਹ ਦਿੰਦੇ ਹੁੰਦੇ ਹੈ, ਵਿੱਚ ਉਹਦੇ ਕੋਈ ਲੋਹਾ ਲੋਹਾ ਜਾਂ ਕੋਈ ਇਸ ਲੱਕੜ ਲੁੱਕੜ ਦੀ ਕਹਿੰਦੇ ਤੂੰ ਮੁੰਨੀ ਜੀ ਬਣਾ ਕੇ ਪਾ ਲਈ,
ਫਿਰ ਤਿੰਨ ਚੀਜ਼ਾਂ ਹੋ ਗਈਆਂ ਨਾ ਇਕੱਠੀਆਂ, ਮੰਤਰ ਪੜ੍ਹਤਾ, ਗਣਾਈਆਂ ਦੇ ਦੀਆਂ, ਫੁਕਾਈਆਂ ਮਾਸ ਦੀਆਂ, ਇਹ ਬਾਕੀ ਹੋਏ ਮੰਤਰ ਹੋ ਗਿਆ, ਇੱਕ ਉਸ ਬੀਜੀ ਹੋ ਗਈ ਬਾਣ ਦੀ, ਇੱਕ ਉਹਦੇ ਵਿੱਚ ਜਿਹੜਾ ਕੋਈ ਲੋਹੇ ਦਾ ਪਾਇਆ ਚੀਜ਼, ਤਿੰਨ ਹੋ ਗਈਆਂ ਨਾ ਉਹ, ਜੇ ਲੱਕੜ ਦੀ ਪਾ ਦੇ ਲੋਹੇ ਤਾਂ ਪਾ ਤਾ ਕੜਾ ਜਿਹਾ, ਉਹਨੂੰ ਕਹਿੰਦੇ ਲੈ ਵੀ ਤੈਨੂੰ ਤੰਤਰ ਕਰਤਾ, ਢੂਣਾ ਟਾਮਣ ਕਰਤਾ, ਪਾ ਦੇ ਇਹਨੂੰ ਤੂੰ ਗਾਂ ਮੱਝਦੇ, ਕੁਛ ਨਹੀਂ ਹੁੰਦਾ ਉਸਨੂੰ। ਇਸ ਤਰ੍ਹਾਂ ਕਹਿੰਦੇ ਆ ਜਿਹੜੇ ਤੰਤਰ ਜੇ ਹੈ ਨਾ, ਟੂਣੇ ਟਾਮਣ ਜੇ ਤੋ ਰਹਿ ਰਹਿ ਕਰਨ ਕਰਾਉਣ ਵਾਲਾ ਪਰਮੇਸ਼ਰ ਨਹੀਂ ਹੈ। ਅਜਾਤ ਹਰੀ, ਇਸੇ ਤਰ੍ਹਾਂ ਜਿਹੜਾ ਕੋਈ ਜਾਤ ਹੈ ਜਨਮ ਤੋਂ ਜਾਤਾਂ ਪਾਤਾਂ ਵਿੱਚ ਫਸਿਆ ਹੋਇਆ, ਹਰੀ ਨਹੀਂ ਹੈ ਜਨਮ ਤੋਂ, ਰਹਿਤ ਵੀ ਹਰੀ ਪਰਮੇਸ਼ਰ ਹੀ ਹੈ। ਅਪਾਤ ਹਰੀ, ਅਪਾਤ ਨਾ ਡਿੱਗਣ ਦਾ, ਮਰਨ ਦਾ ਹੁੰਦਾ, ਢੇਰੀ ਹੋਣ ਦਾ ਹੁੰਦਾ, ਢੇਰੀ ਹੋਣ ਤੋਂ ਮਨ ਤੋਂ ਰਹਿਤ ਵੀ ਜੇ ਕੋਈ ਹੈ ਤਾਂ ਪਰਮੇਸ਼ਰ ਹੀ ਹੈ। ਅਮਿੱਤਰ ਹਰੀ, ਇਸ ਤਰ੍ਹਾਂ ਜਿਹੜਾ ਵਾਹਿਗੁਰੂ ਹੈ ਉਹ ਵਿਸ਼ੇਸ਼ ਕਰਕੇ ਸਭ ਦਾ ਮਿੱਤਰ ਵੀ ਹੈ। ਹੁਣ ਜੋ ਕਿਸੇ ਦਾ ਜਿਹੜੇ ਕੋਈ ਦਿਖਾਵਾ ਪਖੰਡ ਜਿਹਾ ਕਰਦੇ ਉਹਨਾਂ ਦਾ ਕੋਈ ਮਿੱਤਰ ਮਿੱਤਰ ਨਹੀਂ ਹੈ, ਉਹ ਮਿੱਤਰਤਾ ਤੋਂ ਰਹਿਤ ਵੀ ਹੈ। ਕਰਮ ਫਲ ਪ੍ਰਦਾਤਾ ਜ਼ਰੂਰ ਹੈ ਉਹ ਪਰਮੇਸ਼ਰ। ਮਾਤ ਹਰੀ, ਇਸ ਤਰ੍ਹਾਂ ਮਾਤਾ ਤੋਂ ਰਹਿਤ ਹੈ, ਸਾਡੀ ਤਾਂ ਕੋਈ ਨਾ ਕੋਈ ਮਾਂ ਹੈਗੀ ਹੈ ਨਾ, ਪਿਓ ਵੀ ਹੈਗਾ। ਪਰਮੇਸ਼ਰ ਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ, ਨਾ ਤਿਸ ਬਾਪ ਨਾ ਮਾਏ ਕਿੰਤੂ ਜਾਇਆ, ਵੀ ਉਹ ਕਿਹਨੇ ਤੂੰ ਪੈਦਾ ਕੀਤਾ, ਤੇਰਾ ਤਾਂ ਕੋਈ ਨਾ ਨਾ ਮਾਂ ਹੈ ਨਾ ਪਿਓ, ਉਹ ਪਰੰਪਰ ਹੋਤਾ ਹੈ ਪਰਮੇਸ਼ਰ। ਇਸੇ ਕਰਕੇ ਉਹਦਾ ਨਾਮ ਮਹਾਰਾਜ ਨੇ ਆਚਾਰਜ ਹੈ, ਵਾਹਿਗੁਰੂ ਵਾਹ ਨਾ ਆਚਾਰਜ ਦਾ ਹੁੰਦਾ। ਉਹਦੇ ਸੰਬੰਧ ਵਿੱਚ ਕਹਿੰਦਾ ਕਹਿੰਦਾ ਮਨੁੱਖ ਆਚਾਰਜ ਹੋ ਜਾਂਦਾ, ਹੱਕਾ ਬੱਕਾ ਹੋ ਜਾਂਦਾ, ਵੀ ਧੰਨ ਧੰਨ ਜਾਂ ਵਾਹ ਵਾਹ ਕਹਿਣ ਲੱਗ ਪੈਂਦਾ ਹੈ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਹੋ ਭਾਈ ਉਹ ਜਿਹੜਾ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ ਉਹ ਮਾਤਾ ਤੋਂ ਰਹੇ ਤਾਂ ਮਾਤਾ ਰਾਹੀਂ ਉਹ ਪੈਦਾ ਹੋਇਆ ਨਹੀਂ ਹੈ। ਅਰੋਗ ਹਰੀ, ਫਿਰ ਮਨੁੱਖ ਨੂੰ ਸੌ ਸੌ ਰੋਗ ਲੱਗੇ ਤੇ ਉਹ ਰੋਗਾਂ ਤੋਂ ਰਹੇ ਤਾਂ ਹਰੀ, ਉਹਨੂੰ ਨਾ ਹੋਮੈ ਦਾ ਰੋਗ ਹੈ, ਨਾ ਚਿੰਤਾ ਦਾ ਰੋਗ ਹੈ, ਨਾ ਕੋਈ ਅਵਕਾਰ ਤਾਪ ਦਾ ਹੈ, ਨਾ ਹਾਰਟ ਅਟੈਕ ਦਾ ਕੋਈ ਖਤਰਾ ਹੈ, ਨਾ ਖੂਨ ਬਲੱਡ ਦਾ, ਨਾ ਕੋਈ ਸ਼ੂਗਰ ਦਾ। ਸਾਰਿਆਂ ਰੋਗਾਂ ਤੋਂ ਰਹਿਤ ਹੈ, ਰੋਗਾਂ ਤੋਂ ਰਹਿਤ ਕਰਨ ਵਾਲਾ ਮਨੁੱਖ ਨੂੰ ਵੀ ਪਰਮੇਸ਼ਰ ਹੀ ਹੈ। ਅਸ਼ੋਕ ਹਰੀ, ਤੇ ਸ਼ੋਕਾਂ ਗਮਾਂ ਤੋਂ ਰਹਿਤ ਵੀ ਪਰਮੇਸ਼ਰ ਹੀ ਹੈ। ਇਹ ਮਨੁੱਖ ਨੂੰ ਸ਼ੋਕਾਂ ਗਮਾਂ ਤੋਂ ਰਹਿਤ ਕਰਨ ਵਾਲਾ ਵੀ ਜੇ ਕੋਈ ਹੈ ਤਾਂ ਪਰਮੇਸ਼ਰ ਹੈ, ਬਾਕੀ ਤਾਂ ਸਭ ਦੁਨੀਆਂ ਦੇ ਲੋਕ ਕੋਈ ਨਾ ਕੋਈ ਕਹਿ ਸੁਣ ਕੇ ਗਮਾਂ ਸ਼ੋਕਾਂ ਵਿੱਚ ਇਹਨੂੰ ਪਾਉਣ ਵਾਲੇ ਹੈ, ਐ ਹੋਣ ਵਾਲਾ ਤੇਰੇ ਨਾਲ। ਇਸ ਕਰਕੇ ਉਹ ਸ਼ੋਕਾਂ ਗਮਾਂ ਤੋਂ ਰਹਿਤ ਕਰਨ ਵਾਲਾ ਵੀ ਹਰੀ ਹੈ, ਤੇ ਆਪ ਵੀ ਇਹ ਸ਼ੋਕਾਂ ਗਮਾਂ ਤੋਂ ਰਹਿਤ ਹੈ ਪਰਮੇਸ਼ਰ। ਭਰਮ ਹਰੀ, ਜਿਹੜੇ ਪੰਜ ਤਰ੍ਹਾਂ ਦੇ ਭਰਮ ਭੁਲੇ ਕੇ ਉਹਨਾਂ ਤੋਂ ਵੀ ਰਹਿਤ ਆਪ ਹੈ ਪਰਮੇਸ਼ਰ।
ਤੇ ਜਿਹੜਾ ਉਹਦੀ ਚਰਨ ਸ਼ਰਨ ਆਪ ਪੈਂਦਾ ਉਹਨਾਂ ਨੂੰ ਵੀ ਇਹ ਪਰਮਾਤ ਰਹਿਤ ਕਰਨ ਵਾਲਾ ਪਰਮੇਸ਼ਰ ਹੀ ਹਰੀ ਹੀ ਹੈ। ਅਕਰਮ ਹਰੀ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਕਰਮਾਂ ਦੇ ਫਲ ਹੈ ਇਹਨਾਂ ਤੋਂ ਭੋਗਣ ਤੋਂ ਵੀ ਰਹਿਤ ਹਰੀ ਪਰਮੇਸ਼ਰ ਹੀ ਹੈ। ਬਾਕੀ ਆਪੋ ਆਪਣੇ ਜਿੰਨੇ ਜ਼ਿੰਦਗੀ ਵਿੱਚ ਕੀਤੇ ਹੋਏ ਕਰਮ ਹੈ ਉਹਨਾਂ ਦਾ ਫਲ ਹੈ ਸਰੀਰ ਵਿੱਚ ਵੀ ਅਤੇ ਹੋਰ ਸਰੀਰਾਂ ਵਿੱਚ ਵੀ, ਹੋਰ ਜੂਨਾਂ ਵਿੱਚ ਵੀ ਜਾ ਕੇ ਭੋਗਦੇ ਨੇ, ਕਿਉਂਕਿ ਉਹ ਤੰਤਰਾਂ ਦੇ ਕਿਰਿਆ ਕਰਨ ਤੋਂ ਕਰਮ ਬਣ ਜਾਂਦੇ ਨੇ। ਜਦੋਂ ਕਿਰਿਆ ਕਰਮ ਕਰਦਾ ਹੈ, ਕਿਰਿਆ ਕੋਈ ਕਰਦਾ ਹੈ, ਉਹ ਜਦੋਂ ਪੂਰੀ ਹੋ ਜਾਂਦੀ ਉਹ ਕਰਮ ਹੋ ਜਾਂਦਾ, ਫਿਰ ਦੂਜੀ ਕਿਰਿਆ ਕਰਦਾ, ਫਿਰ ਦੂਜਾ ਕਰਮ ਹੋ ਜਾਂਦਾ, ਫਿਰ ਤੀਜੀ ਕਿਰਿਆ ਕਰਦਾ ਅਤੇ ਤੀਜਾ ਕਰਮ ਬਣ ਜਾਂਦਾ। ਉਹ ਜਦੋਂ ਇਕੱਠੇ ਹੋ ਜਾਂਦੇ ਫਿਰ ਉਹਨਾਂ ਦਾ ਨਾਂ ਸੰਚਿਤ ਕਰਮ ਪੈ ਜਾਂਦਾ। ਫਿਰ ਉਹਨਾਂ ਵਿੱਚੋਂ ਜਿਹੜਾ ਕੋਈ ਮਨੁੱਖ ਨੂੰ ਉਹਨਾਂ ਕਰਮਾਂ ਦਾ ਫਲ ਮਿਲਣਾ ਹੁੰਦਾ ਉਹਨੂੰ ਪ੍ਰਾਲਬਧ ਕਰਮ ਨਾਂ ਦੇ ਦਿੱਤਾ ਜਾਂਦਾ। ਇਸ ਤਰ੍ਹਾਂ ਜਿਹੜੇ ਕੋਈ ਕਿਰਿਆਮਾਨ ਕਰਮ ਹੈ ਜਾਂ ਸੰਚਿਤ ਕਰਮ ਹੈ ਜਾਂ ਪ੍ਰਾਰਬਧ ਕਰਮ ਇਹਨਾਂ ਤੋਂ ਰਹਿਤ ਹੈ, ਇਹਨਾਂ ਤੋਂ ਰਹਿਤ ਕਰਨ ਵਾਲਾ ਵੀ ਪਰਮੇਸ਼ਰ ਹੀ ਹੈ। ਅਜੈ ਹਰੀ ਫਿਰ ਅਜੈ ਅਜਿਤ ਰੂਪ ਹਰੀ ਹੈ, ਉਹ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਹੈ ਪਰਮੇਸ਼ਰ। ਅਪੈ ਹਰੀ ਸਾਰੇ ਭੈ ਡਰਾਂ ਤੋਂ ਵੀ ਉਹ ਰਹਿਤ ਹਰੀ ਹੈ। ਇਹ ਜੀਵ ਨੂੰ ਭਿਆ ਤੋਂ ਰਹਿਤ ਕਰਨ ਵਾਲਾ ਵੀ ਕੋਈ ਇੱਕ ਪਰਮੇਸ਼ਰ ਹੀ ਹੈ। ਭੇਦ ਹਰੀ ਫਿਰ ਸਾਰੇ ਭੇਦਾਂ ਪਰਮਾਤੋਂ ਵੀ ਰਹਿਤ ਹੈ। ਅਛੇਦ ਹਰੀ ਕੱਟਣੇ ਵੱਢਣੇ ਤੋਂ ਵੀ ਰਹਿਤ ਪਰਮੇਸ਼ਰ ਹਰੀ ਹੀ। ਅਖੰਡ ਹਰੀ ਉਹ ਜਿਹੜਾ ਹਰੀ ਉਹ ਟੁੱਟੇ ਟੁੱਟੇ ਨਹੀਂ ਹੁੰਦਾ ਹੈ। ਅਡੰਡ ਹਰੀ ਇਸ ਤਰ੍ਹਾਂ ਨੂੰ ਕੋਈ ਅਖੰਡ ਹਰੀ ਅਪੰਡ ਨਹੀਂ ਵੇਚੇਗਾ। ਭੰਡ ਹਰੀ ਛੱਡ ਗਏ ਫਿਰ ਤੂੰ ਇਸ ਤਰ੍ਹਾਂ ਕੋ ਭੰਡਣ ਤੋਂ ਰਹਿਤ ਹੈ ਪਰਮੇਸ਼ੁਰ ਦੀ ਕੋਈ ਬਦਨਾਮੀ ਨਹੀਂ ਕਰ ਸਕਦਾ, ਉਹਨੂੰ ਕੋਈ ਭੰਡ ਨਹੀਂ ਸਕਦਾ ਵੀ ਪਰਮੇਸ਼ੁਰ ਤੂੰ ਇਹੋ ਜਿਹਾ। ਆ ਭਾਵੇਂ ਆ ਜਿਹੜੇ ਇਹੋ ਜਿਹੇ ਲੋਕ ਜਿਹਨਾਂ ਦੀ ਜਵਾਨ ਗੰਦੀ ਉਹ ਬਥੇਰਾ ਭੰਡਦੇ ਹੈ ਰੱਬ ਨੂੰ, ਕਿੰਨੇ ਨੇ ਸਿਆਪੇ ਖੜੇ ਕੀਤੇ ਰੱਬ ਨੇ। ਪਰ ਉਹ ਜੇ ਕੋਈ ਕਹੀ ਜਾਵੇ ਮੈਂ ਹੁਣ ਵੀ ਰੱਬ ਨੂੰ ਬਦਨਾਮ ਕਰਤਾ ਸਾਰੀ ਦੁਨੀਆ ਵਿੱਚ, ਨਹੀਂ ਹੁੰਦਾ ਉਹ। ਲੋਕ ਕਹਿਣ ਵੀ ਹਾਂ ਵੀ ਰੱਬ ਮਾੜਾ ਹੈ, ਵੀ ਬਿਲਕੁਲ ਉਹਦੀ ਭੰਡੀ ਕਰਨੀ ਚਾਹੀਦੀ, ਬਦਨਾਮੀ ਕਰਨੀ ਚਾਹੀਦੀ ਹੈ ਪਰਮੇਸ਼ੁਰ ਦੀ, ਉਹਨੂੰ ਕੋਈ ਨਹੀਂ ਭੰਡ ਸਕਦਾ। ਇਸ ਤਰ੍ਹਾਂ ਕਹਿੰਦੇ ਉਹ ਭੰਡਣ ਤੋਂ ਰਹਿਤ ਹਰੀ ਹੈ, ਉਹਦੀ ਕੋਈ ਬਦਨਾਮੀ ਨਹੀਂ ਕਰਕੇ ਉਹਨੂੰ ਬਦਨਾਮ ਨਹੀਂ ਕਰ ਸਕਦਾ ਹੈ। ਡੰਡ ਹਰੀ ਫਿਰ ਬਾਕੀਆਂ ਨੂੰ ਡੰਡ ਮਿਲ ਜਾਂਦਾ ਕਰਮਾਂ ਅਨੁਸਾਰ। ਉਹ ਪਰਮੇਸ਼ੁਰ ਇਹਨਾਂ ਡੰਡਾਂ ਤੋਂ ਰਹਿਤ, ਉਹਨੂੰ ਕੋਈ ਸਜ਼ਾ ਨਹੀਂ ਦਿੰਦਾ ਇਹਨਾਂ ਡੰਡਾਂ ਸਜ਼ਾਵਾਂ ਤੋਂ, ਜਮਾਂ ਦੇ ਦੰਡ ਤੋਂ, ਪਿੱਤਰ ਡੰਡ ਤੋਂ, ਰਿਖੀ ਦੰਡ ਤੋਂ। ਜਿਹੜਾ ਕੋਈ ਰਿਖੀਆਂ ਮੁਨੀਆਂ ਨੇ ਉਹ ਦੰਡ ਕੀਤਾ ਹੈ ਉਹ ਦੰਡਾਂ ਤੋਂ ਰਹਿਤ, ਵੀ ਇਹਨਾਂ ਪਿੱਤਰ ਡੰਡਾਂ ਰਿਖੀ ਦੰਡਾਂ ਤੋਂ
ਰਹਿਤ ਕਰਨ ਵਾਲਾ ਪਰਮੇਸ਼ਰ ਹੀ ਹੈ। ਪ੍ਰਚੰਡ ਹਰੀ ਤੇਜ ਪ੍ਰਤਾਪ ਵਾਲਾ ਬਹੁਤ ਤਿੱਖਾ ਤਰਾਰਾ ਵੀ ਪਰਮੇਸ਼ਰ ਹੀ ਹੈ। ਇਹਨੂੰ ਤਿੱਖਾ ਤਰਾਰਾ ਬਣਾਉਣ ਵਾਲਾ ਵੀ ਪਰਮੇਸ਼ਰ ਹੀ ਹੈ, ਤੇਜ ਪ੍ਰਤਾਪ ਵਾਲਾ ਵੀ ਪਰਮੇਸ਼ਰ ਹੀ ਹੈ। ਅਤੇਵ ਹਰੀ ਇਸਰਾਸਾ ਕਰਕੇ ਇਹ ਨਿਸ਼ਚੇ ਕਰਕੇ ਅਤਿ ਵੱਡਾ ਵੀ ਸਭ ਤੋਂ ਵੱਡਾ ਮਹਾਨ ਵੀ ਪਰਮੇਸ਼ਰ ਹੀ ਹੈ। ਅਪੇਵ ਹਰੀ ਸਾਰੇ ਭੇਤਾਂ ਨੂੰ ਜਾਣਨ ਵਾਲਾ ਵੀ ਹਰੀ ਹੈ, ਵਿਸ਼ੇਸ਼ ਕਰਕੇ ਆਪ ਜਿਹੜਾ ਭੇਦ ਤੋਂ ਰਹਿਤ ਉਸਦੇ ਭੇਦ ਨੂੰ ਕੋਈ ਨੀ ਜਾਣ ਸਕਦਾ ਵੀ ਉਹ ਕਿਹਾ ਜਾ ਹੈ। ਅਜੇਵ ਹਰੀ ਈਸ਼ਰਾਂ ਅਜੇਵ ਹਰੀ ਉਹ ਜੀਵਨੇ ਤੋਂ ਰਹਿਤ ਹੈ, ਖਾਣੇ ਤੋਂ ਰਹਿਤ ਹੈ। ਉਹ ਜਿਵੇਂ ਅਸੀਂ ਹਮੇਸ਼ਾ ਮੂਝਾ ਮਾਰੀ ਜਾਂਦੇ ਖਾਈ ਪੀ ਜਾਂਦੇ ਹਾਂ, ਪਰਮੇਸ਼ਰ ਨਹੀਂ ਹੈ। ਗੋਬਿੰਦ ਭਾਵ ਭਗਤ ਦਾ ਭੁੱਖਾ ਤਾਂ ਲਿਖਿਆ ਹੈ, ਉਂਝ ਨਹੀਂ ਵੀ ਮੈਨੂੰ ਭੁੱਖ ਲੱਗੀ ਹੈ ਵੀ ਹੈ ਵੀ ਮਰ ਗਿਆ, ਮੈਨੂੰ ਕੋਈ ਖਵਾਓ ਪੀਓ। ਉਹ ਛਕਣੇ ਛਕਾਉਣੇ ਤੋਂ ਰਹਿਤ ਪਰਮੇਸ਼ਰ, ਉਹ ਜੀਵਾਂ ਵਾਂਗੂ ਨਹੀਂ ਖਾਈ ਪੀ ਜਾਂਦਾ, ਮੂੰਹ ਨਹੀਂ ਮਾਰੀ ਜਾਂਦਾ ਹੈ। ਅਜੇ ਜੀਵਨ ਦਾ ਅਰਥ ਹੈ ਸ਼ਕਣ ਛਕਾਉਣ ਦਾ, ਉਹ ਛਕਣੇ ਛਕਣੋ ਛਕਾਉਣੇ ਤੋਂ ਰਹਿਤ ਹਰੀ ਪਰਮੇਸ਼ਰ ਹੈ। ਅਛੇਵ ਹਰੀ ਫਿਰ ਅਛੇਵ ਨੂੰ ਅਛੇਵਣ ਤੋਂ ਰਹਿਤ ਹੈ, ਲੁਕਣ ਤੋਂ ਰਹਿਤ ਹੈ। ਉਹ ਤਾਂ ਪ੍ਰਗਟ ਪ੍ਰਤੱਖ ਹੈ ਸਾਰਿਆਂ ਦੇ ਸਮੇਂ। ਅਛੇਵ ਹਰੀ ਸਭ ਤੋਂ ਜੇ ਕੋਈ ਅੱਛਾ ਹੈ, ਸਭ ਤੋਂ ਚੰਗਾ ਹੈ ਤਾਂ ਫਿਰ ਪਰਮੇਸ਼ਰ ਹੀ ਹੈ। ਇਸ ਤਰ੍ਹਾਂ ਅਛੇਵ ਨੂੰ ਨਾਸਦਾ ਹੁੰਦਾ, ਨਾਸ ਤੋਂ ਰਹਿਤ ਵੀ ਜੇ ਕੋਈ ਹੈ ਤਾਂ ਪਰਮੇਸ਼ਰ ਹਰੇ ਭਰੇ ਕਰਨ ਵਾਲਾ ਹਰੀ ਹੀ ਹੈ। ਭਜੋ ਹਰੀ ਇਸ ਕਰਕੇ ਸਿੰਘੋ, ਜੇ ਕਿਸੇ ਨੂੰ ਭਜਣਾ ਹੈ, ਸੇਵਣਾ ਹੈ, ਜਪਣਾ ਹੈ ਤਾਂ ਹਰੀ ਨੂੰ ਹੀ ਸੇਵੋ, ਹਰੀ ਨੂੰ ਹੀ ਜਪੋ। ਥਪੋ ਹਰੀ ਜੇ ਕਿਸੇ ਨੂੰ ਤੁਸੀਂ ਪੂਜਣਾ ਹੈ, ਥਪਣਾ ਪੂਜਣਾ ਹੈ, ਮੰਨਣਾ ਹੈ, ਫਿਰ ਪਰਮੇਸ਼ਰ ਨੂੰ ਹੀ ਮੰਨੋ, ਪੂਜੋ। ਤਪੋ ਹਰੀ ਇਸੇ ਤਰ੍ਹਾਂ ਜੇ ਕੋਈ ਤਪ ਕਰਨਾ ਤਾਂ ਫਿਰ ਹਰੀ ਦਾ ਹੀ ਤਪ ਕਰੋ। ਸੇਵਾ ਰੂਪ ਸੇਵਾ ਤਪਾ ਰੂਪ ਸਭ ਤਪ ਸਾਰ ਹੈ। ਇਸ ਤਰ੍ਹਾਂ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਰੂਪ ਵੀ ਜਿਹੜਾ ਤਪ ਕਰੋ, ਤਕੜੇ ਹੋ ਕੇ ਜਪੋ ਹਰੀ। ਜੇ ਜਵਾਨ ਨਾਲ ਤੁਸੀਂ ਉੱਚੀ ਰੂਪੀ ਜਪਣਾ ਹੈ, ਹਰੇ ਭਰੇ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਉਹਨੂੰ ਹੀ ਜਪੋ, ਇਹਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਪੋ ਜਵਾਨ ਨਾਲ। ਚਲਸ ਤੁਹੀ ਹੁਣ ਦੂਜੇ ਪਾਸੇ ਆਉਂਦੇ ਹਨ, ਪਹਿਲਾਂ ਤਾਂ ਖਾਲਸੇ ਨੂੰ ਕਹਿੰਦੇ, ਹੁਣ ਪਰਮੇਸ਼ਰ ਦੇ ਸਾਨੂੰ ਧਰੂ ਤਾਰੇ ਦੀ ਸੋਈ ਬਦਲ ਜਾਂਦੀ ਹੈ ਨਾ। ਇਸ ਤਰ੍ਹਾਂ ਕਿਤੇ ਮਹਾਰਾਜ ਉਪਦੇਸ਼ ਦੇਣ ਲੱਗ ਪੈਂਦੇ ਆ, ਕਿਤੇ ਪਰਮੇਸ਼ਰ ਦੇ ਸਨਮੁਖ ਹੋ ਕੇ ਕੋਈ ਕਹਿਣ ਲੱਗ ਜਾਂਦੇ ਆ। ਹੁਣ ਕਹਿੰਦੇ ਜਲਸ ਤੋਂ ਹੀ, ਜਲ ਰੂਪ ਵੀ ਤੋਂ ਹੀ ਹੈ, ਤੇ ਜਲਾਂ ਦਾ ਸਹਾਰਾ ਵੀ ਤੋਂ ਹੀ ਹੈ, ਜਲ ਨੂੰ ਮਿਲਿਆ ਹੋਇਆ ਵੀ ਤੋਂ ਹੀ ਹੈ, ਤੇ ਜਲ ਦਾ
ਜਲ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ, ਜਲ ਰੂਪ ਵੀ ਤੂੰ ਹੀ ਹੈ, ਜਲ ਵਿੱਚ ਵੀ ਤੂੰ ਹੀ ਹੈ, ਥਲਾਸ ਤੂੰ ਹੀ, ਆ ਜਿਹੜੇ ਮਾਰੂ ਛਾਲ ਹੈ ਇਹਨਾਂ ਵਿੱਚ ਵੀ ਤੂੰ ਹੀ ਹੈ, ਨਦੇਸ ਤੂੰ ਹੀ, ਇਹ ਪਰਮੇਸ਼ਰ ਨਦੀ ਰੂਪ ਵੀ ਤੂੰ ਹੀ ਬਣਿਆ ਹੋਇਆ ਹੈ, ਨਦਸ ਤੂੰ ਹੀ, ਵੱਡਾ ਨਦ ਹੋਵੇ ਉਹ ਦਰਿਆ ਸਮੁੰਦਰ ਹੁੰਦਾ, ਸਮੁੰਦਰ ਰੂਪ ਵੀ ਤੂੰ ਹੀ ਹੈ, ਨਦੀ ਰੂਪ ਜਿਹੜਾ ਜੀਵ ਰੂਪ ਵੀ ਤੂੰ ਹੀ ਹੈ, ਨਰ ਸਮੁੰਦਰ ਵਾਂਗ ਬ੍ਰਹਮ ਸਰੂਪ ਵੀ ਤੂੰ ਹੀ ਹੈ, ਦ੍ਰਿਸ਼ ਤੂੰ ਹੀ, ਆ ਜਿੰਨੇ ਤਰ੍ਹਾਂ ਤਰ੍ਹਾਂ ਦੇ ਬਿਰਸ਼ ਹੈ ਇਹ ਵੀ ਵਾਹਿਗੁਰੂ ਤੂੰ ਹੀ ਹੈ, ਪਤਸ ਤੂੰ ਹੀ, ਇਹਨਾਂ ਬਿਰਸ਼ਾਂ ਦਾ ਜਿਹੜਾ ਪੱਤਾ ਉਹ ਵੀ ਤੂੰ ਹੀ ਬਣਿਆ ਹੋਇਆ, ਛੇਤਸ ਤੂੰ ਹੀ, ਆ ਜਿੰਨੀ ਧਰਤੀ ਹੈ ਇਹ ਵੀ ਤੂੰ ਹੀ ਹੈ ਬਣਿਆ ਹੋਇਆ, ਉਦਰਸ ਉਰਦਸ ਤੂੰ ਹੀ, ਉਰਦਸ ਤੂੰ ਹੀ, ਇਸੇ ਤਰ੍ਹਾਂ ਜਿਹੜਾ ਉੱਪਰ ਆਕਾਸ਼ ਹੈ ਉਹ ਵੀ ਤੂੰ ਹੀ ਬਣਿਆ ਹੋਇਆ, ਉਸ ਨੂੰ ਆਕਾਸ਼ ਨੂੰ ਅਵਕਾਸ਼ ਦੇਣ ਵਾਲਾ ਵੀ ਤੂੰ ਹੀ ਹੈ, ਭਜ ਸੋ ਤੋਯੰ, ਇਸ ਕਰਕੇ ਮੈਂ ਤਾਂ ਪਰਮੇਸ਼ਰ ਤੈਨੂੰ ਹੀ ਭਜਦਾ ਹਾਂ, ਤੈਨੂੰ ਹੀ ਸੇਵਦਾ ਹਾਂ, ਭਜ ਸੋ ਤੋਯੰ, ਤੈਨੂੰ ਹੀ ਪਰਮੇਸ਼ਰ ਭਜਦਾ ਹਾਂ, ਜਪਦਾ ਹਾਂ, ਸੇਵਦਾ ਹਾਂ, ਇਸੇ ਤਰ੍ਹਾਂ ਭੁਜ ਸਤੋਇਉ ਤੈਨੂੰ ਹੀ ਭੋਗਦਾ ਹਾਂ, ਤੈਨੂੰ ਹੀ ਇਸ ਤਰ੍ਹਾਂ ਭੋਗਦਾ ਕਿ ਤੇਰਾ ਹੀ ਆਨੰਦ ਲੈਂਦਾ ਹਾਂ, ਤੇਰਾ ਦਿੱਤਾ ਹੀ ਹੈ ਮੈਂ ਭੋਗਦਾ ਛਕਦਾ ਛਕਾਉਂਦਾ ਹਾਂ, ਤੇ ਤੈਨੂੰ ਹੀ ਮੈਂ ਭਜਦਾ, ਤੈਨੂੰ ਹੀ ਚੇਤੇ ਕਰਦਾ ਹਾਂ, ਰਟਸ ਤੁਯੰ ਤੁਵੰ, ਇਸ ਤਰ੍ਹਾਂ ਤਿੰਨੇ ਹੀ ਮਾਰਾ ਉਚਾਰਨ ਕਰਦਾ, ਠਟਸ ਤੁਵੰ, ਤੈਨੂੰ ਹੀ ਮਾਰਾ ਮੈਂ ਠਟਸਕੀਏ ਪੂਜਦਾ ਮੰਨਦਾ ਹਾਂ, ਜਿਮੀ ਤੂੰ ਹੀ, ਮੇਰੇ ਪਰਮੇਸ਼ਰ ਤੂੰ ਹੀ, ਉਹ ਕਹਿੰਦੇ ਜਿਮੀ ਰੂਪ ਹੈ ਧਰਤੀ ਰੂਪ ਹੈ, ਜਮਾ ਤੂੰ ਹੀ, ਮਾਰਾ ਜਮਾ ਕੀਏ ਆਕਾਸ਼ ਰੂਪ ਹੈ, ਮੱਕੀ ਤੂੰ ਹੀ, ਮਕਾਨਾ ਵਾਲਾ ਵੀ ਤੂੰ ਹੀ ਹੈ, ਮੱਕਾ ਤੂੰ ਹੀ, ਮਕਾਨ ਰੂਪ ਵੀ ਤੂੰ ਹੀ ਹੈ, ਮਕਾਨ ਰੂਪ ਜਿਹੜਾ ਉਹ ਵੀ ਤੂੰ ਹੀ ਬਣਿਆ ਹੋਇਆ, ਤੇ ਇਹਨਾਂ ਮਕਾਨਾਂ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ, ਇਹਨਾਂ ਮਕਾਨਾਂ ਵਿੱਚ ਇਸ ਤਰ੍ਹਾਂ ਜੀਵ ਰੂਪ ਹੋ ਕੇ ਰਹਿਣ ਵਾਲਾ ਵੀ ਤੂੰ ਹੀ ਹੈ, ਅਭੂਤ ਹੀ, ਇਸ ਤਰ੍ਹਾਂ ਜਿਹੜੇ ਪੰਜ ਤੱਤਾਂ ਤੋਂ ਬਣੇ ਹੋਏ ਸਰੀਰ ਹੈ ਨਾ, ਪੰਜ ਤੱਤਾਂ ਦੇ ਸਰੀਰ ਤੋਂ ਰਹਿਤ ਵੀ ਤੂੰ ਹੀ ਹੈ, ਅਭੈ ਤੂੰ ਹੀ, ਸਾਰੇ ਭਇਆ ਡਰਾਂ ਤੋਂ ਰਹਿਤ ਵੀ ਤੂੰ ਹੀ, ਇਹਨਾਂ ਡਰਾਂ ਤੋਂ ਰਹਿਤ ਕਰਨ ਵਾਲਾ ਵੀ ਵਿਸ਼ੇਸ਼ ਕਰ ਕੋਈ ਤੂੰ ਹੀ ਹੈ, ਅਛੂਤ ਹੀ, ਹਾਂ ਇਸ ਤਰ੍ਹਾਂ ਛੂਣ ਤੋਂ ਰਹਿਤ ਵੀ ਤੂੰ ਹੀ ਹੈ, ਜਿਵੇਂ ਆ ਬੱਚੇ ਛੋਟੇ ਛੋਟੇ ਜੇ ਦੌੜ ਲਾ ਕੇ ਕਿਸੇ ਨੂੰ ਛੂਹ ਲੈਂਦੇ ਆ, ਕਿਹਨੂੰ ਲੈ ਵੀ ਤੈਨੂੰ ਛੂਹ ਲਿਆ ਤੇਰੇ ਸਿਰ ਤੇ ਬਾਜੀ ਹੋ ਗਈ, ਇਸ ਤਰ੍ਹਾਂ ਵੀ ਉਹਨੂੰ ਕੋਈ ਛੂਹ ਨਹੀਂ ਸਕਦਾ ਹੈ, ਦੌੜ ਭੱਜ ਲਾ ਕੇ ਇਸ ਤਰ੍ਹਾਂ ਤੂੰ ਛੂਹਣ ਤੋਂ ਰਹਿਤ ਹੈ, ਇਸ ਤਰ੍ਹਾਂ ਜਿਹੜੀ ਛੂਹ ਹੈ ਛੂਹ ਆ ਛੂਤ ਸ਼ਾਦ ਜੀ ਹੈ, ਆ ਪਿੱਟ ਪੁੱਟ ਜੀ ਇਹ ਤੋਂ ਵੀ ਰਹਿਤ ਪਰਮੇਸ਼ਰ ਤੋਂ ਹੀ ਹੋਈ ਹੈ, ਬਾਕੀ ਤਾਂ ਕਹਿੰਦੇ ਮਤ ਪਿੱਟਾ ਰੇ ਮਤ ਪਿੱਟਾ ਅੰਨਾ ਸਾਡਾ ਫਿੱਟਾ ਤਨ ਫਿੱਟਾ ਫੇਟ ਕਰੇ ਮਨ ਜੂਠਾ ਚੁਲੀ ਪਰੇ, ਇਹੋ ਜਿਹੀਆਂ ਗੱਲਾਂ ਕਰਦੇ ਵੀ ਸਾਨੂੰ ਪਿੱਟ ਦਿੱਤਾ ਸਾਡੇ ਤੇ ਚੌਂਕੇ ਤੇ ਚੜ ਕੇ ਚੌਂਕਾ ਪਿੱਟ ਦਿੱਤਾ ਹੈ,
ਉਹ ਪਰਮੇਸ਼ਰ ਤੂੰ ਵਿਛੂ ਤੋਂ ਰਹਿਤਾ ਪਿਟਪੁਟ ਤੋਂ ਰਹਿਤਾ ਅੱਛਾ ਤੁਹੀ ਇਸੇ ਤਰ੍ਹਾਂ ਤੁਮਾਰਾ ਸ਼ਹਿ ਨਾਸ ਤੋਂ ਰਹਿਤ ਹੈ ਸਭ ਤੋਂ ਅੱਛਾ ਵੀ ਤੁਹਾਂ ਚੰਗਾ ਵੀ ਤੁਹਾਂ ਹੀ ਹੈ ਜਤ ਸੋ ਤੁਹੀ ਹੈ ਪਰਮੇਸ਼ਰ ਆ ਜਿਹੜਾ ਜਰ ਸਤ ਹੈ ਵੀ ਤੂੰ ਹੀ ਹੈ ਤੇ ਤੁਹੀਂ ਹੈ ਜਸ ਕਰਨ ਵਾਲਾ ਤੇਥੋਂ ਬਗੈਰ ਕੋਈ ਜਰਸਤ ਵਿੱਚ ਕੋਈ ਕਾਇਮ ਨਹੀਂ ਰਹਿ ਸਕਦਾ ਹੈ ਪ੍ਰਤਸ ਤੁਹੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਰਤ ਵਰਤਦੇ ਹੈ ਇਹ ਵੀ ਤੁਹੀ ਹੈ ਮਹਾਰਾਜ ਕੋਈ ਕਹਿੰਦਾ ਜੀ ਇਕਾਦਸ਼ੀ ਦਾ ਵਰਤ ਹੈ ਜੀ ਚੌਦਵੇਂ ਦਾ ਇਹ ਨਰਸਿੰਘ ਚੌਦਵੇਂ ਦਾ ਇਹ ਅਸ਼ਟਮੀ ਗੋਲ ਵੰਸਾ ਜਨਮਾਂ ਸੀ ਇਹ ਵਰਤ ਰੱਖਣਾ ਜੀ ਇਸ ਤਰ੍ਹਾਂ ਪੁਨਿਆ ਦਾ ਵਰਤ ਹੈ ਪਰਮੇਸ਼ਰ ਸਾਡੇ ਲਈ ਤਾਂ ਤੁਸੀਂ ਸਭ ਕੁਛ ਵਰਤ ਵਰਤਦਾ ਅਸੀਂ ਤਾਂ ਇੱਥੋਂ ਬਗੈਰ ਕੁਝ ਨਹੀਂ ਕਰਦੇ ਕਰਾਉਂਦੇ ਤੁਸੀਂ ਸਾਡੇ ਲਈ ਸਭ ਤਰ੍ਹਾਂ ਦੇ ਵਰਤ ਹੈ ਇਸਾ ਤਿਆਗ ਰੂਪ ਵੀ ਤੁਹੀ ਹੈ ਨਿਜਮ ਰੂਪ ਵੀ ਤੁਹੀ ਹੀ ਹੈ ਗਤ ਸੋ ਤੁਹੀ ਸਾਰਿਆਂ ਵਿੱਚ ਵਰਤਣ ਵਾਲਾ ਵੀ ਤੁਹੀ ਹੈ ਇਸੇ ਤਰ੍ਹਾਂ ਗਤ ਸਰੂਪ ਚੱਲਣ ਵਾਲਾ ਜਲ ਰੂਪ ਹੋ ਕੇ ਤੁਹਿਆ ਤੁਹੀ ਹੈ ਗਤ ਮੁਕਤੀ ਦੇਣ ਵਾਲਾ ਵੀ ਤੁਹੀ ਮੁਕਤ ਰੂਪ ਵੀ ਤੁਹੀ ਮਤ ਸੋ ਤੁਹੀ ਇਸੇ ਤਰ੍ਹਾਂ ਮਛਰੂਪ ਵੀ ਤੁਹੀ ਹੈ ਤੇ ਮਤਸਨਾ ਅਕਲਮਤ ਦਾ ਹੁੰਦਾ ਬੁੱਧੀ ਰੂਪ ਚੰਗੀ ਅਕਲਮਤ ਰੂਪ ਵੀ ਪਰਮੇਸ਼ਰ ਤੁਹੀਓ ਹੀ ਹੈ ਤੁਹੀ ਤੁਹੀ ਅੱਗੇ ਹੁਣ ਇਹ 16 ਵਾਰੀ ਤੁਹੀ ਤੁਹੀ ਲਿਖਿਆ ਹੋਇਆ ਹੈ ਹੁਣ ਇਹ 16 ਵਾਰੀ ਜਿਹੜਾ ਤੁਹੀ ਤੁਹੀ ਲਿਖਿਆ ਹੈ ਇਹਦੇ ਅਰਥ ਦੀ ਸਫਲਤਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਮਹਾਰਾਜ ਜਿਹੜੇ ਚਾਰੇ ਵੇਦ ਹੈ ਉਹਨਾਂ ਵਿੱਚ ਜਿਹੜਾ ਪਹਿਲਾ ਸ਼ਿਆਮ ਵੇਦ ਹੈ ਉਹਦੇ ਵਿੱਚ ਵੀ ਤੁਹੀ ਹੈ ਕਿਉਂਕਿ ਉਹਦੇ ਵਿੱਚ ਵੀ ਤੇਰਾ ਹੀ ਜਸ ਵਰਣ ਕੀਤਾ ਹੈ ਉਹ ਜਿਹੜਾ ਸਿਆਮ ਵੇਦ ਰਚਣ ਵਾਲਾ ਉਹ ਵੀ ਤੁਹੀ ਹੈ ਹਵੇ ਤੁਹੀ ਸਿਆਮ ਵੇਦ ਰੂਪ ਹੈ ਤੁਹੀ ਇਹਨੂੰ ਬਣਾਉਣ ਵਾਲਾ ਹੈ ਤੁਹੀ ਸ਼ਿਆਮ ਵੇਦ ਦਾ ਸਹਾਰਾ ਹੈ ਇਹ ਸ਼ਿਆਮ ਵੇਦ ਵਿੱਚ ਮਿਲਿਆ ਹੋਇਆ ਵਿਆਪਿਆ ਹੋਇਆ ਵੀ ਤੁਹੀ ਹੈ ਇਸ ਤੋਂ ਅੱਗੇ ਜਿਹੜਾ ਦੂਜਾ ਤੁਹੀ ਹੈ ਵੀ ਰਿਗਵੇਦ ਵੀ ਤੁਹੀ ਬਣਿਆ ਹੋਇਆ ਇਹਨੂੰ ਬਣਾਉਣ ਵਾਲਾ ਵੀ ਤੁਹੀ ਇਸ ਰਿਗਵੇਦ ਦਾ ਸਹਾਰਾ ਵੀ ਤੁਹੀ ਇਹਨੂੰ ਪੈਦਾ ਕਰਨ ਵਾਲਾ ਵੀ ਰਿਸ਼ੀ ਮੁਨੀ ਇੱਕੀ ਹੋ ਕੇ ਤੁਹੀ ਹੈ ਦੂਜਾ ਇਹ ਹੋ ਗਿਆ ਤੀਜਾ ਜਿਹੜਾ ਤੁਹੀ ਹੈ ਵੀ ਜੁਜਰਵੇਦ ਜਿਹੜਾ ਇਹ ਵੀ ਤੁਹੀ ਬਣਿਆ ਹੋਇਆ ਤੇ ਇਹਨੂੰ ਬਣਾਉਣ ਵਾਲਾ ਵੀ ਤੁਹੀ ਤੇ ਇਸ ਜੁਜਰਵੇਦ ਦਾ ਸਹਾਰਾ ਰੂਪੀ ਵੀ ਤੁਹੀ ਇਹਦੇ ਵਿੱਚ ਮਿਲਿਆ ਵੀ ਤੁਹੀ ਹੈ ਇਹਦੇ ਵਿੱਚ ਐਨ ਕਣਕਣ ਵਿੱਚ ਕਿਵੇਂ ਹੋਇਆ ਵੀ ਤੁਹੀ ਹੈ ਇਸ ਜੁਜਰਵੇਦ ਤੀਜਾ ਤੁਹੀ ਸਫਲ ਹੋ ਗਿਆ ਔਰ ਚੌਥਾ ਜਿਹੜਾ ਅਥਰਵਨ ਵੇਦ ਵੀ ਤੁਹੀ ਹੈ ਇਹਨੂੰ ਬਣਾਉਣ ਵਾਲਾ ਵੀ ਤੁਹੀ ਹੈ ਇਹਦਾ ਆਸਰਾ ਰੂਪ ਵੀ ਤੁਹੀ ਹੈ ਇਹਦੇ ਵਿੱਚ ਮਿਲਿਆ ਵੀ ਤੁਹੀ ਹੈ ਇਹਦੇ ਵਿੱਚ ਤੇਰੇ ਜਸ ਵਰਣਨ ਕੀਤਾ ਹੋਇਆ ਹੈ ਇਸ ਤਰ੍ਹਾਂ ਇਹ ਚਾਰ ਤੁਹੀ ਜਿਹੜੇ ਸ਼ਿਆਮ ਵੇਦ ਰਿਗ ਵੇਦ ਜੁਜਰ ਵੇਦ ਅਥਰਵਨ ਵੇਦ ਵਿੱਚ ਸਫਲ ਹੋ ਗਏ
ਉਸ ਤੋਂ ਬਾਅਦ ਜਿਹੜੇ ਚਾਰ ਯੁੱਗ ਨੇ ਵੀ ਸਰਯੁਗ ਦੇ ਵਿੱਚ ਵੀ ਤੂੰ ਹੀ ਹੈ, ਸਰਯੁਗ ਵੀ ਤੂੰ ਹੀ ਬਣਾਇਆ, ਸਰਯੁਗ ਦਾ ਸਹਾਰਾ ਵੀ ਤੂੰ ਹੀ, ਸਰਯੁਗ ਵਿੱਚ ਮਿਲਿਆ ਵੀ ਤੂੰ ਹੀ। ਇਸੇ ਤਰ੍ਹਾਂ ਇਹ ਪੰਜਵਾਂ ਤੂੰ ਹੀ ਸਫਲ ਹੋ ਗਿਆ। ਫਿਰ ਅੱਗੇ ਹੈ ਛੇਵੀਂ ਵਾਰ ਤੂੰ ਹੀ ਲਿਖਿਆ ਵੀ ਤ੍ਰੇਤੇ ਯੁੱਗ ਨੂੰ ਬਣਾਉਣ ਵਾਲਾ ਵੀ ਤੂੰ ਹੀ, ਤ੍ਰੇਤੇ ਯੁੱਗ ਵਿੱਚ ਮਿਲਿਆ ਵੀ ਤੂੰ ਹੀ, ਤ੍ਰੇਤੇ ਯੁੱਗ ਦਾ ਆਸਰਾ ਰੂਪ ਵੀ ਤੂੰ ਹੀ। ਇਸ ਤਰ੍ਹਾਂ ਅੱਗੇ ਇਹ ਛੇਵਾਂ ਜਿਹੜਾ ਇਹ ਆਪਣਾ ਤੂੰ ਹੀ ਸ਼ਬਦ ਸਫਲ ਹੋ ਗਿਆ। ਅੱਗੇ ਜਿਹੜਾ ਸੱਤਵੀਂ ਵਾਰ ਤੂੰ ਹੀ ਲਿਖਿਆ ਵੀ ਦੁਆਪਰ ਯੁੱਗ ਨੂੰ ਬਣਾਉਣ ਵਾਲਾ ਵੀ ਤੂੰ ਹੀ, ਦੁਆਪਰ ਯੁੱਗ ਦਾ ਸਹਾਰਾ ਰੂਪ ਵੀ ਤੂੰ ਹੀ, ਦੁਆਪਰ ਯੁੱਗ ਦੇ ਵਿੱਚ ਮਿਲਿਆ ਵੀ ਤੂੰ ਹੀ, ਇੱਕਮਿਕ ਹੋਇਆ ਵੀ ਤੂੰ ਹੀ। ਇਹ ਸੱਤਵਾਂ ਤੂੰ ਹੀ ਸਫਲ ਹੋ ਗਿਆ ਅਰਥ ਵਿੱਚ। ਇਸ ਤੋਂ ਅੱਗੇ ਜਿਹੜਾ ਅੱਠਵਾਂ ਅੱਠਵੀਂ ਵਾਰ ਲਿਖਿਆ ਤੂੰ ਹੀ ਵੀ ਕਲਯੁੱਗ ਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹ ਕਲਯੁੱਗ ਦਾ ਸਹਾਰਾ ਵੀ ਤੂੰ ਹੀ, ਕਲਯੁੱਗ ਦੇ ਵਿੱਚ ਮਿਲਿਆ ਵੀ ਤੂੰ ਹੀ ਹੋਈ ਹੈ। ਅਜਨੇ ਜੀਵ ਜੰਤ ਹੈ ਕਲਯੁੱਗ ਵਿੱਚ ਸਾਰਿਆਂ ਵਿੱਚ ਉਹੀ ਮਿਲਿਆ, ਇਸ ਕਰਕੇ ਇਸ ਵਿੱਚ ਉਹ ਇਹ ਪਰਮੇਸ਼ਰ ਤੂੰ ਹੀ ਮਿਲਿਆ, ਤੂੰ ਹੀ ਬਣਾਇਆ, ਤੂੰ ਹੀ ਕਲਯੁੱਗ ਰੂਪ ਹੋ ਰਿਹਾ ਹੈ। ਅੱਠ ਇਹ ਸਫਲ ਹੋ ਗਏ। ਇਸ ਤੋਂ ਅੱਗੇ ਹੋ ਗਿਆ ਨੌਵੀਂ ਵਾਰ ਤੂੰ ਹੀ, ਵੀ ਜਿਹੜੀਆਂ ਚਾਰ ਖਾਣੀਆਂ ਉਹਨਾਂ ਵਿੱਚ ਜਿਹੜੀ ਅੰਡੇ ਖਾਣੀ ਹੈ ਇਹਦੇ ਵਿੱਚ ਤੂੰ ਹੀ ਹੈ, ਤੂੰ ਹੀ ਇਹਨੂੰ ਬਣਾਇਆ, ਤੇਰਾ ਇਹਨੂੰ ਸਹਾਰਾ ਅੰਡੇ ਖਾਣੀ ਨੂੰ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। ਜਾਂ ਨੌਵੀਂ ਵਾਰ ਫਿਰ ਜੇਰ ਜੀ ਖਾਣੀ ਵੀ ਤੂੰ ਹੀ ਬਣਾਉਣ ਵਾਲਾ ਹੈ, ਤੇ ਤੂੰ ਹੀ ਇਹ ਜੇਰ ਖਾਣੀ ਦਾ ਸਹਾਰਾ ਹੈ, ਤੂੰ ਹੀ ਇਹ ਜੇਰ ਖਾਣੀ ਵਿੱਚ ਮਿਲਿਆ ਹੋਇਆ ਵਿਆਪਿਆ ਹੋਇਆ। ਇਹ ਦਸਵੀਂ ਵਾਰ ਜਿਹੜਾ ਇਹ ਤੂੰ ਹੀ ਕਿਹਾ ਇਹ ਸਫਲ ਹੋ ਗਿਆ। ਗਿਆਰਵੀਂ ਵਾਰ ਜਿਹੜਾ ਤੂੰ ਹੀ ਕਿਹਾ ਜਿਹੜੀ ਸਵੇਰ ਦੀ ਖਾਣੀ ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਤੇ ਇਹ ਸਵੇਰ ਦੀ ਖਾਣੀ ਦੇ ਜੀਵਾਂ ਵਿੱਚ ਮਿਲਿਆ ਵੀ ਤੂੰ ਹੀ। ਅੱਗੇ ਹੈ ਬਾਰਵੀਂ ਵਾਰੀ ਤੂੰ ਹੀ ਲਫ਼ਜ਼ ਉਹਦਾ ਵੀ, ਉਤਪਜ ਖਾਣੀ ਨੂੰ ਬਣਾਉਣ ਵਾਲਾ ਵੀ ਤੂੰ ਹੀ, ਉਤਪਜ ਖਾਣੀ ਦਾ ਸਹਾਰਾ ਵੀ ਤੂੰ ਹੀ, ਉਤਪਜ ਖਾਣੀ ਵਿੱਚ ਮਿਲਿਆ ਵੀ ਤੂੰ ਹੀ। ਇਸ ਤੋਂ ਅੱਗੇ ਹੁਣ ਉਹ ਤੇਰਵੀਂ ਵਾਰ ਉਹ ਤੂੰ ਹੀ ਲਿਖਿਆ ਹੋਇਆ ਇਹ ਜਿਹੜੀਆਂ ਮੰਦੀਆਂ ਚਾਰ ਬਿਰਤੀਆਂ, ਅੰਤਕਰਨ ਦੀਆਂ ਚਾਰ ਬਿਰਤੀਆਂ, ਜਿਹੜੀ ਇੱਕ ਸੰਕਲਪ ਕਰ ਬਿਰਤੀ ਕਰਨ ਵਾਲੀ ਹੈ ਤਰ੍ਹਾਂ ਦੀ, ਉਹ ਮਨ ਵਿੱਚ, ਮਨ ਦੀ ਬਿਰਤੀ ਵਿੱਚ ਵੀ ਤੂੰ ਹੀ ਹੈ। ਇਹ ਮਨ ਦੀ ਜਿਹੜੀ ਸੰਕਲਪ ਕਰਨ ਵਾਲੀ ਬਿਰਤੀ ਹੈ, ਫੁਰਨੇ ਕਰਨ ਵਾਲੀ ਬਿਰਤੀ, ਉਹ ਵੀ ਤੂੰ ਹੀ ਹੈ। ਇਸ ਬਿਰਤੀ ਦਾ ਸਹਾਰਾ ਵੀ ਤੂੰ ਹੀ ਹੈ, ਇਸ ਬਿਰਤੀ ਵਿੱਚ ਮਿਲਿਆ ਹੋਇਆ ਵੀ ਤੂੰ ਹੀ ਹੈ। ਫਿਰ ਅੱਗੇ ਹੈ ਬੁੱਧੀ ਅੰਤਕਰਨ ਦੀ ਚੌਥੀ ਬਿਰਤੀ, ਉਹ ਬੁੱਧੀ ਰੂਪ ਵੀ ਤੂੰ ਹੀ ਹੈ, ਬੁੱਧੀ ਦਾ ਸਹਾਰਾ ਵੀ ਬਿਰਤੀ ਦਾ ਤੂੰ ਹੀ ਹੈ, ਜਿਹੜੀ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਨਿਰਣੇ ਕਰਦੀ ਹੈ ਬਿਰਤੀ, ਤੇ ਉਸ ਬੁੱਧੀ ਵਿੱਚ ਮਿਲਿਆ ਹੋਇਆ ਵੀ ਤੂੰ ਹੀ ਹੈ। ਚੌਦਵੀਂ ਵਾਰ ਜਿਹੜਾ ਤੂੰ ਹੀ ਲਿਖਿਆ ਸਿੱਧ ਹੋ ਗਿਆ।
ਅੱਗੇ ਜਿਹੜਾ 15ਵੀਂ ਵਾਰ ਲਿਖਿਆ ਵੀ ਚਿੱਤ ਰੂਪ ਵੀ ਤੂੰ ਹੀ ਹੈ, ਤਰ੍ਹਾਂ ਤਰ੍ਹਾਂ ਦੀਆਂ ਚਿੱਤ ਰਾਹੀਂ ਚਿਤਨੀਆਂ ਕਰਨ ਵਾਲਾ ਵੀ ਤੂੰ ਹੀ, ਚਿੱਤ ਦਾ ਆਸਰਾ ਵੀ ਤੂੰ ਹੀ, ਚਿੱਤ ਵਿੱਚ ਮਿਲਿਆ ਵੀ ਤੂੰ ਹੀ ਹੈ। ਅੱਗੇ ਆ ਜਿਹੜੀ ਅਹੰ ਭਾਵ ਵਾਲੀ ਬਿਰਤੀ ਹੈ, ਮੈਂ ਕਰਨ ਵਾਲੀ ਬਿਰਤੀ ਵੀ, ਮੈਂ ਐਂ ਕਰੂੰਗਾ, ਮੈਂ ਕਰਕੇ ਦਿਖਾ ਦੂੰਗਾ, ਇਹ ਅੰਤਹਿ ਕਰਨ ਦੀ ਇੱਕ ਬਿਰਤੀ ਹੈ। ਅੱਡੋ ਅੱਡੀ ਕਿਰਿਆ ਕਰਨ ਤੋਂ ਇਹਦੇ ਨਾਂ ਵੱਖਰੇ ਵੱਖਰੇ ਹੈ, ਜਿਵੇਂ ਕੋਈ ਵਿਦਿਆ ਪੜ੍ਹਦਾ ਤਾਂ ਉਹਦਾ ਨਾਂ ਵਿਦਿਆਰਥੀ ਹੈ, ਜੇ ਰੋਟੀ ਪਾਣੀ ਪਕਾਉਂਦਾ ਉਹਦਾ ਨਾਂ ਰਸੋਈਆ ਹੈ, ਜੇ ਕੋਈ ਉਹ ਵਿਦਿਆ ਪੜ੍ਹਾਉਂਦਾ ਹੈ ਫਿਰ ਉਹਦਾ ਨਾਂ ਮਾਸਟਰ ਹੈ, ਇਸ਼ਟਾਂ ਅਧਿਆਪਕ ਹੈ। ਇਉਂ ਕਿਰਿਆ ਕਰਨ ਤੋਂ ਨਾਂ ਇਸ਼ਟਾਂ, ਇਹ ਬਿਰਤੀ ਜਿਹੜੀ ਅੱਡੋ ਅੱਡੀ ਕਿਰਿਆ ਕਰਦੀ ਜਿਸ ਕਰਕੇ ਉਹਦਾ ਵੱਖਰਾ ਵੱਖਰਾ ਨਾਂ ਹੈ। ਇਸ਼ਟਾਂ ਇਹ 16 ਵਾਰੀ, ਇਹ ਅਹੰ ਭਾਵ ਕਰਨ ਵਾਲੀ ਜਿਹੜੀ ਬਿਰਤੀ ਹੈ ਉਹ ਵੀ ਤੂੰ ਹੀ ਹੈ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ, ਇਹਦਾ ਸਹਾਰਾ ਵੀ ਤੂੰ ਹੀ ਹੈ। ਇਸ ਤੋਂ ਅੱਗੇ ਦੂਸਰੇ ਰੂਪ ਦੇ ਵਿੱਚ ਅਰਥ ਇਉਂ ਵੀ ਕਰ ਲੈਂਦੇ ਹੈ ਵੀ ਜਿਹੜੀਆਂ ਚਾਰੇ ਦਿਸ਼ਾ ਹਨ, ਜਿਵੇਂ ਆ ਪਹਾੜ ਦੀ ਤਰਫ ਹੈ ਵੀ ਇਹਦੇ ਵਿੱਚ ਵੀ ਤੂੰ ਹੀ ਇੱਕ ਵਾਰੀ ਜਿਹੜਾ ਆ ਗਿਆ, ਦੂਜੀ ਵਾਰ ਤੂੰ ਹੀ ਹੈ ਵੀ ਪੱਛਮ ਦੀ ਤਰਫ ਵੀ ਤੂੰ ਹੀ, ਪੱਛਮ ਦੀ ਤਰਫ ਨੂੰ ਬਣਾਉਣ ਵਾਲਾ ਵੀ ਤੂੰ ਹੀ, ਪੱਛਮ ਦੀ ਤਰਫ ਵਿੱਚ ਮਿਲਿਆ ਵੀ ਤੂੰ ਹੀ। ਇਸੇ ਤਰ੍ਹਾਂ ਤੀਜੀ ਵਾਰ ਜਿਹੜਾ ਤੂੰ ਹੀ ਹੈ ਵੀ ਪੂਰਬ ਦੀ ਤਰਫ ਵੀ ਤੂੰ ਹੀ ਹੈ ਤੇ ਪੂਰਬ ਦੀ ਤਰਫ ਨੂੰ ਬਣਾਉਣ ਵਾਲਾ ਵੀ ਤੂੰ ਹੀ ਤੇ ਪੂਰਬ ਦੀ ਤਰਫ ਵਿੱਚ ਮਿਲਿਆ ਵੀ ਤੂੰ ਹੀ। ਚੌਥੀ ਵਾਰ ਵੀ ਜਿਹੜਾ ਦੱਖਣ ਦੀ ਦਿਸ਼ਾ ਨੂੰ ਬਣਾਉਣ ਵਾਲਾ ਵੀ ਤੂੰ ਹੀ, ਦੱਖਣ ਦੀ ਤਰਫ ਦਾ ਸਹਾਰਾ ਵੀ ਤੂੰ ਹੀ, ਦੱਖਣ ਦੀ ਦਿਸ਼ਾ ਵਿੱਚ ਮਿਲਿਆ ਵੀ ਤੂੰ ਹੀ ਹੈ। ਅੱਗੇ ਹੈ ਉਹ ਜਿਹੜਾ ਵਿਦਿਸ਼ਾ ਹੁੰਦੀਆਂ ਚਾਰ ਜਿਹੜੀਆਂ ਨੁਕਰਾਂ ਹੈ, ਆ ਜਿਹੜੀ ਨਾਰਤ ਕੌਣ ਇਹਦੇ ਵਿੱਚ ਵੀ ਤੂੰ ਹੀ ਹੈ, ਤੇ ਇਸ਼ਟਾਂ ਛੇਵਾਂ ਜਿਹੜਾ ਵਾਇਬ ਕੌਣ ਵੀ ਤੂੰ ਹੀ ਹੈ, ਤੇ ਇਸ਼ਾਨ ਕੌਣ ਵਿੱਚ ਵੀ ਤੂੰ ਹੀ ਹੈ, ਜਿਹੜੀਆਂ ਚਾਰ ਕੌਣਾਂ ਇਹਨਾਂ ਵਿੱਚ ਵੀ ਤੂੰ ਹੀ ਹੈ, ਅੱਠ ਹੋ ਗਏ। ਅੱਗੇ ਮਹਾਵਾਣੀ ਇਸ਼ਾਨ ਆਦਿਕ ਆਦਿਕ ਲਾਲਾ ਕੌਣ ਹੋਰ ਲਾਲਾ ਮਹਾ ਅੱਗੇ ਅੱਗੇ ਨੌਵੀਂ ਵਾਰ ਜਿਹੜੀ ਹੈ ਕੋਈ ਹੈ, ਇਹ ਚਾਰ ਬਾਣੀਆਂ ਬਣੀਆਂ, ਜਿਵੇਂ ਪਰਾ ਬਾਣੀ ਵਿੱਚ ਵੀ ਤੂੰ ਹੀ ਹੈ, ਪਾਰੀ ਬਣ ਪਰਾ ਬਾਣੀ ਨੂੰ ਬਣਾਉਣ ਵਾਲਾ ਵੀ ਤੂੰ ਹੀ, ਪਰਾ ਬਾਣੀ ਦਾ ਸਹਾਰਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ, ਨੌਵੀਂ ਵਾਰ। ਦਸਵੀਂ ਵਾਰ ਜਿਹੜਾ ਕੋਈ ਪਸੰਤੀ ਬਾਣੀ ਵੀ ਤੂੰ ਹੀ ਬਣਿਆ ਹੋਇਆ ਤੇ ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ। ਅੱਗੇ ਜਿਹੜੀ ਮੱਧਮਾ ਬਾਣੀ ਹੈ, ਇਹ ਵੀ ਤੂੰ ਹੀ ਹੈ ਬਣਿਆ ਹੋਇਆ, ਇਹਦਾ ਸਹਾਰਾ ਵੀ ਤੂੰ ਹੀ ਤੇ ਇਹਨੂੰ ਬਣਾਉਣ ਵਾਲਾ ਵੀ ਤੂੰ, ਇਹਦੇ ਵਿੱਚ ਮਿਲਿਆ ਵੀ ਤੂੰ, ਇਹ 11ਵੀਂ ਵਾਰ ਹੋ ਗਿਆ। ਅੱਗੇ ਬੈਖਰੀ ਬਾਣੀ ਵਿੱਚ ਵੀ ਤੂੰ ਹੀ ਹੈ ਤੇ ਬੈਕਰੀ ਬਾਣੀ ਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। 12ਵੀਂ ਵਾਰ
ਫਿਰ ਅੱਗੇ ਹੈ ਵੀ ਜਿਹੜੇ ਚਾਰ ਪਦਾਰਥ ਹੈ ਧਰਮ ਰੂਪ, ਜਿਹੜਾ ਪਦਾਰਥ ਉਹ ਵੀ ਤੂੰ ਹੀ ਬਣਿਆ ਹੋਇਆ, ਇਸ ਤਰ੍ਹਾਂ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ, ਇਹਦਾ ਆਸਰਾ ਵੀ ਤੂੰ ਹੀ ਹੈ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। ਅੱਗੇ ਅਰਥ, ਅਰਥ ਰੂਪ ਜਿਹੜਾ ਪਦਾਰਥ ਹੈ ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਇਹ ਚੌਦਵੀਂ ਵਾਰ। ਅੱਗੇ ਜਿਹੜਾ ਕੋਈ ਕਾਮ ਪਦਾਰਥ ਹੈ, ਪ੍ਰਾਰਥਨਾ ਦੀਆਂ ਕਾਮਨਾ ਇੱਛਾਵਾਂ ਖਾਹਿਸ਼ਾਂ ਪੂਰੀਆਂ ਹੋ ਜਾਣੀਆਂ, ਸਮਝ ਲਓ ਇਹ ਵੀ ਪਦਾਰਥ ਮਿਲ ਗਿਆ, ਮਨਵਾਂਸ਼ ਪ੍ਰਾਪਤ ਹੋ ਜਾਣਾ। ਇਹਨਾਂ ਨੂੰ ਇਹ ਕਾਮਨਾ ਖਾਹਿਸ਼ਾਂ ਨੂੰ ਪੂਰੀਆਂ ਕਰਨ ਵਾਲਾ ਵੀ ਤੂੰ ਹੀ, ਇਹ ਖਾਹਿਸ਼ਾਂ ਇੱਛਾਂ ਦੀ ਪੂਰਤ ਰੂਪ ਵੀ ਤੂੰ ਹੀ। ਪੰਦਰਵੀਂ ਵਾਰ ਤੇ ਅੱਗੇ ਹੈ ਉਹ ਮੋਖ ਮੁਕਤੀ ਰੂਪ, ਜਿਹੜੀ ਮੁਕਤੀ ਰੂਪ ਵੀ ਤੂੰ ਹੀ, ਮੁਕਤੀ ਦਾ ਸਹਾਰਾ ਵੀ ਤੂੰ ਹੀ, ਮੁਕਤੀ ਵਿੱਚ ਮਿਲਿਆ ਵੀ ਤੂੰ ਹੀ। ਇਸ ਤਰ੍ਹਾਂ ਇਹ ਸੋਲਾਂ ਵਾਰ ਆ ਗਿਆ, ਇਹ ਸਫਲ ਹੋ ਗਿਆ ਤੂੰ ਹੀ ਤੂੰ ਹੀ। ਇਸ ਤਰ੍ਹਾਂ ਤੀਜਾ ਅਰਥ ਹੋਰ ਵਿਕਾ ਲੈਂਦੇ ਵੀ ਚਾਰ ਵਰਨ, ਜਿਹੜੇ ਬ੍ਰਾਹਮਣਾਂ ਵਿੱਚ ਵੀ ਤੂੰ ਹੀ, ਖੱਤਰੀਆਂ ਵਿੱਚ ਵੀ ਤੂੰ ਹੀ, ਵੈਸਾਂ ਵਿੱਚ ਵੀ ਤੂੰ ਹੀ, ਸੂਦਰਾਂ ਵਿੱਚ ਵੀ ਤੂੰ ਹੀ। ਜਿਹੜੇ ਮੁਸਲਮਾਨਾਂ ਦੇ ਚਾਰ ਮਜ਼ਹਬ ਹੈ ਵੀ ਜਿਹੜੇ ਸੂਈਆਂ ਸ਼ੀਆਂ ਦਾ ਮਜ਼ਹਬ ਉਹਨਾਂ ਵਿੱਚ ਵੀ ਤੂੰ ਹੀ, ਜਿਹੜਾ ਸੁਨੀਆਂ ਦਾ ਮਜ਼ਹਬ ਉਹਨਾਂ ਵਿੱਚ ਵੀ ਤੂੰ ਹੀ, ਰਾਫਜੀਆਂ ਦਾ ਵੀ ਜਿਹੜਾ ਮਜ਼ਹਬ ਉਹਨਾਂ ਵਿੱਚ ਵੀ ਤੂੰ ਹੀ, ਇਮਾਮ ਸਾਫੀਆਂ ਦਾ ਜਿਹੜਾ ਮਜ਼ਹਬ ਹੈ ਉਹਨਾਂ ਵਿੱਚ ਤੂੰ ਹੀ। ਚਾਰ ਵਰਨ ਹੋ ਗਏ ਇਹ ਅੱਠ ਵਰ ਹੋ ਗਏ, ਚਾਰ ਮਜ਼ਹਬ ਹੋ ਗਏ ਇਹ ਅੱਠ ਹੋ ਗਏ। ਇਸ ਤਰ੍ਹਾਂ ਅੱਗੇ ਜਿਹੜੇ ਚਾਰ ਬ੍ਰਹਮਾ ਦੇ ਪੁੱਤਰ ਨੇ ਉਹ ਸਨਕ ਹੈ, ਸਨੰਦਨ ਹੈ, ਸਨਾਤਨ ਹੈ, ਸੰਤ ਕੁਮਾਰ ਹੈ। ਇਹ ਸਨਕ ਵੇ ਉਹਦੇ ਵਿੱਚ ਵੀ ਤੂੰ ਹੀ, ਸਨੰਦਨ ਵਿੱਚ ਵੀ ਤੂੰ ਹੀ, ਸਨਾਤਨ ਵਿੱਚ ਵੀ ਤੂੰ ਹੀ, ਸੰਤ ਕੁਮਾਰ ਵਿੱਚ ਵੀ ਤੂੰ। ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ, ਇਹਨਾਂ ਨੂੰ ਸਹਾਰਾ ਦੇਣ ਵਾਲਾ ਵੀ ਤੂੰ, ਇਹਨਾਂ ਵਿੱਚ ਮਿਲਿਆ ਹੋਇਆ ਵੀ ਤੂੰ ਹੀ। ਚਾਰੇ ਬਾਰਾਂ ਵੇਰੀ ਹੋ ਗਿਆ। ਅੱਗੇ ਜਿਹੜੇ ਮੁਸਲਮਾਨਾਂ ਦੇ ਉਹ ਮੁਹੰਮਦ ਸਾਹਿਬ ਦੇ ਚਾਰ ਯਾਰ ਮੰਨੇ, ਚਾਰ ਮਿੱਤਰ ਮੰਨੇ ਗਏ, ਜਿਹਨਾਂ ਨੂੰ ਚਾਰ ਖਲੀਫੇ ਕਹਿੰਦੇ ਨੇ। ਕਹਿੰਦੇ ਇੱਕ ਅਬੂ ਬਕਰ ਉਹਦਾ ਖਾਸ ਦੋਸਤ ਮੁਹੰਮਦ ਸਾਹਿਬ ਦਾ, ਜਿਹੜਾ ਉਹਦਾ ਅੱਗੇ ਪ੍ਰਚਾਰ ਕਰਨ ਵਾਲੇ ਚਾਰ ਹੋਏ, ਉਹਨਾਂ ਨੂੰ ਇਹ ਚਾਰ ਮਿੱਤਰ ਮੁਹੰਮਦ ਸਾਹਿਬ ਦੇ ਜਾਂ ਚਾਰ ਖਲੀਫੇ ਮੰਨਦੇ ਮੁਸਲਮਾਨ। ਇੱਕ ਅਬੂ ਬਕਰ ਹੈ ਵੀ ਉਹਦੇ ਵਿੱਚ ਵੀ ਤੂੰ ਹੀ, ਉਹਨੂੰ ਬਣਾਉਣ ਵਾਲਾ ਵੀ ਤੂੰ ਹੀ। ਦੂਜਾ ਜਿਹੜਾ ਉਮਰਾ ਨਾਮ ਦਾ ਖਲੀਫਾ ਹੈ ਜਾਂ ਯਾਰ ਹੈ ਮੁਹੰਮਦ ਸਾਹਿਬ ਦਾ, ਉਹੀ ਉਹਨੂੰ ਵੀ ਤੂੰ ਬਣਾਉਣ ਵਾਲਾ, ਉਹਦਾ ਸਹਾਰਾ ਵੀ ਤੂੰ, ਉਹਦੇ ਵਿੱਚ ਮਿਲਿਆ ਵੀ ਤੂੰ ਹੀ। ਤੀਜਾ ਉਸਮਾਨ ਮਿੱਤਰ, ਉਹਨੂੰ ਬਣਾਉਣ ਵਾਲਾ ਵੀ ਤੂੰ ਹੀ, ਉਹਦਾ ਸਹਾਰਾ ਵੀ ਤੂੰ ਹੀ, ਉਹਦੇ ਵਿੱਚ ਮਿਲਿਆ ਵੀ ਤੂੰ ਹੀ। ਇਸ ਤਰ੍ਹਾਂ ਇਹ ਪੰਦਰਵਾਂ ਤੂੰ ਹੀ ਸਫਲ ਹੋ ਗਿਆ। ਅੱਗੇ ਹੈ ਅਲੀ ਨਾਮ ਦਾ ਖਲੀਫਾ, ਅਲੀ ਨਾਮ ਦਾ ਮਿੱਤਰ ਮੁਹੰਮਦ ਦਾ, ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। ਇਉਂ ਇਹ
ਤਿੰਨ ਅਰਥਾਂ ਵਿੱਚ 16 ਵਾਰ ਜਿਹੜਾ ਤੁਸੀਂ ਤੁਸੀਂ ਆਇਆ ਉਹ ਸਫਲ ਕਰ ਲੈਂਦੇ। ਤੇ ਟੀਕੇ ਦੇ ਵਿੱਚ ਜਿਹੜਾ ਅਰਥ ਇਸ ਤਰ੍ਹਾਂ ਕੀਤਾ ਹੈ ਵੀ ਹੇ ਪਰਮੇਸ਼ਰ ਸਤਿਗੁਰ ਵਿੱਚ ਵੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦੋ ਵਾਰੀ ਆ ਗਿਆ ਤੂੰ ਹੀ ਵੀ ਸਤਿਗੁਰ ਵਿੱਚ ਵੀ ਤੂੰ ਹੀ ਹੈ ਰਿਤੇ ਯੁੱਗ ਵਿੱਚ ਵੀ ਤੂੰ ਹੀ ਤੂੰ ਹੀ ਹੈ ਦੁਆਪਰ ਯੁੱਗ ਵਿੱਚ ਵੀ ਤੂੰ ਹੀ ਤੂੰ ਹੈ ਕਲਯੁੱਗ ਵਿੱਚ ਵੀ ਤੂੰ ਹੀ ਹੈ। ਇਹ 8 ਵਾਰੀ ਸਫਲ ਹੋ ਗਿਆ ਰਹਿ ਗਿਆ ਅੱਗੇ 8 ਵੀ ਚਾਰ ਕਹਾਣੀਆਂ ਵਿੱਚ ਵੀ ਤੂੰ ਹੀ ਹੈ ਚਾਰ ਬਾਣੀਆਂ ਵਿੱਚ ਵੀ ਤੂੰ ਹੀ ਹੈ ਚਾਰ ਮੁਕਤੀਆਂ ਵਿੱਚ ਵੀ ਤੂੰ ਹੀ ਹੈ ਤੇ ਚਾਰੇ ਪਦਾਰਥਾਂ ਵਿੱਚ ਵੀ ਤੂੰ ਹੀ ਹੈ ਚਾਰੇ ਕਾਲਾਂ ਵਿੱਚ ਵੀ ਤੂੰ ਹੀ ਹੈ ਚਾਰੇ ਦਿਸ਼ਾ ਵਿੱਚ ਵੀ ਤੂੰ ਹੀ ਹੈ ਚਾਰੇ ਜਿਹੜੀਆਂ ਵਿਦੇਸ਼ਾਂ ਉਹਨਾਂ ਵਿੱਚ ਵੀ ਤੂੰ ਹੀ ਹੈ ਤੇ ਚਾਰੇ ਚੱਕਾਂ ਵਿੱਚ ਵੀ ਤੂੰ ਹੀ ਹੈ। ਇਹ ਟੀਕੇ ਵਿੱਚ ਅਰਥ ਕੀਤਾ ਗਿਆ। ਇਸ ਤਰ੍ਹਾਂ ਜਾਣੀ ਸੰਪਰਦਾ ਵਿੱਚ ਜਿਹੜੇ ਉਹ ਅਰਥ ਹੈ ਉਹ ਜਿਹੜੇ ਪਹਿਲਾਂ ਮੁੱਖ ਰੂਪ ਦੇ ਵਿੱਚ ਕੀਤੇ ਗਏ ਹੈ ਤੇ ਟੀਕੇ ਦਾ ਅਰਥ ਇਸ ਤਰ੍ਹਾਂ ਕੀਤਾ ਗਿਆ ਉਹ ਆਪਾਂ ਮਿਲ ਕੇ ਭਾਵ ਹੈ ਵੀ ਮਹਾਰਾਜ ਵੀ ਸਭ ਕੁਝ ਤੂੰ ਤੂੰ ਕਹਿੰਦੇ ਹੋਏ ਕਿ ਫਿਰ ਉਹਦੇ ਵਿੱਚ ਲਵਲੀਨ ਹੀ ਹੋ ਗਏ ਬਸ ਧੁਨੀ ਲਾ ਤੀ ਵੀ ਤੂੰ ਹੀ ਤੂੰ ਮਾਈ ਮਨੀ ਸਿੰਘ ਜੀ ਵੀ ਹੋਏ ਜੇ ਲਿਖਾਰੀ ਸੀ ਜਿਵੇਂ ਜਿਵੇਂ ਮਹਾਰਾਜ ਜੀ ਨੇ ਧੁਨ ਲਾਈ ਤੇ ਉਸੇ ਤਰ੍ਹਾਂ ਤੂੰ ਹੀ ਤੂੰ ਜਦੋਂ ਫਿਰ ਮਹਾਰਾਜ ਕਹਿੰਦੇ ਵੀ ਇਹ ਕਿੰਨੀ ਕੁ ਵਾਰੀ ਲਿਖਿਆ ਗਿਆ ਤੇ ਲਿਖਿਆ ਗਿਆ ਵੀ ਉਹ ਨਾ ਇਹਨੂੰ 16 ਬਿੰਦੀਆਂ ਲੱਗ ਗਈਆਂ ਮਹਾਰਾਜ ਕਹਿੰਦੇ ਵੀ ਤੂੰ ਬਸ 16 ਵਾਰੀ ਬੈਠ ਰਹਿੰਦੇ ਬਾਕੀ ਆ ਜਿਹੜਾ ਸਾਰਾ ਨਾਇਨ ਬਿੰਦੀਆਂ ਲਾ ਕੇ ਇੰਨੀ ਵਾਰੀ ਲਿਖਿਆ ਹੈ ਤੂੰ ਇਹਨੂੰ ਕੱਟ ਦੇ। ਇੱਕ ਮੁੱਖ ਰੂਪ ਦੇ ਵਿੱਚ 16 ਵਾਰੀ ਰੱਖਿਆ ਨਹੀਂ ਤਾਂ ਇਹ ਵੇਖ ਲਓ ਇੰਨੇ ਵਾਰੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਵਾਹਿਗੁਰੂ ਨੂੰ ਤੂੰ ਹੀ ਰਾਟੀ ਲਾ ਦਿੱਤੀ ਝੰਝਰੀ ਲਾ ਦਿੱਤੀ ਕਹੀ ਗਏ ਸੀ ਵੀ ਪਰਮੇਸ਼ਰ ਵੱਲ ਤੂੰ ਹੈ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਮਿਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਇਸ ਤਰ੍ਹਾਂ ਮਹਾਰਾਜ ਨੇ ਉਹ ਵਾਹਿਗੁਰੂ ਦੀ ਸਿਫਤ ਸ਼ਲਾਘਾ ਕਰਦਿਆਂ ਆਪਣੇ ਪਵਿੱਤਰ ਮੁਖਾਰ ਬਿੰਦੋ ਇਹ ਬਾਣੀ ਰਾਹੀਂ ਕੋਈ ਲਫ਼ਜ ਕਹੇ ਉਹ ਆਪਾਂ ਜਿਹਦੇ ਦੀਵਾਨ ਵਿੱਚ ਪੜ੍ਹੇ ਸੁਣੇ ਹੈ। ਇਸ ਤੋਂ ਅੱਗੇ ਜਿਹੜਾ ਕੋਈ ਹੈ ਜਿਹੜੀ ਬਾਣੀ ਹੈ ਉਹ ਪਖੰਡ ਦਾ ਖੰਡਨ ਕਰਨ ਵਾਸਤੇ ਮਹਾਰਾਜ ਨੇ ਬੜੇ ਅਜੀਬ ਢੰਗ ਨਾਲ ਹੀ ਆਪ ਜੀ ਨੇ ਕਵਿਤ ਉਚਾਰਨ ਕੀਤੇ ਹੈ ਤੇ ਉਹ ਵੀ ਪੜ੍ਹਨ ਵਿਚਾਰ ਨੂੰ ਪੁੱਛ ਰਹੀ ਹੈ ਕਿਉਂਕਿ ਕਈ ਹੋਵੇ ਸਵਾਜੀ ਮੁੜੀ ਫਿਰਦੇ ਹੈ ਤੇ ਕਈ ਇਸ ਤਰ੍ਹਾਂ ਪਾਣੀ ਵਿੱਚ ਹੀ ਫਿਰਦੇ ਹੈ ਕੋਈ ਸਿਵਿਆਂ ਵਿੱਚ ਬੈਠ ਜਾਂਦੇ ਹੈ ਕੋਈ ਮਠਾਂ ਵਿੱਚ ਰਹਿੰਦੇ ਹੈ ਕੋਈ ਇਸ ਤਰ੍ਹਾਂ ਦਰਸ਼ਾਂ ਹੇਠ ਰਹਿੰਦੇ ਹੈ ਕੋਈ ਇਸ ਤਰ੍ਹਾਂ ਕਹਿੰਦੇ ਉਹ ਬਿੰਦ ਜੀ ਰੱਖਦੇ ਨੇ ਇਸ ਤਰ੍ਹਾਂ ਕੋਈ ਨੰਗੇ ਫਿਰੀ ਜਾਂਦੇ ਨੇ ਕੋਈ ਇਸ ਤਰ੍ਹਾਂ ਤ੍ਰੀਮਨ ਦੇ ਅਧੀਨ ਹੋਇਆ ਵਿਸ਼ਈ ਪਾਂਬਰ ਤੇ ਉਹ ਸਾਰਿਆਂ ਦਾ ਨਾਂ ਲੈ ਕੇ ਵੀ ਉਹਨਾਂ ਨੂੰ ਫਿਰ ਆਹ ਵਡਿਆਈ ਦੇ ਦਿਓ ਉਹਨਾਂ ਨੂੰ ਆਹ ਕਹਿ ਦਿਓ ਖੁਸ਼ ਨਹੀਂ ਇਹ ਪਰਮੇਸ਼ਰ ਦਾ ਭਜਨ ਸਿਮਰਨੀ ਨਾ ਕਰਦੇ ਸ਼ਰਧਾ ਭਾਵਨਾ ਤੋਂ ਬਗੈਰ ਫਿਰ ਉਹ ਇਹੋ ਜਿਹੀ ਹੈ ਬਸ
ਉਹ ਜਿਵੇਂ ਵੀ ਮਹਾਰਾਜ ਦੀ ਬਾਣੀ ਰਾਹੀਂ ਉਹ ਸਾਰਿਆਂ ਦੇ ਨਾਂ ਲੈ ਕੇ ਕੁਝ ਕਹਿਣਗੇ, ਉਹ ਆਪਾਂ ਕੱਲੇ ਦੀ ਬਹਿਣ ਵਿੱਚ ਸ਼ੁਰੂ ਕਰ ਲਾਂਗੇ। ਅੱਜ ਇੱਥੇ ਸਮਾਪਤੀ ਹੈ ਜੀ। ਤੁਹੀ 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 ਤੁਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇਕ, ਹੇ ਅਪੁਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਸਾਂ ਕੈ ਸਦਾ ਸੰਗ ਨਿਧਾਰਾਂ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਜਾਤ ਹਰ ਪਾਤ ਨਿਹਨ ਜੇ ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼, ਅਮਿਤੋ ਜਿਕਹਿ ਜੈ ਕੋਟ ਇੰਦਰ ਇੰਦਰਾਂ ਸਾਹੇ ਸਹਾਣ ਗਿਣ ਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ, ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ, ਅਸ ਕਿਰਪਾਨ ਖੰਡੋ ਖੜਗ ਟੁਬਕ ਤਬਰੀ ਅਰਤੀ, ਸਹਿਤ ਸਰੋਹੀ ਸਹਿਤੀ ਜਹ ਹਮ
ਮਾਰੇ ਪੀਰ ਪੀਰ ਤੁਹੀ ਸਤੀ ਤੁਹੀ ਤਵੇ ਦਰਬਾਰ ਨਾਮ ਤਿਹਾਰੂ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੇਗੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀਰ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਸ ਦਲਿਓ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤਲਾਇ ਪੂਰਨ ਕਰੋ ਗ੍ਰੰਥੇ ਸਮੋਹਿ ਕਰੋ ਸਹਾਇ ਮੁਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀਓ ਤੁਐ ਪ੍ਰਸਾਦ ਕਬਿਤ ਖੂਕ ਮਲ ਹਾਰੀ ਗਜ ਗਦਹਾ ਬਿਭੂਤ ਧਾਰੀ ਗਿਦੁਆ ਮਸਾਨ ਬਾਸ ਕਰਿਓਈ ਕਰਤ ਹੈ ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇਈ ਮਰਤ ਹੈ ਬਿੰਦ ਕੇ ਸਦਈਆ ਤਾਹੇ ਹੀਜ ਕੀ ਬਡਈਆ ਦੇਤ ਬੰਦਰਾ ਸਦੀਵ ਪਾਏ ਨਾਗੇਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ ਤੁਐ ਪ੍ਰਸਾਦ ਕਵਿਤ ਖੂਕ ਮਲ ਹਾਰੀ ਗਜ ਗਦਹਾ ਬਿਭੂਤ ਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਉਸ ਦੀ ਮਹਿਮਾ ਵਿੱਚ ਜਿਹੜੀ ਗੁਰੀ ਹੈ ਬਾਣੀ ਹੈ, ਜਿਸ ਦਾ ਸਿਰਲੇਖ ਅਕਾਲ ਅਸਤਿਤ ਵੀ ਹੈ, ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਕੱਲ ਇਸ ਪਵਿੱਤਰ ਬਾਣੀ ਦੀਆਂ ਆਪਾਂ 70 ਪੌੜੀਆਂ ਪੂਰੀਆਂ ਕਰ ਲਈਆਂ ਸਨ, ਅੱਜ ਅਗਲੀਆਂ ਪੌੜੀਆਂ ਦੀ ਪ੍ਰਾਰੰਭਤਾ ਕਰ ਰਹੇ ਹਾਂ। ਇਸੇ ਤਰ੍ਹਾਂ ਅਗਲੀਆਂ ਜਿਹੜੀਆਂ ਪੌੜੀਆਂ ਉਹ ਸਾਰੇ ਹੀ ਕਿਰਤ ਛੰਦ ਵਿੱਚ ਹਨ, ਇਸ ਕਰਕੇ ਸਿਰਲੇਖ ਵੀ ਆਪ ਜੀ ਨੇ ਇਹ ਪਹਿਲਾਂ ਲਗਨ ਰਾਜ ਛੰਦ ਕਿਹਾ ਸੀ, ਹੁਣ ਚੁਹ ਪ੍ਰਸਾਦ ਕਵਿਤ ਕਹਿ ਰਹੇ ਹੈ। ਇਹ ਕਵਿਤ ਨਾਮੇ ਛੰਦ, ਇਹਦੇ ਜਿਹੜੀ ਪਵਿੱਤਰ ਬਾਣੀ ਹੈ, ਚੁਹ ਪ੍ਰਸਾਦ ਤੇਰੀ ਕਿਰਪਾ ਨਾਲ ਉਚਾਰਨ ਕਰਦੇ ਹਾਂ। ਹੁਣ ਪਰਮੇਸ਼ਰ ਵਾਹਿਗੁਰੂ ਦੇ ਭਜਨ ਸਿਮਰਨ ਕੀਤੇ ਤੋਂ ਬਗੈਰ ਜਿਹੜੀ ਕੋਈ ਬਾਹਰਲੀ ਕਿਰਿਆ ਹੈ ਉਹਨੂੰ ਕਰ ਕਰਾ ਕੇ ਤੇ ਬੜਾ ਮਾਨ ਜਿਹਾ ਕਰਦੇ ਨੇ, ਥੋੜ੍ਹੀ ਬਹੁਤੀ ਕੋਈ ਇਸ ਤਰ੍ਹਾਂ ਦੀ ਕਿਰਿਆ ਕਰਕੇ ਸਿੱਧੀ ਹਾਸਲ ਹੋ ਗਈ, ਪਰ ਉਹਦਾ ਮਾਨ ਹੰਕਾਰ ਜਿਹਾ ਕਰਦੇ। ਇਹਨੂੰ ਗੁਰੂ ਮਹਾਰਾਜ ਜੀ ਜੇ ਪਰਮੇਸ਼ਰ ਦੀ ਉਹ ਕਿਰਪਾ ਨਹੀਂ ਹੋਈ ਹੈ, ਨਾਮ ਦਾ ਜਾਪ ਨਹੀਂ ਕਰਿਆ ਹੈ, ਬਾਹਰਲੀ ਕਿਰਿਆ ਦਾ ਹੀ ਅਮਾਨ ਹੈ, ਇਹ ਕੋਈ ਪ੍ਰਾਪਤੀ ਤਾਂ ਹੈ ਨਹੀਂ ਹੈ। ਜੇ ਬਾਹਰਲੀ ਕਿਰਿਆ ਕਰਕੇ ਮਨੁੱਖ ਵੀ ਆਪਣੇ ਆਪ ਨੂੰ ਮਹਾਨ ਕਹੇ, ਇਹੋ ਜਿਹੀ ਕਿਰਿਆ ਕਰਨ ਵਾਲੇ ਤਾਂ ਹੋਰ ਜੀਵ ਵੀ ਹੈਗੇ, ਪੰਛੀਆਂ ਵਿੱਚ ਵੀ ਹੈਗੇ, ਪਸ਼ੂਆਂ ਵਿੱਚ ਵੀ ਹੈਗੇ ਹੈ, ਕੀੜਿਆਂ ਮਕੌੜਿਆਂ ਵਿੱਚ ਵੀ ਹੈਗੇ ਹੈ, ਜੰਗਲਾਂ ਵਿੱਚ ਵੀ ਹੈਗੇ ਹੈ, ਪੱਥਰਾਂ ਵਿੱਚ ਵੀ ਹੈਗੇ ਹੈ, ਪਾਣੀ ਵਿੱਚ ਰਹਿਣ ਵਾਲੇ ਵੀ ਹੈਗੇ ਹੈ ਅਤੇ ਮੜੀਆਂ ਮਸਾਣਾਂ ਵਿੱਚ ਵੀ ਰਹਿਣ ਵਾਲੇ। ਜੇ ਕੋਈ ਖਾਣ ਪੀਣ ਲਈ ਮਾਣ ਜਾ ਕਰੇ ਵੀ ਅਸੀਂ ਆਹ ਕੁਛ ਖਾਂਦੇ ਹਾਂ, ਇਸ ਕਰਕੇ ਅਸੀਂ ਮਹਾਨ ਹਾਂ ਵੀ ਅਸੀਂ ਦੁੱਧ ਹੀ ਪੀਂਦੇ ਹਾਂ। ਮਹਾਰਾਜ ਕਹਿੰਦੇ ਵੀ ਜੇ ਦੁੱਧ ਪੀ ਕੇ ਤਾਂ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦਾ, ਨਿਰੇ ਕਹਿੰਦੇ ਭਗਤ ਮੈਂ ਭਗਤੇ ਦੁੱਧ ਹੀ ਤਾਰੀ ਤਾਂ ਫਿਰ ਜਿੰਨੇ ਵੀ ਬੱਚੇ ਉਹ ਜਨਮਦੇ ਹੈ ਮਾਂ ਦੇ ਪੇਟ ਤੋਂ, ਕਹਿੰਦੇ ਉਹ ਜਨਮ ਸਮੇਂ ਹੀ ਦੁੱਧ ਹੀ ਪੀਂਦੇ ਹੈ, ਦੁੱਧ ਹੀ ਚੁੰਘਦੇ ਹੈ। ਅੱਜ ਜਿੰਨੇ ਪਸ਼ੂਆਂ ਡੰਗਰਾਂ ਦੇ ਬੱਚੇ ਹੁੰਦੇ ਹੈ ਇਹ ਵੀ ਦੁੱਧ ਹੀ ਚੁੰਘਦੇ ਹੈ। ਜੇ ਤੁਹਾਨੂੰ ਕਹੇ ਮੈਂ ਦੁੱਧ ਉਤਾਰੀ ਹਾਂ ਵੀ ਦੁੱਧ ਹੀ ਪੀਂਦਾ, ਮੈਂ ਰੋਟੀ ਨਹੀਂ ਖਾਂਦਾ ਜੀ,
ਇਹਦਾ ਮਾਣ ਕਰੇ ਫਿਰ ਤੂੰ ਤੇਰੇ ਨਾਲ ਫਿਰ ਦੁੱਧਾ ਧਾਰੀ ਨਾਲ ਤਾਂ ਬੱਚੇ ਮਾਨ ਹੈ ਵੀ ਉਹ ਦੁੱਧ ਦੇ ਸਹਾਰੇ ਰਹਿੰਦੇ ਦੁੱਧ ਚੁੰਘਦੇ ਆ ਉਹ ਇਸ ਕਰਕੇ ਜੇ ਮਨੁੱਖ ਸਰੀਰ ਧਾਰਨ ਕਰਕੇ ਚਲੋ ਦੁੱਧ ਛੱਕ ਕੇ ਤੇ ਪਰਮੇਸ਼ਰ ਦਾ ਭਜਨ ਸਿਮਰਨ ਕਰਦਾ ਜਾਂ ਭਰਪੂਰ ਸ਼ਖਸ ਪਾ ਕੇ ਉਹਨੂੰ ਚਿੰਤਨ ਕਰਦਾ ਫਿਰ ਤਾਂ ਚਲੋ ਉਹਦਾ ਦੁੱਧ ਛੱਕਿਆ ਵੀ ਸਫਲ ਹੈ, ਫਲ ਫਰੂਟ ਛੱਕਿਆ ਵੀ ਸ਼ਕਲ ਹੈ, ਧਰਤੀ ਵਸਿਆ ਵੀ ਸਫਲ ਹੈ, ਭੋਰੇ ਵਿੱਚ ਬੈਠਿਆ ਵੀ ਸਫਲ ਹੈ, ਪਹਾੜ ਦੇ ਉੱਪਰ ਸਿਲਾ ਤੇ ਬੈਠ ਕੇ ਵੀ ਜੇ ਉਹਨੇ ਨਾਮ ਜਪਿਆ ਤਾਂ ਵੀ ਉਹ ਸਫਲਤਾ ਨੂੰ ਪ੍ਰਾਪਤ ਕਰ ਲਿਆ ਉਸਨੇ, ਜੇ ਭੋਰੇ ਵਿੱਚ ਬਹਿ ਕੇ ਉਹਨੇ ਨਾਮ ਜਪ ਲਿਆ ਤਾਂ ਵੀ ਉਹਦੀ ਸਫਲਤਾ ਹੋ ਗਈ, ਜੇ ਉਹ ਨਿਰਾਮ ਮਾਨ ਹੀ ਕਰਦਾ ਵੀ ਮੈਂ ਤਾਂ ਭੋਰੇ ਚ ਰਹਿੰਦਾ ਹਾਂ ਜੀ, ਮੈਂ ਪਹਾੜ ਦੀ ਗੁਫਾ ਵਿੱਚ ਰਹਿੰਦਾ, ਮੈਂ ਜੰਗਲਾਂ ਵਿੱਚ ਰਹਿੰਦਾ ਹਾਂ ਜੀ, ਜਾਂ ਮੈਂ ਬ੍ਰਹਮਚਾਰੀ ਹੈ ਬਿੰਦ ਨੂੰ ਰੋਕ ਕੇ ਰੱਖਿਆ ਹੋਇਆ ਹੈ, ਮੇਰੇ ਵਰਗਾ ਕੌਣ ਹੈ? ਮਹਾਰਾਜ ਕਹਿੰਦੇ ਵੀ ਬਾਹਰਲੀ ਕਿਰਿਆ ਦਾ ਜਿਹੜਾ ਮਾਨ ਕਰਨਾ ਹੈ ਕੋਈ ਪਰਮੇਸ਼ਰ ਦੇ ਦਰ ਕਰਦੇ ਵਿੱਚ ਤਾਂ ਇਹਦੀ ਕੋਈ ਬਹੁਤੀ ਵਡਿਆਈ ਹੈ ਨਹੀਂ ਹੈ, ਉਹ ਹੈਗੇ ਤਾਂ ਹੋਰ ਬਥੇਰੇ ਹੈਗੇ ਹੈ ਜਿਹੜੀ ਅਸੀਂ ਇੱਥੋਂ ਮਾਨ ਕਰਦਾ ਉਹ ਵੀ ਕਰ ਸਕੇ ਸਕਦੇ ਵੀ ਅਸੀਂ ਰੱਖਦੇ ਹਾਂ ਜੀ, ਉੱਥੋਂ ਤਾਂ ਫੁਰਨਾ ਜਾ ਰੋਕ ਕੇ ਰੱਖੇਗਾ, ਇਹੋ ਜਿਹੇ ਮਨੁੱਖੀ ਪੈਦਾ ਕੀਤੇ ਪਰਮੇਸ਼ਰ ਨੇ, ਉਹਨਾਂ ਦੇ ਉਹ ਸਰੀਰ ਵਿੱਚ ਬਿੰਦ ਆਉਂਦੀ ਨਹੀਂ ਹੈ, ਇਸ ਕਰਕੇ ਆ ਕੁਸਰੇ ਕਸਰੇ ਜੇ ਬਥੇਰੇ ਹੈਗੇ ਹੈ, ਇਸ ਕਰਕੇ ਵੀ ਨਿਰੀਹ ਐਸੀ ਬਾਹਰ ਲਾ ਸਕਦਾ ਜਾਂ ਕੋਈ ਬ੍ਰਹਮਚਰਜ ਜਿਹਾ ਰੱਖ ਕੇ ਮਨੁੱਖ ਮਾਣ ਕਰੇ ਠੀਕ ਹੈ, ਜੱਤ ਪਹਾਰਾ ਪੀਰ ਸੁਨਿਆਰ ਐਰਨ ਮਤ ਬੇਰ ਹਰਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਾਲ ਕੜੀਏ ਸਬਰ ਸੱਚੀ ਟਕਸਾਲ ਜਿਨਕੋ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ। ਜਰ ਸਤ ਰੱਖਣਾ ਮਾੜਾ ਨਹੀਂ ਹੈ, ਰੇਰੇ ਤੇ ਰੱਖ ਲੋ ਕਿ ਹੰਕਾਰ ਜਿਹਾ ਕਰੇ ਕਿ ਮੈਂ ਜਤੀ ਸੱਚੀ ਹਾਂ ਜੀ, ਮੈਂ ਬ੍ਰਹਮਚਾਰੀ ਹਾਂ ਤੇ ਪਰਮੇਸ਼ਰ ਦਾ ਸਿਮਰਨ ਕਰਦਾ ਨਹੀਂ ਹੈ, ਇਹਦਾ ਹੀ ਮਾਣ ਕਰਦਾ ਹੈ, ਫਿਰ ਉਹਦਾ ਕੋਈ ਬਹੁਤਾ ਲਾਭ ਨਹੀਂ ਹੈ, ਸਫਲਤਾ ਤਾਂ ਨਾਮ ਨਾਲ ਹੈ। ਜਿਵੇਂ ਏਕਾ ਹੋਵੇ ਨਾ ਤੇ ਫਿਰ ਤੁਸੀਂ ਜਿੰਨੀਆਂ ਮਰਜ਼ੀ ਬਿੰਦੀਆਂ ਲਓ ਤੇ ਗਿਣਤੀ ਵੱਧਦੀ ਉਤਰੀ ਜਾਏਗੀ, ਤੇ ਮੂਹਰੇ ਏਕਾ ਨਾ ਲਿਖੋ, ਬਿੰਦੀਆਂ ਜਿੰਨੀਆਂ ਮਰਜ਼ੀ ਲਾਓ, ਤੇ ਕਿਸੇ ਪੜ੍ਹੇ ਲਿਖੇ ਦੇ ਅੱਗੇ ਬਿੰਦੀਆਂ ਲਿਖ ਕੇ ਰੱਖ ਦਿਓ ਵੀ ਦੱਸ ਵੀ ਕਿੰਨੀ ਗਿਣਤੀ ਹੈ, ਉਹ ਗਮੂਰਖਾ ਮੂਹਰੇ ਅੰਕ ਤਾਂ ਕੋਈ ਲਿਖਿਆ ਨਹੀਂ ਹੈ, ਏਕਾ ਲਿਖ ਜਾਂ ਦੋ ਅੰਕ ਲਿਖ ਜਾਂ ਤਿੰਨ ਲੱਖ ਲਿਖ ਜਾਂ ਚਾਰ ਲਿਖ, ਉਹ ਨੌ ਅੰਕ ਨੇ, ਯਾਨੀ ਉਹਨਾਂ ਚੋਂ ਕੋਈ ਅੰਕ ਪਹਿਲਾਂ ਮੂਹਰੇ ਲਾ ਦਿਓ, ਫਿਰ ਤੁਸੀਂ ਬਿੰਦੀ ਜੀ ਲਾਓ, ਜੀਰੋ ਜੀ ਲਾਓ, ਫਿਰ ਫਟਾਫਟ ਹੀ ਪੜ੍ਹਿਆ ਲਿਖਿਆ ਦੱਸ ਦੂ, ਤੇ ਹੁਣ ਏਕਾ ਲਾ ਕੇ ਨਾਲ ਬਿੰਦੀ ਲਾਤੀ ਜੀਰੋ ਲਾਤੀ
ਇਹਨੂੰ ਮਰਜ਼ੀ ਭੜਕ ਪੜਾ, ਇਹਨੂੰ ਭੜਾ ਲਿਓ ਕੋ ਵੀ ਦੱਸ ਹੈ। ਜੇ ਇਕੱਲਾ ਇੱਕ ਹੈਗਾ ਹੈ, ਜੀਰੋ ਨਹੀਂ ਹੈ, ਫਿਰ ਵੀ ਕਹੂਗਾ ਵੀ ਇੱਕ ਦੀ ਗਿਣਤੀ ਇਹ ਦਿੰਦਾ ਹੈ, ਇੱਕ ਹੈ। ਅਤੇ ਨਿਰੀਆਂ ਬਿੰਦੀਆਂ ਨੀਆਂ ਜੀਰੋ ਤਾਂ ਨਹੀਂ ਕੋਈ ਗਿਣਤੀ ਦੇ ਹਿਸਾਬ ਵਿੱਚ ਆਉਂਦੀਆਂ। ਇਸ ਤਰ੍ਹਾਂ ਜਿਹੜਾ ਨਾਮ ਤੋਂ ਨਾਮ ਹੈ ਏਕਾ, ਜੇ ਨਾਮ ਜਪਦਾ ਤਾਂ ਸਭ ਕੁਛ ਹੀ ਹੈ, ਯੋਗ ਸਾਧਨਾ ਵੀ ਠੀਕ ਹੈ, ਘਰ ਬਾਰ ਛੱਡਿਆ ਵੀ ਸਫਲ ਹੈ, ਜੰਗਲਾਂ ਵਿੱਚ ਫਿਰਿਆ ਵੀ ਸਫਲ ਹੈ, ਭੋਰੇ ਵਿੱਚ ਬੈਠਾ ਵੀ ਠੀਕ ਹੈ, ਭੁੱਖ ਰੱਖਣਾ ਰੋਟੀ ਪਾਣੀ ਨਾ ਖਾਧੀ, ਨਾਮ ਜਪ ਲਿਆ ਉਹ ਵੀ ਠੀਕ ਹੈ, ਕਿਉਂਕਿ ਨਾਮ ਤਾਂ ਜਪਦਾ ਨਾ। ਜਿਵੇਂ ਏਕੇ ਨਾਲ ਸਾਰੇ ਬਿੰਦੀਆਂ ਦੀ ਸਫਲਤਾ ਹੈ, ਉਹ ਨਾਮ ਨਾਲ ਸਾਰਿਆਂ ਦੀ ਸਫਲਤਾ ਹੈ। ਉਹ ਨਾਮ ਤੋਂ ਬਗੈਰ, ਪਰਮੇਸ਼ਰ ਦੀ ਸ਼ਰਧਾ ਭਗਤੀ ਤੋਂ ਬਗੈਰ, ਬਾਹਰਲਾ ਜਿਹੜੀ ਕਿਰਿਆ ਉਹਦਾ ਖੰਡਨ ਜਾਂ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਅਤੇ ਨਾਲ ਉਹਨੂੰ ਸਮਝਾਉਂਦੇ ਵੀ ਹੈ ਵੀ ਤੂੰ ਨਹੀਂ ਇਹ ਮਾਣ ਜਾ ਕਰ ਵੀ ਮੈਂ ਆਹ ਕਰਦਾ, ਤੇਰੇ ਨਾਲ ਇਹੋ ਜਿਹੇ ਵੀ ਹੈਗੇ ਬਥੇਰੇ, ਉਹ ਵੀ ਮਾਣ ਕਰ ਸਕਦੇ ਹੈ। ਉਹ ਜਿਵੇਂ ਪਖਾਵੇ ਦਾ ਪਖੰਡ ਦਾ ਨਿਖੇਧ ਕਰਦੇ ਹੋਏ ਮਹਾਰਾਜ ਬਚਨ ਕਹਿ ਰਹੇ, ਆਪਾਂ ਸੁਣੀਏ ਪ੍ਰੇਮ ਪਿਆਰ ਨਾਲ। ਖੂਕ ਮਲ ਹਾਰੀ ਗਦ ਗਦਹਾ ਵਿਭੂਤ ਧਾਰੀ, ਖੂਕ ਮਲ ਹਾਰੀ, ਜਿਹੜੇ ਕੋਈ ਗੰਦਗੀ ਖਾਂਦੇ ਨੇ, ਘੋੜੀ ਲੋਕ ਜਿਹੜੇ ਹੈ ਨਾ, ਜਦੋਂ ਘੋਰ ਮੰਤਰ ਸਿੱਧ ਕਰਦੇ ਨੇ ਤੇ ਚਾਲੀ ਚਾਲੀ ਦਿਨ ਫੱਟੇ ਤੇ ਪੈ ਕੇ ਇੱਕੇ ਤਰਫ, ਫਿਰ ਆਪਣੀ ਸ਼ੀਰ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਗੰਦਗੀ ਉਹੀ ਖਾਂਦੇ ਤੇ ਆਪਣਾ ਪਿਸ਼ਾਬ ਵੀ ਉਹ ਪੀਂਦੇ ਨੇ। ਮਹਾਰਾਜ ਕਹਿੰਦੇ ਵੀ ਜੇ ਮੈਲ ਮੈਲ ਆਹਾਰੀ, ਜੇ ਮੈਲ ਦੇ ਭੋਜਨ ਖਾਧੇ ਆ, ਗੰਦਗੀ ਖਾਧੇ ਆ, ਕੁਝ ਪ੍ਰਾਪਤੀ ਹੁੰਦੀ ਹੋਵੇ, ਫਿਰ ਖੂਕ ਮਲ ਆਹਾਰੀ, ਖੂਕ ਨਾ ਸੂਰ ਦਾ ਹੈ, ਜਿਹੜਾ ਸੂਰ ਹੈ ਉਹ ਮੈਲ ਹੀ ਭਖਦਾ, ਤੂੰ ਸੱਚੜੀ ਆਪਣੀ ਖਾਂਦਾ ਗੰਦਗੀ, ਉਹਦਾ ਸਾਰੇ ਪਿੰਡ ਦੀ ਖਾਂਦਾ, ਚੱਕ ਚੱਕ ਕੇ ਸਾਰੀ ਦਿਹਾੜੀ ਹਰੀ ਦਿਹਾੜੀ ਨਲੀਆਂ ਗਲੀਆਂ ਚ ਫਿਰੀ ਜਾਂਦਾ, ਸੂਰ ਗੰਦਗੀ ਖਾਂਦਾ, ਫਿਰ ਉਹ ਤੇਰੇ ਨਾਲ ਵੱਡਾ ਮਾਨ ਹੈ। ਇਸ ਕਰਕੇ ਵੀ ਮੈਲ ਖਾਣ ਵਾਲਾ ਘੋੜੀ ਕੋਈ ਆਪਣਾ ਆਪਣੇ ਆਪ ਨੂੰ ਮਹਾਨ ਕਹੇ ਵੀ ਮੇਰੇ ਵਰਗਾ ਕੋਈ ਹੈ, ਮਹਾਰਾਜ ਕਹਿੰਦੇ ਤੇਰੇ ਨਾਲ ਸੂਰ ਵੱਡਾ ਤਕੜਾ, ਵੱਡਾ ਬੰਦ ਤਕੜਾ ਹੈ, ਤੋ ਨਹੀਂ ਹੈ, ਉਹਦਾ ਤਾਂ ਖੁਰਾਕ ਹੀ ਗੰਦਗੀ ਹੈ, ਉਹ ਤਾਂ 40 ਦਿਨ ਹੀ ਖਾਧੀ, ਉਹਨੇ ਸਾਰੀ ਜ਼ਿੰਦਗੀ ਖਾਣੀ ਹੈ। ਤੇ ਜਿਹਦੇ ਪੈਦਾ ਹੋਇਆ ਉਹ ਵੀ ਸੂਰੀ ਉਹ ਗੰਦਗੀ ਖਾਂਦੀ ਸੀ, ਕਿਹੜਾ ਪਰੋਠੇ ਖਾਣ ਬਾਈ ਤਾਂ ਜੰਮੇ, ਜਾਂ ਮੱਖਣੀ ਖਾਣੀ ਤੋਂ ਗੰਦਗੀ ਖਾਣੀ ਤਾਂ ਜੰਮਿਆ ਸੂਰ ਦਾ ਬੱਚਾ, ਤੇ ਜਾਂ ਉਹ ਬਸ ਵੱਡਾ ਹੁੰਦਾ ਬਸ ਉਹ ਮਾਂ ਨੂੰ ਦੇਖ ਕੇ ਗੰਦਗੀ ਖਾਣੀ ਸ਼ੁਰੂ ਕਰ ਦਿੰਦਾ, ਜਿੰਨਾ ਚਿਰ ਮਰਦਾ ਨਹੀਂ ਉਨਾ ਚਿਰ ਬਸ ਗੰਦਗੀ ਖਾਂਦਾ, ਤੇ ਗੰਦਗੀ ਵਿੱਚ ਹੀ ਫਿਰਦਾ, ਰੂੜੀਆਂ ਚ ਹੀ ਫਿਰਦਾ ਹੁੰਦਾ ਸੂਰ।
ਮਹਾਰਾਜ ਕਹਿੰਦੇ ਖੂਹ ਕਮਲਹਾਰੀ, ਜਿਹੜੇ ਕੋਈ ਘੋਰੀ ਲੋਕ ਉਹਨਾਂ ਨੂੰ ਸੁਣਾਉਂਦੇ ਆ ਕਰਾਰੀ ਗੱਲ ਵੀ ਤੁਸੀਂ ਕਾਹਦਾ ਮਾਣ ਕਰਦੇ ਵੀ ਅਸੀਂ ਗੰਦਗੀ ਖਾਧੀ ਜੀ, ਅਸੀਂ ਘੋਰ ਮੰਤਰ ਸਿਰ ਕੀਤਾ। ਮਹਾਰਾਜ ਕਹਿੰਦੇ ਉਹ ਕਸੂਰ ਵੀ ਮੈਲ ਖਾਂਦਾ, ਉਹਨਾਂ ਨੂੰ ਕੋਈ ਪ੍ਰਾਪਤੀ ਹੋਈ ਗੰਦਗੀ ਖਾ ਕੇ, ਤੁਹਾਨੂੰ ਭਲਾ ਕੀ ਮਿਲੇਗਾ? ਗੱਜ ਗਦਹਾ ਵਿਭੂਤ ਧਾਰੀ, ਇਸ ਤਰ੍ਹਾਂ ਸਰੀਰ ਤੇ ਜਿਹੜੇ ਸਵਾਹ ਜਿਹਾ ਮੜ ਲੈਂਦੇ ਨੇ ਨਾ, ਤੇ ਉਹਨਾਂ ਨੂੰ ਵੀ ਲੰਮੇ ਹੱਥੀ ਮਾਰ ਲੈਂਦੇ ਵੀ ਅਸੀਂ ਜੀ ਸਰੀਰ ਤੇ ਸਵਾਹ ਮਰੀ ਹੋਈ ਹੈ, ਅਸੀਂ ਕੱਪੜੇ ਨਹੀਂ ਪਾਉਂਦੇ। ਤੇ ਮਹਾਰਾਜ ਕਹਿੰਦੇ ਵੀ ਜੇ ਤੂੰ ਭਲਾ ਐਵੇਂ ਦੋ ਚਾਰ ਮੁੱਠੀਆਂ ਸਰੀਰ ਤੇ ਸਵਾਹ ਮਾਰ ਲਈ ਜਾਂ ਸਿਰ ਚ ਸਵਾਹ ਪਾ ਲਈ, ਫਿਰ ਕੀ ਹੋ ਗਿਆ? ਗੱਜ ਗਦਹਾ ਬਪੂਤ ਧਾਰੀ, ਜਿਹੜਾ ਹਾਥੀ ਹੈ ਉਹ ਵੀ ਕਹਿੰਦੇ ਮਿੱਟੀ ਘਟਾ ਸਵਾਹ ਭਰ ਹੀ ਲੈਂਦਾ। ਹਾਥੀ ਨੇ ਜਿੰਨਾ ਮਰਜ਼ੀ ਤੁਸੀਂ ਇਸ਼ਨਾਨ ਕਰਾ ਦਿਓ, ਨਹਾ ਧੋ ਦਿਓ, ਸਾਬਣ ਸੁਬਣ ਲਾ ਕੇ, ਮਗਰੋਂ ਨੇ ਝੱਟ ਹੀ ਮਿੱਟੀ ਘਟਾ ਸਵਾਹ ਪਾ ਲੈਣੀ ਹੈ, ਸਿਰ ਚ ਉਹਦਾ ਹੀ ਲਿਬੜ ਜਾਣਾ ਹੈ। ਇਹੀ ਹਾਲ ਗਦੇ ਦਾ, ਜਿੰਨਾ ਮਰਜ਼ੀ ਉਹਨੂੰ ਨਵਾਓ ਧੋਓ, ਹੁਣੇ ਨਹੀਂ ਇਹ ਸਾਫ ਸੁਥਰਾ, ਉਹਨੇ ਚੱਟੀ ਮਿੱਟੀ ਕੱਟੇ ਸੁਭਾਅ ਵਿੱਚ ਜਾ ਲਿਟਣਾ ਹੈ। ਇਹ ਮਹਾਰਾਜ ਕਹਿੰਦੇ ਵੀ ਗੱਜ ਗੱਲ ਹਾ ਬਪੂਰ ਤਾਰੀ, ਵੀ ਜੇ ਤੂੰ ਸੁਭਾਅ ਮਰੀ ਦਾ ਮਾਣ ਕਰਨਾ ਤੇ ਫਿਰ ਗਦੇ ਨੇ ਤੇ ਹਾਥੀ ਨੇ ਵੀ ਸੁਭਾਅ ਧਾਰਨ ਕੀਤੀ ਹੈ, ਉਹ ਵੀ ਇਹ ਮਿੱਟੀ ਕੱਟੇ ਵਿੱਚ ਲਿਟਦੇ ਹੀ ਰਹਿੰਦੇ ਹੈ, ਉਹਨਾਂ ਨੂੰ ਵੀ ਕੁਝ ਪ੍ਰਾਪਤੀ ਤੇ ਪ੍ਰਾਪਤੀ ਤੈਨੂੰ ਵੀ ਕੁਝ ਨਹੀਂ ਹੋਣੀ, ਸਵਾਹ ਮਿਲਿਆ। ਹਾਂ, ਪਰਮੇਸ਼ਰ ਦਾ ਨਾਮ ਜਪੇ ਫਿਰ ਕੋਈ ਹੱਲ ਨਹੀਂ ਹੈ, ਕਿਉਂਕਿ ਕਈ ਵਾਰੀ ਐਸਾ ਹੁੰਦਾ ਵੀ ਉਹ ਜੇ ਅਸੀਂ ਜੀ ਵੀ ਇਸ ਕਰਕੇ ਸਵਾਹ ਸਰੀਰ ਤੇ ਧਾਰਨ ਕੀਤੀ ਹੈ ਵੀ ਇਸ ਸਰੀਰ ਨੇ ਸਵਾਹ ਹੋਣਾ ਹੈ, ਸਵਾਹ ਦੀ ਢੇਰੀ ਬਣਨਾ, ਇਸ ਕਰਕੇ ਅਸੀਂ ਇਸ ਸਰੀਰ ਤੇ ਪਹਿਲਾਂ ਹੀ ਸਵਾਹ ਧਾਰਨ ਕਰ ਲਈ, ਸਵਾਹ ਪਹਿਲਾਂ ਹੀ ਬਣ ਲਈ ਹੈ। ਚਲੋ ਤਾਂ ਜਦੋਂ ਹੋਣਾ 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 ਹੀ ਹੈ, ਪਹਿਲਾਂ ਕਾਹਨੂੰ ਐਵੇਂ ਲਿਬੜਦੇ ਬੜੇ ਰਹਿਣਾ ਹੈ, ਐਵੇਂ ਭੂਤ ਮੋਲੇ ਜੇ ਬਣ ਕੇ ਰਹਿਣਾ ਹੈ? ਪਰਮੇਸ਼ਰ ਨੇ ਬਹੁਤ ਸੁੰਦਰ ਦੇਹੀ ਦਿੱਤੀ ਹੈ, ਇਹਨੂੰ ਚੰਗੀ ਤਰ੍ਹਾਂ ਨਵਾ ਧਵਾ ਕੇ ਸ਼ਿੰਗਾਰ ਕੇ ਰੱਖ ਕੇ ਤੇ ਪਰਮੇਸ਼ਰ ਦਾ ਭਜਨ ਸਿਮਰਨ ਕਰਨਾ ਚਾਹੀਦਾ, ਦੋ ਪ੍ਰਸ਼ਾਦੇ ਛੱਕ ਕੇ। ਕਿਉਂ ਐਵੇਂ ਗਧੇ ਵਾਂਗੂ ਕਹਿੰਦੇ ਸਵਾਹ ਮਰਨੀ ਹੈ? ਕਿਉਂ ਹਾਥੀ ਵਾਂਗੂ ਮਿੱਟੀ ਘੱਟੇ ਨਾਲ ਲਿਬੜ ਕੇ ਰਹਿਣਾ ਹੈ? ਕੁਝ ਨਹੀਂ ਪ੍ਰਾਪਤੀ ਹੈ, ਇਹ ਜਿਹੜੀ ਸਵਾਹ ਮਿਲੀ ਹੈ ਨਾਮ ਨੀ ਜਪਿਆ ਹੈ। ਗਿਦੂਆ ਮਸਾਨ ਵਾਸ ਕਰੇ ਉਹੀ ਕਰਤ ਹੈ। ਇਸ ਤਰ੍ਹਾਂ ਕਈ ਕਹਿੰਦੇ ਅਸੀਂ ਤਾਂ ਜੀ ਘਰ ਬਾਰ ਛੱਡਤਾ ਹੈ, ਅਸੀਂ ਤਾਂ ਮੜੀਆਂ ਵਿੱਚ ਰਹਿੰਦੇ ਹਾਂ, ਕਬਰਾਂ ਵਿੱਚ ਰਹਿੰਦੇ, ਸਿਵਿਆਂ ਵਿੱਚ ਰਹਿੰਦੇ ਹਾਂ, ਸਾਡੇ ਵਰਗਾ ਕੌਣ ਸੰਤ ਹੈ? ਮਹਾਰਾਜ ਕਹਿੰਦੇ ਗਿਦੂਆ ਮਸਾਨ ਵਾਸ ਕਰੇ ਉਹੀ ਕਰਤ ਹੈ। ਕਹਿੰਦੇ ਤੂੰ ਤਾਂ ਚਲੋ ਵੱਡਾ ਹੋ ਕੇ ਹੀ ਆਇਆ ਨਾ ਬਸਾਣਾ ਚ, ਜਿਹੜਾ ਗਿੱਧੂ ਹੈ ਕੀ ਹੈ, ਗਿੱਦੜ ਹੈ ਜਾਂ ਬਿੱਜੂ ਹੈ? ਕਹਿੰਦੇ ਸਾਰੀ ਜ਼ਿੰਦਗੀ ਉਹ ਮਸਾਣਾ ਵਿੱਚ ਹੀ ਵਾਸ ਕਰਦਾ, ਇੱਕ ਮਾਸਾਹਾਰੀ ਪਸ਼ੂ ਹੈ ਤੇ ਉਹ ਮਾਸ ਖਾਂਦਾ ਹੈ। ਹੁਣ ਮਸਾਣਾ ਵਿੱਚ ਇਸ ਕਰਕੇ ਰਹਿਣ ਲੱਗ ਪੈਂਦਾ ਕਿਉਂਕਿ ਜਿਹੜੇ ਕੋਈ ਬੱਚੇ ਹੈ ਉਹਨਾਂ ਦਾ ਲੋਕ ਸੰਸਕਾਰ ਨਹੀਂ ਨਾ ਕਰਦੇ ਹੁੰਦੇ,
ਉਂਜੀ ਟੋਆ ਜਿਹਾ ਪੁੱਟ ਕੇ ਅਤੇ ਉਹਨੂੰ ਉੱਥੋਂ ਦਾ ਪਾ ਦਿੰਦੇ ਹੈ। ਹੋਰ ਬੱਚੇ ਕੱਢ ਕੱਢ ਕੇ ਬੀਜੂ ਖਾਈ ਜਾਂਦਾ। ਇੱਥੋਂ ਤੱਕ ਉਹਨੂੰ ਮਾਸ ਦਾ ਜਦੋਂ ਚਸਕਾ ਜਿਹਾ ਲੱਗ ਜਾਂਦਾ, ਮਾਸ ਖਾਣ ਦੀ ਪੱਕੀ ਆਦਤ ਬਣ ਜਾਂਦੀ ਹੈ, ਫਿਰ ਉਹ ਘਰਾਂ 'ਚ ਵੀ ਰਾਤ ਨੂੰ ਚੱਕਰ ਮਾਰਨ ਲੱਗ ਜਾਂਦਾ ਬੀਜੂ। ਜਿਨ੍ਹਾਂ ਦੇ ਬੱਚੇ ਉਹ ਸੁੱਤੇ ਪਏ ਹੁੰਦੇ, ਉਹ ਸਮਝਦਾ ਵੀ ਇਹ ਮਰੇ ਹੀ ਪਈ ਹੈ, ਵੀ ਚੱਕ ਕੇ ਬਸ ਹੁਣ ਚੱਲਦਾ ਬਣਦਾ ਹੈ। ਇਸ ਕਰਕੇ ਉਹ ਕਰੋਪ ਜਿਹਾ ਹੁੰਦਾ, ਬਹੁਤ ਭੈੜੇ ਰੂਪ ਵਾਲਾ ਕੋਝਾ ਜਿਹਾ ਹੁੰਦਾ ਉਹ ਬੀਜੂ ਜਿਹੜਾ ਹੈ। ਇਸ ਕਰਕੇ ਜਿਹੜਾ ਕੋਈ ਕਰੂਪ ਜਿਹਾ ਮਨੁੱਖ ਹੋਵੇ ਜਾਂ ਮਹਾਂਮੂਰਖ ਜਾਂ ਜਿਹਨੂੰ ਅਕਲ ਮੌਤ ਨਾ ਹੋਵੇ, ਉਹਨੂੰ ਵੀ ਕਹਿੰਦੇ ਤੂੰ ਤਾਂ ਬੀਜੂ ਹੈ ਬਈ। ਇਸ ਤਰ੍ਹਾਂ ਕਰੂਪ ਆਦਮੀ ਨੂੰ ਬੀਜੂ ਕਿਹਾ ਹੈ, ਮਹਾਂਮੂਰਖ ਬੰਦੇ ਨੂੰ ਵੀ ਬੀਜੂ ਕਿਹਾ ਹੈ ਜਿਹਨੂੰ ਕੁਝ ਨਾ ਸਮਝ ਸੂਝ ਹੋਵੇ। ਉਹ ਮਹਾਰਾਜ ਇੱਥੇ ਕਹਿੰਦੇ ਆ ਵੀ ਗਿਧੂਆ ਮਸਾਨ ਵਾਸ ਕਰੇ ਹੋਏ ਕਰਤ, ਜੇ ਭਲਾ ਤੂੰ ਮੜੀਆਂ ਵਿੱਚ ਜਾ ਕੇ ਰਹਿ ਗਿਆ, ਕਬਰਾਂ ਵਿੱਚ ਰਹਿ ਗਿਆ, ਫਿਰ ਭਲਾ ਕੀ ਹੋ ਗਿਆ। ਗਿਧੂਆ ਨੂੰ ਗਿੱਦੜ ਦਾ, ਗਿੱਦੜ ਵੀ ਕਹਿੰਦੇ ਮੜੀਆਂ ਵਿੱਚ ਰਹਿੰਦਾ ਹੀ ਹੈ, ਅਤੇ ਬਿਜੂ ਵੀ ਜਿਹੜਾ ਵਾਸ ਹੈ ਉਹ ਉੱਥੇ ਕਰੇ ਹੀ ਕਰਦਾ ਸਾਰੀ ਜ਼ਿੰਦਗੀ। ਬਿਜੂ ਉਸ ਸਿਵਿਆਂ ਵਿੱਚ ਮੜੀਆਂ ਵਿੱਚ ਹੀ ਰਹਿੰਦਾ ਹੈ। ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ। ਜਿਹੜੇ ਜੋਗੀ ਲੋਕ ਹੈ ਉਹ ਬਾਹਰ ਜਾ ਕੇ ਮੱਟ ਜਾ ਬਣਾ ਕੇ ਉਹਦੇ ਵਿੱਚ ਰਹਿੰਦੇ ਹੈ, ਅਤੇ ਉਹ ਕਹਿਣ ਵੀ ਅਸੀਂ ਮੱਟਾਂ ਵਿੱਚ ਰਹਿੰਦੇ ਹਾਂ, ਅਸੀਂ ਘਰਾਂ ਵਿੱਚ ਨਹੀਂ ਕੋਠੀਆਂ ਵਿੱਚ ਨਹੀਂ ਰਹਿੰਦੇ ਹਾਂ। ਇਸ ਕਰਕੇ ਵੀ ਅਸੀਂ ਮਹਾਨ ਹਾਂ ਲੋਕਾਂ ਤੋਂ। ਮਹਾਰਾਜ ਕਹਿੰਦੇ ਘੁੱਗੂ ਮੱਟ ਵਾਸੀ, ਜਿਹੜੇ ਕੋਈ ਮੱਟਾਂ ਬਚਣ ਵਸਣ ਵਾਲੇ ਹੈ ਜੀ, ਉਹ ਮਾਨ ਕਰਨ। ਫਿਰ ਕਹਿੰਦੇ ਘੁੱਗੂ ਮੱਟ ਵਾਸੀ, ਜਿਹੜਾ ਘੁੱਗੂ ਨਾ ਉੱਲੂ ਦਾ ਹੈ, ਜਿਹੜੇ ਜੰਗਲਾਂ ਵਿੱਚ ਮੱਟ ਜੇ ਬਣੇ ਹੁੰਦੇ ਉਹਨਾਂ ਵਿੱਚ ਜਾ ਕੇ ਦਿਨੇ ਕਹਿੰਦੇ ਲੁਕਦੇ ਹੁੰਦੇ, ਉੱਥੇ ਉਹ ਰਹਿੰਦੇ ਹੁੰਦੇ ਉੱਲੂ। ਇਸ ਕਰਕੇ ਕਹਿੰਦੇ ਉੱਲੂ ਵੀ ਮੱਟਾਂ ਵਿੱਚ ਹੀ ਵਸਦੇ, ਜੇ ਭਲਾ ਤੂੰ ਰਹਿ ਗਿਆ ਤੇ ਫੇਰ ਭਲਾ ਕੀ ਹੈ। ਦੌਲਤ ਉਦਾਸੀ ਮ੍ਰਿਗ। ਹਾਂ, ਇਸੇ ਤਰ੍ਹਾਂ ਜੇ ਘਰ ਬਾਰ ਛੱਡ ਕੇ ਆਪਣਾ ਮੀਂਜਾ ਹੋ ਕੇ ਇੱਧਰ ਉੱਧਰ ਫਿਰਨ ਲੱਗ ਜਾਏ, ਲਓ ਜੀ ਅਸੀਂ ਤਾਂ ਡਾਂਗ ਤੇ ਡੇਰਾ ਰੱਖਦੇ ਹਾਂ, ਅਸੀਂ ਇੱਕ ਰਾਤ ਤੋਂ ਬਗੈਰ ਦੂਜੀ ਰਾਤ ਕਿਤੇ ਤਾਂ ਕੱਟਦੇ ਹੀ ਨਹੀਂ ਹੈ। ਕਿਉਂਕਿ ਉਹਨਾਂ ਨੂੰ ਉਹ ਜਿਹੜੇ ਕੋਈ ਫਿਰਨ ਤੁਰਨ ਵਾਲੇ ਹੈ ਪੰਥ ਹੈ ਇੱਕ, ਉਹ ਵਹਿਮ ਪਾ ਦਿੰਦੇ ਹੈ, ਕਹਿੰਦੇ ਵੀ ਜੇ ਇੱਕ ਰਾਤ ਬਗੈਰ ਤੋਂ ਕਿਤੇ ਨਾ ਦੂਜੀ ਰਾਤ ਰਿਹਾ, ਸਾਰੀ ਜ਼ਿੰਦਗੀ ਵਸਿਆ ਫਿਰਦਾ ਰਿਹਾ, ਜਿੱਥੋਂ ਤੱਕ ਤੂੰ ਘੁੰਮ ਲਏਗਾ ਫਿਰ ਤੁਲੇ, ਉੱਥੋਂ ਤੱਕ ਅਗਲੇ ਜਨਮ ਵਿੱਚ ਤੇਰਾ ਰਾਜ ਭਾਗ ਕਹਿ ਹੋਵੇ, ਉੱਥੋਂ ਤੱਕ ਤਾਂ ਤੂੰ ਰਾਜਾ ਬਣ ਜਾਏਗਾ। ਉਹ ਵਿਚਾਰਾ ਇਸ ਵਿੱਚ ਵੀ ਅਗਲੇ ਜਨਮ 'ਚ ਆਪਾਂ ਵੱਡੇ ਰਾਜੇ ਬਣਨਾ, ਬਸ ਫਿਰ ਡੰਗ ਤੇ ਲੱਗਦਾ ਰੱਖਦੇ ਰਹਿੰਦੇ ਨਹੀਂ, ਕਿਤੇ ਇੱਕ ਰਾਤ ਹੀ ਰਹਿੰਦਾ ਹੈ, ਅੱਗੇ ਤੋਂ ਅੱਗੇ ਬਸ ਫਰੀ ਚਲੀ ਜਾਂਦਾ ਹੈ। ਮਹਾਰਾਜ ਕਹਿੰਦੇ ਵੀ ਜੇ ਇਸ ਤਰ੍ਹਾਂ ਵੀ ਉਦਾਸੀ ਧਾਰਨ ਕਰਕੇ ਘਰ ਵੱਲੋਂ ਆਰਾਮ ਵਿੱਚ ਹੋ ਕੇ ਫਿਰੇ ਤੁਰੇ ਤਾਂ ਦੂਰ ਦੂਰ ਤੱਕ, ਫਿਰ ਜਿਹੜੇ ਕੋਈ ਮਿਰਗ ਹੈ ਹਰਨ ਹੈ ਉਹ ਵੀ ਕਹਿੰਦੇ ਸਾਰੀ ਜ਼ਿੰਦਗੀ ਫਿਰਦੇ ਹੀ ਰਹਿੰਦੇ, ਡੋਲਦੇ ਹੀ ਰਹਿੰਦੇ ਜੰਗਲਾਂ ਵਿੱਚ, ਉਹ ਕਿਹੜਾ ਕਟਕਦੇ ਆ ਕਿਤੇ, ਆਹ ਕਿੱਡਾ ਵੱਡਾ ਜੰਗਲ ਹੁੰਦਾ ਹੈ, ਤੇ ਉਹ ਕਿਤੇ 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 ਕਿਤੇ
ਇਸ ਤਰ੍ਹਾਂ ਹਨ ਜਿਹੜੇ ਆ ਇੱਧਰ ਉੱਧਰ ਫਿਰਦੇ ਰਹਿੰਦੇ ਆ, ਵਧੇ ਰਹਿੰਦੇ ਆ, ਫਿਰ ਉਹਨਾਂ ਨੂੰ ਕੁਛ ਨਾ ਕੁਛ ਹਾਸਲ ਹੋਣਾ ਚਾਹੀਦਾ। ਜੇ ਉਹਨਾਂ ਨੂੰ ਜੰਗਲਾਂ ਵਿੱਚ ਫਿਰ ਫਿਰ ਕੇ ਕੁਝ ਨਹੀਂ ਨਾ ਹੋਇਆ ਹਾਸਲ ਹਰਨਾਂ ਨੂੰ, ਤੇ ਇਸੇ ਤਰ੍ਹਾਂ ਤੈਨੂੰ ਵੀ ਘੁੰਮਣ ਨਾਲ ਕੁਛ ਨਹੀਂ ਮਿਲਣਾ। ਗਲਤ ਹੈ ਵੀ ਜੇ ਤੂੰ ਲੋ ਪ੍ਰਸ਼ਾਦ ਛੱਕ ਕੇ ਨਾਮ ਜਪੇਗਾ, ਵਾਹਿਗੁਰੂ ਨਾਲ ਪ੍ਰੇਮ ਕਰਾਰ ਕਰੇਗਾ, ਫਿਰ ਕੁਛ ਮਿਲੂਗਾ। ਚਲੋ ਜੇ ਡੰਗ ਤੇ ਡੇਰਾ ਰਹਿਦਾ, ਘੁੰਮਦਾ, ਨਾਲ ਨਾਮ ਜਪਦਾ ਹੈ, ਪਰ ਫਿਰ ਉਦਾਸੀ ਬਣ ਕੇ ਉਹਦੀ ਸਫਲਤਾ ਹੈਗੀ ਹੈ ਵੀ ਚਲੋ ਘਰੇ ਤਾਂ ਪਰਚੀ ਨਾ ਬਹੁਤ ਮਮਤਾ ਕੁੜੀਆਂ ਮੰਡੀਆਂ ਵਿੱਚ ਇਹਨਾਂ ਤੋਂ ਬਚੂ, ਮੋਹੇ ਲਾਗਾ ਜਾਂ ਪੁਰ ਜਾਏ ਵੀ ਮੋਹ ਵਿੱਚ ਫਸ ਜਾਊਗੇ ਤਾਂ ਜਾਂ ਪੁਰੀ ਨੂੰ ਜਾਊਗਾ। ਜਿਵੇਂ ਮੋਹ ਵਿੱਚ ਬਾਬਾ ਫਸਿਆ ਸੀ, ਮਹਾਰਾਜ ਕੱਢਦੇ ਸੀ ਤੇ ਵਿਚਾਰਾ ਮੋਹ ਵਿੱਚ ਫਸਿਆ, ਪਹਿਲਾਂ ਬੈਲ ਜਿਹਾ ਬਣਿਆ ਸੀ, ਫਿਰ ਕੁੱਤਾ ਜਿਹਾ ਬਣ ਗਿਆ ਸੀ, ਫਿਰ ਸੱਪ ਜਿਹਾ ਬਣ ਗਿਆ ਸੀ, ਫਿਰ ਗੰਦਗੀ ਦਾ ਕੀੜਾ ਬਣਿਆ ਸੀ, ਅਖੀਰ ਤੇ ਗੰਦਗੀ ਦਾ ਕੀੜਾ ਬਣ ਕੇ ਔਖਾ ਹੋ ਕੇ ਫਿਰ ਕਿਤੇ ਜਾ ਕੇ ਮੋਹ ਛੱਡਿਆ ਸੀ ਪਰਿਵਾਰ ਦਾ, ਫਿਰ ਗੁਰੂ ਮਹਾਰਾਜ ਨੇ ਉਹਦੀ ਕਲਿਆਣ ਕੀਤੀ ਸੀ। ਇਸ ਤਰ੍ਹਾਂ ਕਰਦਾ ਮੋਹ ਜਿਹਾ ਛੱਡ ਕੇ ਉਹ ਪਰਾਮ ਜਿਹਾ ਹੋ ਕੇ ਜੇ ਬਾਹਰ ਘੁੰਮਣ ਲੱਗ ਗਿਆ ਪਰ ਨਾਮ ਜਪਦਾ ਹੈ, ਫਿਰ ਉਹਨੂੰ ਕੁਝ ਪ੍ਰਾਪਤੀ ਹੈਗੀ ਹੈ, ਨਿਰਾ ਘੁੰਮਣ ਨਾਲ ਕੁਝ ਨਹੀਂ ਹੈ। ਉਹ ਕਹਿੰਦੇ ਇਸ ਤਰ੍ਹਾਂ ਜਿਹੜੇ ਹਰਨ ਵਗੈਰਾ ਉਹ ਵੀ ਡੋਲਦੇ ਹੀ ਰਹਿੰਦੇ ਫਿਰਦੇ ਹੀ ਰਹਿੰਦੇ ਹਨ। ਧਰਵਰ ਸਦੀਵ ਮੋਨ ਸਾਦੇ ਮਰਤ ਹੈ, ਜਿਹੜੇ ਕੋਈ ਮੋਨੀ ਲੋਕ ਹੈ ਬੋਲਣ ਨਹੀਂ ਵਾਲੇ ਹਨ, ਚੁੱਪ ਰੱਖ ਜਵਾਨ ਨੂੰ ਬੰਦ ਰੱਖਣ ਵਾਲੇ ਆ, ਉਹ ਕਹਿੰਦੇ ਅਸੀਂ ਬੋਲਦੇ ਨਹੀਂ, ਅਸੀਂ ਜੀ ਮੋਨੀ ਆ, ਸਾਡੇ ਵਰਗਾ ਕਿਹੜਾ ਹੈ ਵੀ ਮਨੁੱਖ ਦੀ ਕਹਿੰਦੇ ਜਵਾਨ ਨਹੀਂ ਰਹਿੰਦੀ ਹੁੰਦੀ ਹੈ। ਫਿਰ ਦੇਖੋ ਇੱਕ ਮਾਈ ਨੂੰ ਸੁਭਾਅ ਬੋਲਣ ਦਾ ਪਿਆ ਸੀ, ਪੁੱਠਾ ਬੋਲਦੀ ਸੀ ਵੀ ਇਹ ਕਿਤੇ ਪੁੱਠਾ ਨਾ ਬੋਲੇ, ਉਹਨੂੰ ਘਰ ਦੇ ਅੰਦਰ ਉਹਨਾਂ ਨੇ ਬੰਦ ਕਰਤਾ ਸੀ, ਉਹਨੇ ਦਰਵਾਜ਼ੇ ਦੇ ਚੀਥਾਂ ਰਾਹੀਂ ਫਿਰ ਵੀ ਕੋਈ ਸਹਿਤਾ ਸੀ, ਚਿਹਰਿਆਂ ਨੂੰ ਤਾਂ ਗਿਲਾ ਲਓ, ਜਬਾਨ ਬੰਦ ਕਰਨੀ ਬਹੁਤ ਔਖੀ ਹੈ। ਵੀ ਅਸੀਂ ਜਬਾਨ ਬੰਦ ਕੀਤੀ, ਅਸੀਂ ਮੋਨੀ ਹਾਂ ਜੀ। ਮਹਾਰਾਜ ਨੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਚੁੱਪ ਹੈ ਚੁੱਪ ਨਾ ਹੋਈ ਜੇ ਲਾਇ ਰਹਾ ਲਗਤਾਰ, ਵੀ ਚੁੱਪ ਕੀਤਿਆਂ ਬਾਹਰਲੀ ਫਿਰ ਵੀ ਅੰਦਰਲੀ ਚੁੱਪ ਨਹੀਂ ਹੁੰਦੀ, ਮਨ ਨਹੀਂ ਨਾ ਚੁੱਪ ਹੁੰਦਾ, ਜਦੋਂ ਤਾਂ ਬੋਲੀ ਜਾਂਦਾ ਉਹਦਾ ਤਰ੍ਹਾਂ ਤਰ੍ਹਾਂ ਦੇ ਫੁਰਨੇ ਕਰੀ ਜਾਂਦਾ ਅੰਦਰ ਅੰਦਰ, ਫਿਰ ਬਾਹਰਾ ਜਵਾਨ ਨੂੰ ਬੰਦ ਕਰ ਲਿਆ ਤੇ ਫਿਰ ਕੀ ਹੈ। ਇਸ ਕਰਕੇ ਮੌਨ ਸਾਦਾ ਹੀ ਮਰਦ ਹੈ, ਕਹਿੰਦੇ ਬਲਾ ਜੇ ਤੂੰ ਚੁੱਪ ਕਰ ਰਿਹਾ ਤੇ ਫਿਰ ਕੀ ਹੈ, ਤੂੰ ਤਾਂ ਚਲੋ ਪਹਿਲਾਂ ਤਾਂ ਜੰਮਿਆ ਉਦੋਂ ਤਾਂ ਆਵਾਂ ਕਰਦੇ ਹੁੰਦਾ ਹੀ ਹੋਊਗਾ ਨਾ, ਦੁੱਧ ਪਿੱਛੇ ਰੋਟੀ ਪਿੱਛੇ, ਜਦੋਂ ਮੋਨੀਆਂ ਦੇ ਪੰਥ ਵਿੱਚ ਆਇਆ ਹੈ ਤੇ ਮੌਨ ਪੰਥ ਧਾਰਿਆ ਤੇ ਉਦੋਂ ਤੋਂ ਲੈ ਕੇ ਤੂੰ ਜਵਾਨ ਨੂੰ ਬੰਦ ਕੀਤਾ, ਪਹਿਲਾਂ ਤਾਂ ਤੂੰ ਬੋਲਦਾ ਹੀ ਚੱਲਦਾ ਸੀ। ਤੇ ਜਿਹੜੇ ਦਰਖਤ ਹੈ ਕਹਿੰਦੇ ਉਹ ਦੇ ਕਿੰਨੇ ਮਾਨ ਹੈ, ਵੀ ਜਦੋਂ ਬੀਜ ਵਿੱਚੋਂ ਅੰਕੁਰ ਦੇ ਵਿੱਚ ਆਉਂਦੇ ਹੈ ਉਹ ਅੰਕੁਰ ਜਿਹਾ ਫੁੱਟਦਾ, ਫਿਰ ਵੱਡੇ ਹੁੰਦੇ ਦਰਖਤ ਨਾ ਤਾਂ ਜਦੋਂ ਉਹ ਬੀਜ ਚੋਂ ਬਾਹਰ ਨਿਕਲਦੇ ਉਦੋਂ ਬੋਲਦੇ, ਜਦੋਂ ਬੀਜ ਵਿੱਚ ਹੁੰਦੇ ਆ ਦਰਖਤ ਉਦੋਂ ਵੀ ਨਹੀਂ ਬੋਲਦੇ। ਜਦੋਂ ਬੜੇ ਬੜੇ
ਉਹਨਾਂ ਦਾ ਫਲਾਹ ਹੋ ਜਾਂਦਾ, ਉਦੋਂ ਵੀ ਸਾਰੀ ਜ਼ਿੰਦਗੀ ਦਰਖਤ ਨਹੀਂ ਬੋਲਦਾ ਹੈ। ਅਤੇ ਮਹਾਰਾਜ ਕਹਿੰਦੇ ਵੀ ਜਿਹੜੇ ਦਰਖਤ ਹੈ ਸਾਰੇ ਹੀ ਇਹ ਮੋਲ ਸਾਧੇ ਮੋਲ ਧਾਰ ਕੇ ਮਰ ਜਾਂਦੇ, ਇਹ ਸਾਰੀ ਜ਼ਿੰਦਗੀ ਨਹੀਂ ਬੋਲਦੇ। ਜੇ ਭਲਾ ਤੂੰ ਮੋਲ ਧਾਰ ਲਈ, ਫਿਰ ਭਲਾ ਕੀ ਪਹਾੜ ਡਿੱਗ ਪਿਆ, ਫਿਰ ਕੀ ਤੂੰ ਮਹਾਨਤਾ ਹਾਸਲ ਕਰ ਲਈ। ਅਸਲ ਤਾਂ ਜਵਾਨ ਤੇ ਕੰਟਰੋਲ ਕਰਕੇ ਇਹ ਫੜਾ ਨਹੀਂ ਮਾਰ ਰਹੀਆਂ ਹਨ। ਮੂੰਹ ਤੋਂ ਇਹ ਨਹੀਂ ਕਹਿਣਾ ਵੀ ਮੈਂ ਹੁਣ ਜੀ ਇਉਂ ਜਪ ਤੋ ਕਰਦਾ, ਮੈਂ ਇੰਨੀ ਸੁਖਨੀ ਦੇ ਪਾਠ ਕਰਦਾ, ਮੈਂ ਇੰਨੇ ਮੂਲ ਮੰਤਰ ਦੇ ਪਾਠ ਕੀਤੇ। ਇੱਦਾਂ ਜਵਾਨ ਤੇ ਕੰਟਰੋਲ ਕਰਨਾ, ਆਪਣੀ ਵਡਿਆਈ ਆਪ ਨਹੀਂ ਮਾਰਨੀ ਹੈ। ਇਹ ਹੈ ਵੀ ਉਹ ਜਿੰਨੀ ਕੁ ਲੋੜ ਹੈ ਉਹਨਾਂ ਕੁ ਬੋਲਣਾ, ਜਿੰਨੀ ਕੁ ਲੋੜ ਹੈ ਉਹਨਾਂ ਕੁ ਖਾਣਾ ਹੈ, ਜਿੰਨੀ ਕੁ ਲੋੜ ਹੈ ਸਰੀਰ ਨੂੰ ਉਹਨਾਂ ਕੁ ਸੌਣਾ ਹੈ। ਇਹ ਹੈ ਗੁਰਮੁਖ ਦਾ ਪਾਉਣਾ, ਥੋੜਾ ਸੋਵਣ ਖਾਵਣਾ, ਥੋੜਾ ਬੋਲਣ ਗੁਰਮਤ ਪਾਏ। ਇਹ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਕਿਹਾ ਹੈ ਵੀ ਇਸ ਤਰ੍ਹਾਂ ਲੋੜ ਮੁਤਾਬਕ ਉਹ ਬੋਲ ਪੈਣਾ, ਐਵੇਂ ਫਜ਼ੂਲ ਨਹੀਂ ਗੱਪਾਂ ਛੱਪਾਂ ਨਹੀਂ ਮਾਰੀ ਜਾਣੀਆਂ, ਐਵੇਂ ਨਹੀਂ ਨਿੰਦਿਆ ਚੁਗਲੀ ਵਿੱਚ ਜਵਾਨ ਨੂੰ ਲਾਈ ਰੱਖਣਾ ਹੈ। ਜੇ ਵੀ ਚਲੋ ਨਿਰੀ ਜਵਾਨ ਤੇ ਕਹੇ ਵੀ ਮੈਂ ਕੰਟਰੋਲ ਕੀਤਾ, ਮੈਂ ਤਾਂ ਬੋਲਦਾ ਹੀ ਨਹੀਂ ਹੈ ਤੇ ਨਾਮ ਜਪਿਆ ਨਹੀਂ ਹੈ, ਫਿਰ ਕਹਿੰਦੇ ਕੋਈ ਨਹੀਂ ਹੈ ਪ੍ਰਾਪਤੀ। ਫਿਰ ਤਾਂ ਦਰਖਤ ਕਹਿੰਦੇ ਸਾਰੀ ਜ਼ਿੰਦਗੀ ਚੁੱਪ ਧਾਰਨ ਕਰਕੇ ਮਰ ਜਾਂਦੇ, ਖਤਮ ਹੋ ਜਾਂਦੇ ਹੈ। ਜੇ ਉਹਨਾਂ ਨੂੰ ਕੋਈ ਹਾਸ ਨਹੀਂ ਹੋਇਆ ਤੇ ਚੁੱਪ ਧਾਰਨ ਵਾਲੇ ਮੋਨੀਆਂ ਮਿਲਣਾ ਤੈਨੂੰ ਵੀ ਕੱਖ ਨਹੀਂ। ਬਿੰਦ ਕੇ ਸਧਈਆ ਤਾਹੇ ਹੀ ਜਕੀ ਬਡਈਆ ਦੇਤ। ਜਿਹੜੇ ਕੋਈ ਬ੍ਰਹਮਚਾਰੀ ਆਪਣੇ ਆਪ ਨੂੰ ਕਹਾਉਂਦੇ ਹੈ ਵੀ ਅਸੀਂ ਬ੍ਰਹਮਚਾਰੀ ਰੱਖਿਆ ਹੋਇਆ, ਅਸੀਂ ਬਿੰਦ ਰੱਖਿਆ, ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਹੀਂਜੜੀ ਦੀ ਵਡਿਆਈ ਦੇ ਦੇਣੀ, ਖੁਸਰੇ ਦੀ ਵਡਿਆਈ ਦੇ ਦੇਣੀ ਚਾਹੀਦੀ ਵੀ ਉਹ ਖੁਸਰਾ ਹੈ। ਇਸ ਤਰ੍ਹਾਂ ਵੀ ਨਿਰਾ ਬ੍ਰਹਮਚਾਰੀ ਜਿੱਥੇ ਨਹੀਂ ਹੈ ਠੀਕ ਹੈ, ਬ੍ਰਹਮਚਾਰੀ ਰੱਖਣਾ ਬਹੁਤ ਤਕੜਾ। ਅੱਠ ਪ੍ਰਕਾਰ ਦਾ ਬ੍ਰਹਮਚਾਰੀ ਹੈ, ਇੱਕ ਕੰਨਾਂ ਦੁਆਰਾ ਬਣਾ ਉਹ ਐਸਾ ਉਹ ਇਹੋ ਜਿਹੇ ਕਾਮ ਦੇ ਬਚਨ ਸੁਣੇ ਇੱਧਰੋਂ ਵੀ ਰੱਖੇ, ਅੱਖਾਂ ਦੁਆਰਾ ਬਣਾ ਦੇਖੇ, ਇਸ ਤਰ੍ਹਾਂ ਪੈਰਾਂ ਨਾਲ ਉੱਧਰ ਚੱਲੇ ਨਾ, ਹੱਥਾਂ ਨਾਲ ਇਹੋ ਜਿਹੀ ਕਿਰਿਆ ਨਾ ਕਰੇ। ਫਿਰ ਅੱਠ ਪ੍ਰਕਾਰ ਦਾ ਜਿਹੜਾ ਕੋਈ ਰੱਖਦਾ ਉਹਨੂੰ ਅਸੀਂ ਬ੍ਰਹਮਚਾਰੀ ਕਿਹਾ ਜਾ ਸਕਦਾ ਹੈ। ਚਲੋ ਜੇ ਇਹਨੇ ਰੱਖ ਵੀ ਲਿਆ ਤੇ ਪਰਮੇਸ਼ਰ ਦਾ ਭਜਨ ਸਿਮਰਨ ਨਾ ਕੀਤਾ, ਫਿਰ ਤਾਂ ਕੋਈ ਬਹੁਤੀ ਮਹਾਨਤਾ ਨਹੀਂ, ਕੋਈ ਬਹੁਤਾ ਪ੍ਰਾਪਤੀ ਨਹੀਂ ਹੈ। ਫਿਰ ਤਾਂ ਕਹਿੰਦੇ ਬਿੰਦ ਕੇ ਸਦਈਆ ਤਾਂ ਹੀਂਜ ਕੀ ਬੜਈਆ ਦੇਰ। ਜੇ ਬਿੰਦ ਨੂੰ ਧਾਰਨ ਵਾਲਾ, ਰੁਕ ਕੇ ਰੱਖਣ ਵਾਲਾ ਹੈ, ਉਸਨੂੰ ਕਹਿੰਦੇ ਬਸ ਸਾਡੇ ਵੱਲੋਂ ਤਾਂ ਵੀ ਖੁਸਰੇ ਦੀ ਵਡਿਆਈ ਦੇ ਦੇਣੀ, ਉਹਨੂੰ ਖੁਸਰਾ ਕਹਿ ਦੇਣਾ ਚਾਹੀਦਾ। ਬੰਦਰਾ ਸਦੀਵ ਪਾਏ ਨਾ ਗਈ ਫਿਰਤ ਹੈ। ਜੇ ਕੋਈ ਇਹ ਮਾਣ ਨਾ ਕਰੇ ਵੀ ਕਿਉਂ ਅਸੀਂ ਨਾਗਿਆਂ ਦੇ ਪੰਥ ਵਿੱਚ ਆਏ, ਅਸੀਂ ਨੰਗੇ ਪੈਰੀ ਫਿਰਦੇ ਹਾਂ, ਅਸੀਂ ਨਹੀਂ ਨਾ ਚੱਪਲਾਂ ਪਾਈਆਂ, ਨਾ ਰਕਾਬੀ ਪਾਈ ਹੈ, ਨਾ ਜੋੜਾ ਪਾਇਆ, ਵੀ ਕੁਝ ਨਹੀਂ ਪਾਉਂਦੇ ਹੈ, ਵੀ ਉਹ ਨੰਗੇ ਪੈਰ ਹੋਣ ਦਾ ਹੀ ਮਾਣ ਹੈ।
ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ, ਪਗ ਉਪੇਤਾਣਾ ਆਪਣਾ ਕੀ ਹੈ ਕਮਾਣਾ। ਜੇ ਪੈਰਾਂ ਚੋਂ ਨੰਗਾ ਰਹਿੰਦਾ ਨਾ, ਕਹਿੰਦੇ ਆਪਣਾ ਕੀ ਆ ਕਮਾਉਣਾ, ਆਪਣਾ ਕੀਤਾ ਕਹਿੰਦੇ ਕਮਾ ਰਿਹਾ, ਆਪਣਾ ਕੀਤਾ ਹੁਣ ਪਿਛਲੇ ਸਮੇਂ ਜਨਮ ਵਿੱਚ ਕਹਿੰਦੇ ਲੋਕਾਂ ਦੇ ਜੋੜੇ ਚੱਕੇ ਹੋਣੇ। ਸਾਧੂ ਸੰਤ ਦਾ ਜੋੜਾ ਚੱਕ ਲਿਆ ਹੋਣਾ, ਜਿਹਨੂੰ ਹਨੂੰਮਾਨ ਨੇ ਪਿਛਲੇ ਜਨਮ ਸੇ ਵਿੱਚੋਂ ਲਾ ਲਏ ਸੀ ਨਾ ਕੱਪੜੇ, ਤੇ ਉਹਨੇ ਸ਼ਰਾਪ ਦੇਤਾ ਸੀ, ਕਹਿੰਦੇ ਵੀ ਚੰਗਾ ਲੰਗੋਟੀ ਜੀ ਤੂੰ ਰੱਖੀ ਆ, ਲੰਗੋਟੀ ਰਹੂ ਤੇ ਮਾਂ ਤੂੰ ਕਿਸੇ ਅਵਤਾਰ ਦਾ ਵੀ ਸੇਵਕ ਬਣ ਜਾਏ, ਤੈਨੂੰ ਨੀ ਕੱਪੜੇ ਪਾਉਣੇ ਮਿਲਣਗੇ, ਜੇ ਪਾਏਗਾ ਅੱਗ ਲੱਗੂ ਤੇਰੇ ਸਰੀਰ ਨੂੰ। ਹਨੂੰਮਾਨ ਨੂੰ ਸ਼ਰਾਪ ਸੀ ਪਿਛਲੇ ਜਨਮ ਦਾ। ਇਸ ਤਰ੍ਹਾਂ ਕਹਿੰਦੇ ਵੀ ਇਹ ਤਾਂ ਜਿਹੜਾ ਤੂੰ ਜੋੜੇ ਚੱਕੇ ਹੋਣੇ ਆ, ਤੇ ਉਹ ਕਿਸੇ ਰੱਬ ਦੇ ਪਿਆਰੇ ਨੇ ਦੇਖਿਆ ਵੀ ਕਿਸੇ ਪ੍ਰੇਮੀ ਨੇ ਦੱਸੇ, ਉਹ ਤੂੰ ਚੁੱਕ ਲੈ ਜਾ, ਤੇਰੇ ਤੈਨੂੰ ਜੋੜੇ ਨਹੀਂ ਮਿਲੇ, ਫਿਰ ਨੰਗਾ ਜਿਵੇਂ ਮੈਂ ਫਿਰ ਰਿਹਾ। ਆਪਣਾ ਕੀਤਾ ਕਮਾਉਂਦਾ ਕੋਈ ਪ੍ਰਾਪਤੀ ਨਹੀਂ, ਉਹ ਕਹਿੰਦਾ ਵੀ ਮੈਨੂੰ ਨੰਗੇ ਪੈਰੀ ਰਹਿਣਾ। ਇੱਥੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਤੇ ਕਲਗੀਧਰ ਜੀ ਮੋਹਰ ਲਾ ਰਹੇ, ਉਹ ਕਹਿ ਰਹੇ ਹਨ ਪੰਦਰਾਂ ਸਦੀਵ ਪਾਏ ਨਾ ਗਈ ਫਿਰਤ ਹੈ। ਬੜਾ ਫੇਰ ਕੀ ਹੋ ਗਿਆ ਜੇ ਤੂੰ ਨੰਗੇ ਪੈਰੀ ਫਿਰਦਾ ਹੈ, ਜਿਹੜੇ ਬਾਂਦਰ ਹੈ ਸਾਰੀ ਜ਼ਿੰਦਗੀ ਕਹਿੰਦੇ ਨੰਗੇ ਪੈਰ ਹੀ ਫਿਰਦੇ ਆ, ਦਰਖਤਾਂ ਤੇ ਵੀ ਛਾਲਾਂ ਮਾਰਦੇ ਆ ਤੇ ਭਾਗ ਦੀਆਂ ਗੁਫਾ ਵਿੱਚ ਵੀ ਚਲੇ ਜਾਂਦੇ ਨੰਗੇ ਪੈਰੀ, ਇਸੇ ਤਰ੍ਹਾਂ ਜੰਗਲਾਂ ਵਿੱਚ ਵੀ ਘੁੰਮੀ ਜਾਂਦੇ ਆ, ਪਿੰਡਾਂ ਵਿੱਚ ਵੀ ਉਹ ਆ ਜਾਂਦੇ, ਕੀੜੇ ਕੱਢ ਜਾਂਦੇ ਹਮੇਸ਼ਾ ਜ਼ਿੰਦਗੀ ਭਰ, ਕਹਿੰਦੇ ਨੰਗੇ ਪੈਰੀ ਉਹ ਫਿਰਦੇ ਹਨ। ਉਹਨਾਂ ਨੂੰ ਜੇ ਬਾਂਦਰਾਂ ਨੂੰ ਕੁਛ ਮਿਲਿਆ ਹੈ ਨੰਗੇ ਪੈਰੀ ਕਰਕੇ, ਇਸ ਕਰਕੇ ਵੀ ਪੁਰਖਾ ਨੰਗੇ ਪੈਰ ਫਿਰਨ ਵਾਲਿਆ ਨਾਮ ਤੋਂ ਬਗੈਰ ਤੈਨੂੰ ਵੀ ਕੁਝ ਨਹੀਂ ਹਾਸਲ ਹੋਣਾ ਹੈ। ਅੰਗਨਾ ਅਧੀਨ ਕਾਮ ਕ੍ਰੋਧ ਕ੍ਰੋਧ ਮੈਂ ਪ੍ਰਵੀਨ ਏਕ, ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਇੱਥੇ ਵਿਸਰਾਮ ਅੰਗਨਾ ਜੇ ਸ੍ਰੀਮਤ ਦੇ ਅਧੀਨ ਹੈ ਤੇ ਕਾਮ ਕ੍ਰੋਧ ਦੇ ਵਿੱਚ ਬੜਾ ਹੀ ਚੁਸਤ ਚਲਾਕ ਹੈ ਕਿ ਕਾਮ ਵਾਸ਼ਨਾ ਜਦੋਂ ਪੂਰੀ ਕਰਦਾ ਕਿਸੇ ਨੂੰ ਪਤਾ ਨਹੀਂ ਚੱਲਣ ਦਿੰਦਾ, ਬੜਾ ਚਤਰ ਹੈ ਤੇ ਕ੍ਰੋਧ ਕਰਨ ਵਿੱਚ ਵੀ ਅੰਦਰੇ ਅੰਦਰੇ ਜੇ ਕਰਦਾ ਚਿੱਠੀਆਂ ਜਿਹੀਆਂ ਵੱਢਦਾ ਬਾਹਰ ਨਹੀਂ ਪਤਾ ਲੱਗਦਾ ਵੀ ਇਹਨੂੰ ਗੁੱਸਾ ਆਇਆ ਹੋਇਆ। ਇਸ ਤਰ੍ਹਾਂ ਗੁੱਸੇ ਕਰਨ ਵਿੱਚ ਵੀ ਚੁਸਤ ਚਲਾਕ ਹੈ ਵੀ ਜੇ ਬਾਹਰ ਕਿਸੇ ਨੇ ਗੁੱਸਾ ਕੱਢਿਆ ਤਾਂ ਲੱਡਾ ਠੋਲ ਪਊਗਾ। ਇਸ ਤਰ੍ਹਾਂ ਗੁੱਸਾ ਰੱਖਣ ਵਿੱਚ ਵੀ ਸਿਆਣਾ ਚਤਰ ਵੀ ਪਤਾ ਨਹੀਂ ਲੱਗਣਾ ਹੁੰਦਾ, ਅੰਦਰੇ ਅੰਦਰੇ ਰੱਖਦਾ ਲੁਕੋ ਕੇ ਗੁੱਸਾ ਤੇ ਗੌਰਵ ਜਿਹੜਾ ਕਾਮ ਹੈ ਉਹ ਬਾਹਰ ਨਹੀਂ ਪਤਾ ਲੱਗਦਾ ਅੰਦਰ ਅੰਦਰ ਕਿਵੇਂ ਭਾਵੇਂ ਕਾਮ ਕ੍ਰੋਧ ਦੇ ਵਿੱਚ ਪ੍ਰਵੀਨ ਜਾਂ ਚੁਸਤ ਲਾਗ ਜਾਂ ਬਣਿਆ ਫਿਰਦਾ ਹੈ। ਏਕ ਗਿਆਨ ਕੇ ਬਹੀਨ ਛੀਨ ਕੈਸੇ ਕਹਿ ਤਰਤ ਹੈ, ਜਾਂ ਇਹਨਾਂ ਨੂੰ ਰੱਖਣ ਵਿੱਚ ਵੀ ਕਾਮ ਕ੍ਰੋਧ ਨੂੰ ਬਸ ਕੰਟਰੋਲ ਵਿੱਚ ਰੱਖਣ ਵਿੱਚ ਬੜਾ ਚਤਰ ਹੈ, ਪਰ ਏਕ ਗਿਆਨ ਕੇ ਬਹੀਨ, ਇੱਕ ਜਿਹੜਾ ਪਰਮੇਸ਼ਰ ਦਾ ਬ੍ਰਹਮ ਗਿਆਨ ਉਹਦੇ ਬਿਨਾਂ ਕਹਿੰਦੇ ਜਿਹੜਾ ਛੀਨ ਪੁਰਸ਼ ਹੈ ਕਮਜ਼ੋਰ ਪੁਰਸ਼ ਹੈ ਵਿਕਾਰਾਂ ਦਾ ਨਾਸ਼ ਕੀਤਾ ਹੋਇਆ ਪੁਰਸ਼ ਹੈ ਉਹ ਕਿਸ ਤਰ੍ਹਾਂ ਕਹਿੰਦੇ ਨਾ ਤਰ ਸਕਦਾ ਹੈ, ਇਹ
ਤਾਂ ਪਰਮੇਸ਼ੁਰ ਦਾ ਨਾਮ ਜਪ ਕੇ ਤਰ ਸਕਦਾ ਹੈ, ਇਹਨਾਂ ਦੇ ਕਰਕੇ ਨਹੀਂ ਤਰਨਾ ਹੁੰਦਾ ਉਸਦਾ। ਭੂਤ ਬਨ ਚਾਰੀ ਛਿਤ ਛਾਉਣਾ ਸਭ ਦੁੱਧਾ ਧਾਰੀ। ਹੁਣ ਜਿਹੜੇ ਕੋਈ ਜੰਗਲ ਵਿੱਚ ਹੀ ਸਾਰੀ ਜ਼ਿੰਦਗੀ ਫਿਰਨ ਤੁਰਨ ਵਾਲੇ ਹੈ, ਉਹਨਾਂ ਤਾਈਂ ਮਹਾਰਾਜ ਕਹਿੰਦੇ ਹੈ ਵੀ ਕੋਈ ਬਹੁਤੀ ਪ੍ਰਾਪਤੀ ਨਹੀਂ ਹੈ। ਜੇ ਬਨਚਾਰੀ ਜੰਗਲ ਵਿੱਚ ਹੀ ਜਿਹੜਾ ਕੋਈ ਫਿਰਦਾ ਵਿਚਰਦਾ ਇਹਦਾ ਹੀ ਮਾਣ ਕਰਦਾ ਹੈ, ਤਾਂ ਮਹਾਰਾਜ ਕਹਿੰਦੇ ਭੂਤ ਬਨਚਾਰੀ ਜਿਹੜਾ ਜੰਗਲ ਵਿੱਚ ਫਿਰਦਾ ਉਹਦਾ ਮਾਣ ਕਰਦਾ ਵੀ ਫਿਰ ਉਹ ਭੂਤ ਹੈ। ਭੂਤ ਵੀ ਜੰਗਲ ਵਿੱਚ ਹੀ ਫਿਰਦਾ ਹੁੰਦਾ, ਤੂੰ ਫਿਰ ਉਹ ਵੱਡਾ ਭੂਤ ਹੋ ਗਿਆ, ਉਹ ਵੀ ਫਿਰਦੇ ਤੂੰ ਵੀ ਫਿਰੀ ਜਾਂਦਾ। ਛੇਤ ਛਾਨਾ ਸਵਾ ਦੁੱਧਾ ਧਾਰੀ, ਜਿਹੜੇ ਕੋਈ ਦੁੱਧਾ ਧਾਰੀ ਲੋਕ ਉਹਨਾਂ ਦੇ ਤਾਈਂ ਮਹਾਰਾਜ ਉਹ ਕਿੰਤੂ ਕਰਦੇ ਆ, ਤਰਕ ਕਰਦੇ ਆ ਵੀ ਦੁੱਧ ਪੀਣ ਦਾ ਮਾਣ ਜਾ ਕਾਹਦਾ ਕਰਦਾ, ਵੀ ਅਸੀਂ ਅੰਨ ਨਹੀਂ ਖਾਂਦੇ। ਅੰਨ ਨਾਲ ਕਹਿੰਦੇ ਸੁਸਤੀ ਪੈਂਦੀ ਹੈ ਜੀ, ਅੰਨ ਨਾਲ ਕਾਮ ਵਿਕਾਰ ਪੈਦਾ ਹੁੰਦੇ ਨੇ, ਇਸ ਕਰਕੇ ਅਸੀਂ ਦੁੱਧ ਪੀਨੇ, ਹਲਕਾ ਹਜ਼ਮ ਹੋ ਜਾਂਦਾ ਹੈ। ਹੋਏ ਇਸ ਤਰ੍ਹਾਂ ਜਿਹੜੇ ਕੋਈ ਦੁੱਧਾ ਧਾਰੀ ਲੋਕ ਹੈ ਉਹਨਾਂ ਨੂੰ ਮਹਾਰਾਜ ਕਹਿੰਦੇ ਛੇਤ ਸੋਨਾ ਸਵੈ ਦੁੱਧਾ ਧਾਰੀ, ਜਿੰਨੇ ਧਰਤੀ ਤੇ ਸੋਨਾ ਕੀਏ ਬੱਚੇ ਨੇ, ਭਾਵੇਂ ਪਸ਼ੂਆਂ ਦੇ ਭਾਵੇਂ ਆ ਜਿਹੜੇ ਮਨੁੱਖ ਹੈ ਉਹਨਾਂ ਦੇ ਬੱਚੇ ਹੈ, ਸਾਰੇ ਦੁੱਧ ਧਾਰਨ ਵਾਲੇ ਦੁੱਧ ਹੀ ਪੀਂਦੇ ਆ ਉਹ। ਜੇ ਭਲਾ ਤੂੰ ਦੁੱਧ ਪੀ ਲਿਆ ਤੇ ਫੇਰ ਕੀ ਹੋ ਗਿਆ, ਬੱਚੇ ਪੀਂਦੇ ਹੀ ਹੈ। ਛੇਤ ਨਾ ਜਿਹੜੇ ਨਿੱਕੇ ਬੱਚੇ ਹੋਣ, ਛੋਟੇ ਬੱਚੇ ਹੋਣ, ਉਹ ਜਨਮ ਸਮੇਂ ਬੱਚਾ ਛੋਟਾ ਹੁੰਦਾ, ਜਿੰਨੇ ਛੋਟੇ ਛੋਟੇ ਬੱਚੇ ਹੈ ਸਾਰੇ ਦੁੱਧ ਦੇ ਆਧਾਰ ਰਹਿੰਦੇ, ਦੁੱਧ ਹੀ ਚੁੰਘਦੇ, ਦੁੱਧ ਹੀ ਪੀਂਦੇ ਹਨ। ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ। ਜਿਹੜਾ ਕਹਿੰਦੇ ਵੀ ਅਸੀਂ ਪਾਣੀ ਭਖਦੇ, ਅਸੀਂ ਹੋਰ ਨੀ ਕੁਝ ਖਾਂਦੇ ਪੀਂਦੇ, ਆ ਜਿਹੜੇ ਕੋਈ ਸਵਾਸ ਜੇ ਚੜਾ ਕੇ ਦਸਵੇਂ ਦੁਆਰ ਵਿੱਚ ਬਹਿ ਜਾਂਦੇ ਹੈ ਯੋਗ ਸਾਧਨਾ ਦੁਆਰਾ, ਉਹਨਾਂ ਨੂੰ ਕਹਿੰਦੇ ਹੈ ਪੌਣ ਕੇ ਆਹਾਰੀ। ਪੌਣ ਭੁੱਖਣ ਵਾਲਿਆਂ ਨੂੰ ਕਹਿੰਦੇ ਸੱਪ ਜਾਣ ਲੈਣਾ ਚਾਹੀਦਾ, ਸੱਪ ਵੀ ਹਵਾ ਹੀ ਭੱਖਦੇ ਹਨ, ਕਈ ਮਿੱਟੀ ਖਾਣੇ ਹੁੰਦੇ ਹੈ, ਕੋਈ ਪੌਣ ਪਾਣੀ, ਕੋਈ ਕੀੜੇ ਮਕਾਉਣ ਖਾਣੇ ਵਾਲੇ ਵੀ ਹੁੰਦੇ ਹਨ। ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ। ਇਸ ਤਰ੍ਹਾਂ ਜਿਹੜਾ ਕੋਈ ਕਹਿੰਦੇ ਵੀ ਅਸੀਂ ਤਾਂ ਸਾਨੂੰ ਤਾਂ ਖਾਂਦੇ ਨਹੀਂ ਹੈ, ਇਹ ਜਿਹੜਾ ਸਾਗ ਸੂਗ ਜਾ ਨਾ ਉਹ ਖਾ ਪੀ ਲੈਂਦੇ ਹਾਂ, ਘਾਹ ਕੋਈ ਖਾਂਦੇ ਹਾਂ ਅਸੀਂ, ਜਿਹੜੀ ਸਾਗ ਸੂਗ ਜਾ ਖਾਂਦੇ ਹਾਂ ਉਹਨਾਂ ਨੂੰ ਮਹਾਰਾਜ ਕਹਿੰਦੇ ਹੈ ਤਿਰਣ ਕੇ ਪਛਈਆ, ਜਿਹੜੇ ਘਾਹ ਖਾਣ ਵਾਲੇ ਹਨ। ਫਿਰ ਕਹਿੰਦੇ ਅਸੀਂ ਧਨ ਦਾ ਲੋਭ ਵੀ ਛੱਡਿਆ ਹੋਇਆ, ਧਨ ਦੇ ਲੋਭੀ ਨਹੀਂ ਹੈ, ਤੁਹਾਨੂੰ ਅਸੀਂ ਹੱਥ ਹੀ ਨਹੀਂ ਲਾਉਂਦੇ, ਬਾਹਰਲਾ ਦਿਖਾਵਾ ਜਾ ਕਰਦੇ ਵੀ ਧਨ ਛੱਡਿਆ ਹੋਇਆ, ਅੰਦਰ ਨਹੀਂ ਹੁੰਦਾ ਹੈ ਛੱਡਿਆ, ਅੰਦਰ ਧਨ ਦਾ ਲੋਭ ਹੁੰਦਾ ਹੈ। ਉਹ ਥੋੜ੍ਹਾ ਬਹੁਤਾ ਚਲੋ ਹੁੰਦਾ ਵੀ ਜੇ ਕੋਈ ਬਹੁਤਾ ਗੱਫਾ ਲਿਆ ਦੇ ਫਿਰ ਉਹ ਕਰਕਰਾ ਲੈਂਦੇ ਹੀ ਰੋਤਾ, ਜਿਵੇਂ ਉਹ ਕੋਈ ਸ਼ਾਹੂਕਾਰ ਨੇ ਸੁਣਿਆ ਵੀ ਇਹ ਸੰਤ ਦਾ ਧਨ ਦੇ ਲੋਭੀ ਨਹੀਂ ਹੈ, ਇਹ ਧਨ ਨੀ ਮਾਇਆ ਨਹੀਂ ਲੈਂਦੇ,
ਜੋ ਹੈ ਸੀ ਸੋਮ ਸ਼ਾਹੂਕਾਰ। ਉਹ ਕਹਿੰਦਾ ਆਪਾਂ ਨੂੰ ਮੁਫ਼ਤ ਦੀ ਵਡਿਆਈ ਮਿਲ ਜਾਣੀ ਹੈ, ਸੰਤਾਂ ਨੇ ਕਿਹੜਾ ਮਾਇਆ ਲੈਣੀ ਹੈ। ਇਸ ਤਰ੍ਹਾਂ ਵੀ ਚਲੋ ਮੁਫ਼ਤ ਦੀ ਵਡਿਆਈ ਹੈ, ਅਤੇ ਉਹਨੇ 20 ਰੁਪਈਏ ਲਿਆ ਕੇ ਉਹ ਮਹਾਤਮਾ ਅੱਗੇ ਰੱਖ ਲਏ ਵੀ ਉਹਨਾਂ ਨੇ ਕਹਿਣਾ ਵੀ ਭਈ ਅਸੀਂ ਤਾਂ ਨਹੀਂ ਲੈਂਦੇ, ਅਸੀਂ ਨਹੀਂ ਹੱਥ ਲਾਉਂਦੇ। ਅਤੇ ਮੈਂ ਕਹੀ ਜਾਂਦੀ ਜੀ ਮਹਾਰਾਜ ਜ਼ਰੂਰ ਲਓ ਜ਼ਰੂਰ ਲਓ। ਅਤੇ ਆਸੇ ਪਾਸੇ ਵਾਲੇ ਕਹਿਣਗੇ ਵੀ ਬੜਾ ਚੰਗਾ ਦਾਨੀ ਹੈ, ਉਹਨਾਂ ਨੇ ਲੈਣੇ ਨਹੀਂ ਮੁਫ਼ਤ ਦੀ ਵਡਿਆਈ ਆਪਾਂ ਨੂੰ। ਜਦੋਂ ਜਾ ਕੇ ਰੱਖੇ ਦੇਖਦੇ ਹਾਂ ਸਾਰ ਉਹਨਾਂ ਚੁੱਕ ਕੇ ਗੀਜੇ ਜੇ ਪਾ ਲਏ ਫਿਰ ਲੱਗਿਆ ਕਹਾਣੀ ਜੇ ਪਾਉਣ। ਕਹਿੰਦੇ ਮਹਾਰਾਜ ਮੈਂ ਤਾਂ ਬੜੀ ਸਿਰ ਸੁਣੀ ਸੀ ਵੀ ਤੁਸੀਂ ਤੁਹਾਨੂੰ ਹੱਥ ਹੀ ਨਹੀਂ ਲਾਉਂਦੇ। ਮੈਂ ਸੁਣਿਆ ਸੀ ਮਹਾਰਾਜ ਤੁਸੀਂ ਤੁਹਾਨੂੰ ਹੱਥ ਨਹੀਂ ਲਾਉਂਦੇ। ਉਹ ਜਦੋਂ ਨਾ ਹੀ ਹਟਿਆ ਕਹਿੰਦੇ ਵੀ 2-4 ਰੁਪਈਆਂ ਦੇ ਤਾਂ ਹੈਗੇ ਅਸੀਂ ਤਿਆਗੀ ਬਿਆਗੀ, 20-40 ਦੇ ਨਹੀਂ ਹੈਗੇ, 20-40 ਹੁਣ ਤਾਂ ਚੱਕ ਲੈਂਦੇ ਲੈ। ਇਸ ਤਰ੍ਹਾਂ ਵੀ ਜੇ ਕੋਈ ਧੰਦਾ ਲੋਭ ਛੱਡਣ ਵੀ ਅਸੀਂ ਲੋਭ ਛੱਡਤਾ, ਅਸੀਂ ਪੈਸੇ ਨੂੰ ਹੱਥ ਨਹੀਂ ਲਾਉਂਦੇ ਹਾਂ, ਅਤੇ ਅੰਦਰ ਹੋਈ ਹੈ ਬਿਮਾਰੀ ਅੱਗੇ ਪਿੱਛੇ ਉਹ ਲੈ ਲੂ ਲੈਂਦੇ ਸਾਰਾ ਕੁਝ। ਕਈਆਂ ਦਾ ਹੈਗਾ ਵੀ ਉਹ ਮਹਾਰਾਜ ਨੂੰ ਮੈਨੂੰ ਮੱਥਾ ਟੇਕਣ ਦੇ, ਕਹਿੰਦੇ ਦੁੱਖੀ ਤਿੱਕੀ ਤਾਂ ਟੇਕ ਦੇ ਹੋਰ ਪਿਆ ਨਹੀਂ ਟੇਕਣਾ। ਅਤੇ ਉਂਝ ਕਹਿੰਦੇ ਮਹਾਰਾਜ ਤੋਂ ਆਸੇ ਪਾਸੇ ਨੂੰ 1 ਲੱਖ ਰੁਪਈਆ ਸਾਨੂੰ ਦੇ ਦਿਓ, ਉਹ ਅਸੀਂ ਲੈ ਲਾਂਗੇ। ਵੀ ਇਸ ਤਰ੍ਹਾਂ ਦਾ ਵੀ ਲਾਣਾ ਹੈਗਾ ਵੀ ਧਨ ਦਾ ਲੋਭ ਛੱਡਣ ਵਾਲਾ ਦਿਖਾਵਾ ਕਰ ਰਿਹਾ, ਲਈ ਸਾਰਾ ਕੋਈ ਜਾਂਦਾ ਸੋਨਾ ਚਾਂਦੀ ਵੀ। ਉਹ ਜਿਹੜੇ ਕੋਈ ਘਾਹ ਫੂਸ ਖਾਣ ਵਾਲੇ ਮਾਣ ਕਰਨ ਲਏ ਤੰਦਾ ਲੋਭ ਛੱਡਣ ਵਾਲੇ ਹਨ, ਕਹਿਣ ਵਾਲੇ ਹਨ ਤੇ ਤੋ ਗਊਨ ਕੇ ਜਈਆ ਬ੍ਰਿਖ ਭਈਆ ਮਾਨੀਅਤ। ਉਹਨਾਂ ਨੂੰ ਕਹਿੰਦੇ ਜਾਂ ਤਾਂ ਗਊਆਂ ਦੇ ਜਈਆ, ਜਿਹੜੇ ਗਊਆਂ ਦੇ ਬੱਚੇ ਮੰਨ ਲੈਣਾ ਚਾਹੀਦਾ। ਗਊਆਂ ਦੇ ਛੋਟੇ ਛੋਟੇ ਬੱਚੇ ਹੁੰਦੇ, ਉਹ ਘਾਹ ਪੂਜਾ ਹੀ ਖਾਂਦੇ ਹੁੰਦੇ, ਤੇ ਧੰਦਾ ਨੀ ਲੋਭ ਨੂੰ ਹੁੰਦਾ ਨਾ। ਗਊਆਂ ਦੇ ਬੱਚਿਆਂ ਨੂੰ ਧੰਦਾ ਨੀ ਹੋ ਦਿੰਦੇ, ਮਾਇਆ ਲੈਂਦੇ ਨੀ ਹੁੰਦੇ, ਉਹ ਖਾ ਕੇ ਘਰ ਕੁ ਖਾਂਦੇ ਹੁੰਦੇ। ਜਾਂ ਬਿਰਖ ਭਈਆ ਮਾਨੀਅਤ, ਜਾਂ ਕਹਿੰਦੇ ਜਿਹੜੇ ਵੱਡੇ ਬਲ ਦੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ। ਵੱਡੇ ਬੈਲ ਹੋਏ ਮੰਨ ਲਈਏ, ਭਈਆ ਨਾ ਹੋਏ ਦਾ ਹੈ ਉਹ ਵੱਡੇ ਜਿਹੜੇ ਬੈਲ ਹੋਏ ਮੰਨ ਲੈਣਾ ਚਾਹੀਦਾ। ਵੱਡੇ ਜਿਹੜੇ ਬਲ ਦਾ ਉਹ ਵੀ ਘਾਹ ਹੀ ਖਾਂਦੇ ਹੈ, ਪੁੱਠੇ ਹੀ ਖਾਂਦੇ ਹੈ। ਫਿਰ ਉਹਨਾਂ ਨੂੰ ਬੈਲ ਜਾਂ ਜਿਹੜੇ ਗਊਆਂ ਦੇ ਛੋਟੇ ਛੋਟੇ ਬੱਚੇ ਜੇ ਉਹ ਬਛੇਰੂ ਮੰਨ ਲੈਣਾ ਚਾਹੀਦਾ ਹੈ। ਨੱਬ ਕੇ ਉਡਈਆ ਤਾਂ ਹੈ ਪੰਛੀ ਕੀ ਵਡਈਆ ਦੇ, ਜਿਹੜੇ ਕੋਈ ਸਿੱਧੀਆਂ ਦੇ ਬਲ ਨਾਲ ਜਿਵੇਂ ਭੰਗਰ ਨਾਥ ਆਕਾਸ਼ ਵੀ ਨਾਰੀਆਂ ਲਾਉਂਦਾ ਸੀ, ਕਹਿੰਦਾ ਸੀ ਮੈਂ ਭੰਗਰ ਨਾਥ ਹੈ, ਮੈਂ ਤਾਂ ਆਕਾਸ਼ ਦੇ ਤਾਰੇ ਤੋੜ ਲਿਆਉਣਾ ਜੀ, ਤੁਸੀਂ ਮੇਰੇ ਅੱਗੇ ਕੀ ਹੋ। ਇਸ ਤਰ੍ਹਾਂ ਜਿਹੜੇ ਕੋਈ ਸਿੱਧੀਆਂ ਬਲ ਦੇ ਨਾਲ ਆਕਾਸ਼ ਉਡਾਰੀਆਂ ਲਾਉਣ ਵਾਲੇ ਉਹਨਾਂ ਨੂੰ ਮਹਾਰਾਜ ਕਹਿੰਦੇ ਆ ਨਵ ਕੇ ਉਡਈਆ ਤਾਂ ਇਹ ਪੰਛੀ ਕੀ ਵਡਈਆ ਦੇ। ਜਿਹੜੇ ਆਕਾਸ਼ ਵਿੱਚ ਸਿੱਧੀਆਂ ਦੇ ਬਲ ਨਾਲ ਉੱਡਣ ਵਾਲੇ ਉਹਨਾਂ ਨੂੰ ਕਹਿੰਦੇ ਪੰਛੀਆਂ ਦੀ ਵਡਿਆਈ ਦੇ ਦੇਣੀ ਚਾਹੀਦੀ ਹੈ ਵੀ ਪੰਛੀ ਆਕਾਸ਼ ਵਿੱਚ ਹੀ ਉੱਡੇ ਫਿਰਦੇ ਆ, ਕਬੂਤਰ ਬਠੇਰੇ ਉੱਡਦੇ ਆ, ਇਹਨਾਂ ਦੀਆਂ ਬਾਜੀਆਂ ਲੱਗਦੀਆਂ, ਉਹਨਾਂ ਨੂੰ ਕਬੂਤਰ ਕਹਿ ਦੇਣਾ ਚਾਹੀਦਾ ਹੈ। ਬਗਲਾ
ਬਿਡਾਲ ਬ੍ਰਿਕ ਧਿਆਨੀ ਠਾਨੀ ਅਤ ਹੈ। ਜੇ ਕੋਈ ਅੱਖਾਂ ਜੀਆਂ ਮੀਚ ਕੇ ਬਹਿ ਜੇ ਨਾ, ਤੇ ਜੇ ਕੋਈ ਮੈਂ ਬੜਾ ਧਿਆਨੀ ਹਾਂ ਤੇ ਪਖੰਡ ਕਰਦਾ, ਜੇ ਉਹ ਲਾਹੌਰ ਬਾਹਰ ਬੈਠਾ ਸੀ ਨਾ ਇੱਕ, ਪਹਿਲਾਂ ਉਹ ਠਾਕੁਰਾਂ ਦੀ ਪੂਜਾ ਜੀ ਕਰ ਲਈ ਸੀ, ਮਗਰੋਂ ਅੱਖਾਂ ਜੀਆਂ ਬੰਦ ਕਰਕੇ ਬਹਿ ਗਿਆ ਸੀ, ਤੇ ਜਦੋਂ ਅੱਖਾਂ ਜੀਆਂ ਖੋਲੀਆਂ ਗੁਰੂ ਨਾਨਕ ਸਾਹਿਬ ਜੀ ਨੇ ਪੁੱਛ ਲਿਆ, ਕਹਿੰਦੇ ਵੀ ਜਿਹੜਾ ਤੇਰਾ ਇਸ਼ਟ ਹੈ ਉਹ ਤਾਂ ਤੇਰੇ ਸਾਹਮਣੇ ਪਿਆ ਤੇ ਤੂੰ ਅੱਖਾਂ ਮੀਚ ਕੇ ਹੋਰ ਕਿਹਦਾ ਧਿਆਨ ਕਰਨਾ। ਉਹ ਕਹਿੰਦਾ ਮਹਾਰਾਜ ਇਹ ਤਾਂ ਭਗਵਾਨ ਦੀ ਠਾਕੁਰਾਂ ਦੀ ਪੂਜਾ ਕਰ ਲਈ, ਹੁਣ ਜਦੋਂ ਮੈਂ ਪੂਜਾ ਕਰਕੇ ਧਿਆਨ ਲੈ, ਧਿਆਨ ਦੇ ਬਲ ਨਾਲ ਮੈਨੂੰ ਤਿੰਨ ਲੋਕ ਸੁੱਝ ਪੈਂਦੇ, ਤਿੰਨਾਂ ਲੋਕਾਂ ਵਿੱਚ ਉਹ ਕੁਛ ਹੁੰਦਾ ਦਿਸਦਾ ਹੈ। ਮਹਾਰਾਜ ਜਾਣਦੇ ਸੀ ਝੂਠ ਬੋਲਦਾ, ਪਖੰਡ ਕਰਦਾ, ਤਿੰਨ ਲੋਕ ਕੁਛ ਨਹੀਂ ਸੁੱਝਦੇ, ਅੱਖਾਂ ਮੀਚੀਆਂ। ਉਹ ਤਾਂ ਮਗਰੂ ਕਲਗੀਧਰ ਜੀ ਨੇ ਬਾਣੀ ਵਿੱਚ ਪਿਆ ਵੀ ਨੈਣ ਬੂਣ ਜੇ ਕੋਈ ਇਸ ਤਰ੍ਹਾਂ ਕਹੇ ਵੀ ਮੈਨੂੰ ਕੁਛ ਦਿਸਦਾ ਤੇ ਅੰਨਿਆਂ ਦੀ ਪਦਵੀ ਪਾ ਦੇਣਾ, ਅੱਖਾਂ ਬੰਦ ਕੀਤੀਆਂ, ਕਹਿੰਦੇ ਉੱਥੇ ਰਸਤਾ ਨਹੀਂ ਦਿਸਦਾ ਹੈ ਤੇ ਰੱਬ ਭਲਾ ਕਿਵੇਂ ਦਿਸਦੂ। ਅੱਖਾਂ ਬੰਦ ਕਰ ਲਓ, ਅਗਲਾ ਰਸਤਾ ਨਹੀਂ ਦਿਸਦਾ ਤੇ ਫਿਰ ਰੱਬ ਭਲਾ ਕਿਵੇਂ ਅੱਖਾਂ ਬੰਦ ਕੀਤੀਆਂ ਕਰੋ। ਉਹ ਕਹਿੰਦੇ ਵੀ ਜਿਹੜੇ ਪਖੰਡ ਦਾ ਧਿਆਨ ਚੱਲ ਆਉਂਦੇ, ਕਹਿੰਦਾ ਸੀ ਤਿੰਨ ਲੋਕ ਸੋਚਦੇ ਹੈ, ਭਾਈ ਬਾਲਾ ਜੀ ਨੂੰ ਮਹਾਰਾਜ ਨੇ ਕਹਿਤਾ ਸੀ ਉਹ ਪਖੰਡ ਜਾ ਉਹਦੇ ਵਾਸਤੇ ਇਹਦਾ ਸਾਰਾ ਚੁੱਪ ਚੱਕ ਕੇ ਇਹਦੇ ਪਿੱਠ ਪਿੱਛੇ ਰੱਖ ਦੇ। ਉਹ ਜਦੋਂ ਰੱਖਿਆ ਤੇ ਅੱਖਾਂ ਹੀ ਖੁੱਲੀਆਂ ਨਾ ਦਿਸਿਆ, ਫਿਰ ਪਾਦੀ ਬਣ ਗਈ। ਮਹਾਰਾਜ ਕਹਿੰਦੇ ਵੀ ਹੁਣ ਤਾਂ ਤੂੰ ਧਿਆਨ ਲਾਈ ਬੈਠਾ ਸੀ ਅੱਖਾਂ ਵੱਲ, ਹੁਣ ਕੀ ਹੋ ਗਿਆ? ਕਹਿੰਦਾ ਕੀ ਦੱਸੀਏ ਜੀ, ਅੱਗੇ ਸਾਜੋ ਸਮਾਨ ਹੀ ਚੱਕ ਕੇ ਲੈ ਗਿਆ, ਭਗਵਾਨ ਹੀ ਚੁੱਕ ਗਿਆ ਪਿੱਛੇ ਸੰਦੂਖਰੀ ਰੁਪਈਆਂ ਵਾਲੀ। ਮਹਾਰਾਜ ਕਹਿੰਦੇ ਫਿਰ ਭਲਾ ਕੀ ਹੋ ਗਿਆ? ਧਿਆਨ ਲਾ ਤਿੰਨਾਂ ਲੋਕਾਂ ਤੋਂ ਤਾਂ ਨੀ ਬਾਹਰ ਕਦੇ ਚੌਂਕੀ ਭਗਵਾਨ ਤੇਰੇ ਗਏ ਹੋਣੇ, ਤਿੰਨਾਂ ਲੋਕਾਂ ਵਿੱਚ ਹੀ ਹੋਏ। ਫਿਰ ਸੱਚ ਬੋਲ ਪਿਆ ਵੀ ਮਾਰਾ ਕਿਹੜਾ ਤਿਆਰ, ਤੇਰੇ ਲੋਕ ਸੁਣਨੇ ਆ ਤਾਂ ਟੱਬਰ ਪਾਲਣ ਦਾ ਢੰਗ ਤਰੀਕਾ ਉਹ ਕੇ ਵੀ ਧਿਆਨ ਨਹੀਂ ਧਿਆਨ ਲਾਇਆ ਨੇ ਭਗਵਾਨ ਵਿੱਚ, ਕੋਈ ਪੈਸਾ ਤੇਲਾ ਮੱਥਾ ਟੇਕ ਜਾਂਦੇ ਆ, ਮੈਂ ਚੁੱਕ ਕੇ ਘਰੇ ਲੈ ਜਾਣਾ, ਉਹਦਾ ਰਾਸ਼ਨ ਪਾਣੀ ਹੋ ਜਾਂਦਾ। ਮਹਾਰਾਜ ਕਹਿੰਦੇ ਫਿਰ ਪਖੰਡ ਕਿਉਂ ਕਰਨਾ? ਜੇ ਤੂੰ ਅਸਲੀ ਰੂਪ ਦੇ ਵਿੱਚ ਧਿਆਨ ਲਾਵੇਂ ਘਰੇ ਬੈਠ ਕੇ ਤੇ ਫਿਰ ਨੀ ਕੋਈ ਮਿਲੂਗਾ। ਕਹਿੰਦੇ ਮਹਾਰਾਜ ਕਲਯੁਗ ਹੈ, ਇੱਥੇ ਪਖੰਡੀਆਂ ਨੂੰ ਪੂਜਦੇ, ਇੱਥੇ ਨੀ ਦੇਖਦੇ ਹੈ ਅਸਲੀ ਧਿਆਨ। ਮਹਾਰਾਜ ਕਹਿੰਦੇ ਵੀ ਠੀਕ ਹੈ, ਇਹ ਕਲਯੁਗੀ ਤਾਂ ਨਹੀਂ ਧਿਆਨ ਨੂੰ ਵੇਖਦੇ, ਉਹ ਜਿਹੜਾ ਕਲਯੁਗ ਦਾ ਮਾਲਕ ਹੈ ਉਹਨੂੰ ਤਾਂ ਪਤਾ ਹੈ ਨਾ, ਉਹ ਤਾਂ ਦੇਖਦਾ ਹੈ ਨਾ ਵੀ ਇਹਨੇ ਸਹੀ ਧਿਆਨ ਲਿਆ ਕਿ ਐਵੇਂ ਅੱਖਾਂ ਮੀਚੀਆਂ। ਕਹਿੰਦਾ ਮਹਾਰਾਜ ਫਿਰ ਪਰਿਵਾਰ ਨਹੀਂ ਭੁੱਲਣਾ ਹੈ। ਮਹਾਰਾਜ ਕਹਿੰਦੇ ਪਰਿਵਾਰ ਦਾ ਬੰਦੋਬਸਤ ਸੁਸਤੀ ਕਰ ਦਿੰਦੇ ਹਾਂ, ਪਰ ਐਂ ਅੱਖਾਂ ਜੀਆਂ ਨੇ ਬੈਠ ਕੇ ਬੰਦ ਕਰਕੇ ਬੈਠਿਆ ਕਰ, ਘਰੇ ਬੈਠ ਕੇ ਸਹੀ ਰੂਪ ਵਿੱਚ ਪਰਮੇਸ਼ਰ ਦਾ ਧਿਆਨ ਲਾ। ਆ ਇੱਥੇ ਜਿੱਥੇ ਤੂੰ ਬੈਠਾ ਨਾ ਰੋਜ਼ ਧਿਆਨ ਲਾਉਣਾ, ਅੱਖਾਂ ਬੰਦ ਕਰਨਾ, ਇੱਥੇ ਪਿੱਠ ਪਿੱਛੇ ਸੱਤ ਪਾਤਸ਼ਾਹ ਦੇ ਖਜ਼ਾਨਾ ਪਿਆ, ਕੱਢ ਲਾ ਲੈ ਲਾ। ਜਦੋਂ ਦੇਖਿਆ ਸੀ ਉਵੇਂ ਹੀ ਕਹਿੰਦਾ ਹੱਦ ਹੋ ਗਈ ਬਈ, ਇੱਥੇ ਰੋਜ਼ ਬੈਠਦੇ ਸੀ ਧਿਆਨ ਲਾ ਕੇ ਅੱਖਾਂ ਬੰਦ ਕਰਕੇ, ਆਹ ਆਏ ਆ ਸੱਤ ਪੁਰਸ਼,
ਮਹਾਰਾਜ ਦੇ ਚਰਨੀ ਪੈ ਗਿਆ ਵੀ ਤੁਸੀਂ ਤਾਂ ਮਹਾਰਾਜ ਰੱਬ ਹੀ ਆ ਗਏ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜੇ ਭਲਾ ਕੋਈ ਅੱਖਾਂ ਜਿਹੀਆਂ ਬੰਦ ਕੇ ਧਿਆਨ ਲਾ ਕੇ ਬਹਿ ਜੇ ਪਖੰਡ ਦਾ, ਤੇ ਫਿਰ ਉਹ ਕੋਈ ਕਹੇ ਵੀ ਅਸੀਂ ਬੜੇ ਧਿਆਨੀ ਆ ਜੀ, ਤੇ ਮਹਾਰਾਜ ਕਹਿੰਦੇ ਬਗਲਾ ਬ੍ਰਿਕ ਬਗਲਾ ਬਿੜਾਲ ਬ੍ਰਿਕ ਧਿਆਨ ਧਿਆਨੀ ਠਾਨੀਅਤ ਹੈ। ਜਿਹੜਾ ਬਗਲਾ ਹੈ ਉਹ ਵੀ ਕਹਿੰਦੇ ਅੱਖਾਂ ਬੰਦ ਕੇ ਧਿਆਨ ਲਾ ਹੀ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਬਿੜਾਲ ਕੀ ਇਹ ਬਿੱਲਾ ਹੈ, ਜਦੋਂ ਉਹਨੇ ਸ਼ਿਕਾਰ ਫੜਨਾ ਵੀ ਅੱਖਾਂ ਜੇ ਮੀਂਹ ਕੇ ਧਿਆਨ ਲਾ ਕੇ ਬਹਿ ਹੀ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਬਘਿਆੜ ਹੈ, ਜਦੋਂ ਉਹਨਾਂ ਕਹਿੰਦੇ ਸ਼ਿਕਾਰ ਕੋਈ ਮਾਣਾ ਮਾਰਨਾ ਹੋਵੇ, ਉਹ ਬਘਿਆੜ ਵੀ ਅੱਖਾਂ ਜੀਆਂ ਮਾਰ ਕੇ ਧਿਆਨ ਲਾ ਹੀ ਲੈਂਦਾ ਹੈ ਵੀ ਤੂੰ ਭਲਾ ਜੇ ਅੱਖਾਂ ਵਿੱਚ ਬਹਿ ਕੇ ਕੀ ਬਹਿ ਗਿਆ, ਫਿਰ ਤਾਂ ਤੇਰੇ ਨਾਲ ਵੱਡੇ ਧਿਆਨੀ ਆ। ਉਹ ਜੀਵ ਹੱਤਿਆ ਕਰਨ ਵਾਸਤੇ ਅੱਖਾਂ ਮੀਚ ਕੇ ਬਹਿੰਦੇ ਹੈ, ਉਹੀ ਹਾਲ ਤੇਰਾ, ਤੂੰ ਲੋਕਾਂ ਨੂੰ ਮੁਗਲਾਉਣ ਵਾਸਤੇ ਅੱਖਾਂ ਜੀਆਂ ਮੀਰ ਕੇ ਬਹਿੰਦਾ ਹੈ। ਇਸ ਕਰਕੇ ਦੋ ਪ੍ਰਸ਼ਾਦੇ ਛੱਕ ਕੇ ਪਰਮੇਸ਼ਰ ਦਾ ਭਜਨ ਸਿਮਰਨ ਭਾਈ ਕਰ, ਪਖੰਡ ਨਾ ਕਰਨਾ ਚਾਹੀਏ। ਜੇਤੇ ਵੱਡੇ ਗਿਆਨੀ ਤਨੋ ਜਾਨੀ ਪੈ ਬਖਾਨੀ ਨਾ ਹੈ। ਗੁਰੂ ਕਲਗੀਧਰ ਜੀ ਕਹਿੰਦੇ ਸਿੰਘੋ, ਜਿੰਨੇ ਵੱਡੇ ਵੱਡੇ ਵਿਆਸ ਵਰਗੇ ਉਹ ਗਿਆਨੀ ਗਿਆਨਵਾਨ ਹੋਏ ਗਿਆਨੀ ਹੋਏ ਹੈ, ਉਹਨਾਂ ਨੇ ਪਖੰਡ ਦੀ ਕਿਰਿਆ ਤਾਂ ਪਛਾਣੀ ਹੈ ਸਾਰੀ। ਉਹ ਵੀ ਆ ਪਖੰਡ ਇਹ ਆ ਵੀ ਪਖੰਡਾ ਵੀ ਦਿਖਾਵਾ ਹੈ, ਪਰ ਉਹਨਾਂ ਨੇ ਕਹਿੰਦੇ ਜਵਾਨ ਰਾਹੀਂ ਨਹੀਂ ਕਦਰ ਕੀਤਾ ਹੈ। ਉਹ ਸ਼ਕਤੀ ਵਿਰਤੀ ਕਰਕੇ ਤਾਂ ਉਹਨਾਂ ਨੇ ਨਹੀਂ ਕਿਹਾ ਹੈ, ਜਵਾਨ ਨਾਲ ਤਾਂ ਨਹੀਂ ਹੈ, ਲੱਖਣਾ ਵਿਰਤੀ ਕਰਕੇ ਕੋਈ ਢੰਗ ਤਰੀਕੇ ਨਾਲ ਕਹਿ ਦਿੱਤਾ ਹੈ। ਸੰਤ ਸ਼ਾਸਤਰਾਂ ਦੁਆਰਾ ਵੀ ਪਖੰਡ ਕਰਨਾ ਠੀਕ ਨਹੀਂ ਹੈ, ਸਿੱਧਾ ਕਿਹਾ ਹੈ। ਜਿੱਥੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਬਖਾਨੀ ਨਾ ਹੈ, ਜਿੰਨੇ ਜਿੰਨੇ ਵੱਡੇ ਵੱਡੇ ਗਿਆਨਵਾਨ ਹੋਏ ਵਿਆਸ ਵਰਗੇ, ਉਹਨਾਂ ਨੇ ਪਖੰਡ ਦੀ ਸਾਰੀ ਕਿਰਿਆ ਜਾਣੀ ਹੈ, ਸਮਝੀ ਹੈ, ਪਰ ਬੜੋ ਉਹਨਾਂ ਨੇ ਕਹਿੰਦੇ ਜਵਾਨ ਤੋਂ ਕਥਨ ਨਹੀਂ ਕੀਤੀ ਹੈ। ਜਿਨ੍ਹਾਂ ਨੇ ਕਹਿੰਦੇ ਕਥਨ ਕੀਤੀ ਉਹਨਾਂ ਨੇ ਜਾਣੀ ਵੀ ਕੁਝ ਨਹੀਂ ਹੈ। ਬਖਾਨੀ ਜਿਨ੍ਹਾਂ ਨੇ ਕਥਨੀ ਕੀਤੀ ਹੈ ਪੈ ਜਾਣੀ ਨਾ ਹੈ, ਅਰਸ ਵਾਸਤੇ ਉਹਨਾਂ ਨੇ ਜਾਣੀ ਕੁਛ ਨਹੀਂ ਹੈ। ਜਿੰਨੇ ਨਿੰਨੇ ਵੱਡੇ ਵੱਡੇ ਚੁੰਚ ਗਿਆਨੀ ਹੋਏ ਹੈ ਨਾ, ਆ ਨਿਰੀ ਜਵਾਨ ਤੋਂ ਕਹਿਣ ਵਾਲੇ ਤੋਂ ਅਥਾਰਟੀ ਕਰਨ ਵਾਲੇ ਹੈ, ਕਹਿੰਦੇ ਉਹਨਾਂ ਨੇ ਜਾਣੀ ਤਾਂ ਕੁਝ ਨਹੀਂ ਗੱਲ, ਪਰ ਬਖਾਨੀ ਬਹੁਤ ਕਿਹਾ ਬਹੁਤ ਕੁਛ ਹੈ ਜਵਾਨ ਤੋਂ। ਬਸ ਜਦੋਂ ਕੋਈ ਗੱਲਬਾਤ ਕਰਦੇ ਆ ਫਿਰ ਚੌਥੀ ਭੂਮਿਕਾ ਤੋਂ ਹੇਠਾਂ ਨਹੀਂ ਉਤਰਦੇ ਹੈ, ਇਸ ਤਾਂ ਅਗਲੇ ਨੂੰ ਕਥਾ ਕਰਨ ਵਾਲੇ ਸੁਣਨ ਵਾਲੇ ਸਰੋਤੇ ਨੂੰ ਉਹ ਪਤਾ ਲੱਗਦਾ ਵੀ ਇਹ ਤਾਂ ਬਹੁਤ ਉੱਚੀ ਅਵਸਥਾ ਦਾ ਮਾਲਕ ਹੈ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕੁਝ ਕਿਹਾ ਨਹੀਂ ਹੈ, ਬਾਕੀ ਜਿਹੜੇ ਚੁੰਚ ਗਿਆਨੀ ਜਿਨ੍ਹਾਂ ਨੇ ਜਾਣੇ ਕੁਝ ਨਹੀਂ, ਇਹਨਾਂ ਨੇ ਬਖਾਨੀ ਬਹੁਤ ਹੈ, ਕਥਨ ਬਹੁਤ ਕੀਤਾ ਹੈ, ਚੌਥੀਆਂ ਭੂਮਿਕਾ ਦੀਆਂ ਗੱਲਾਂ ਕਰ ਕਰਕੇ ਸੁਣਾਉਂਦੇ ਹਨ। ਐਸੇ ਨਾ ਪ੍ਰਪੰਚ ਮਨ ਭੂਲ ਆਨੀ ਕਰ ਜੀ ਕਹਿੰਦੇ ਸਿੰਘੋ, ਇਹੋ ਜਿਹਾ ਜਿਹੜਾ ਪ੍ਰਪੰਚ ਹੈ ਦਿਖਾਵਾ ਛਲ ਫਰੇਬ ਹੈ, ਜਾਣ ਵਿੱਚ ਕੇ ਤਾਂ ਕਹਿੰਦੇ ਮਨ ਵਿੱਚ ਕਹਿੰਦੇ ਭੁੱਲ ਕੇ ਵੀ ਨਹੀਂ ਲਿਆਉਣਾ ਚਾਹੀਦਾ, ਭੁੱਲ ਕੇ ਵੀ ਇਸ ਤਰ੍ਹਾਂ ਕਹਿੰਦੇ
ਇਹ ਪਖੰਡ ਜਿਹੜਾ ਨਹੀਂ ਕਰਨਾ ਚਾਹੀਦਾ, ਪਖੰਡ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ। ਭੂਮਕੇ ਬਸਈਆ ਤਾਹ ਭੂਚਰੀ ਕੇ ਜਈਆ ਕਹੈ। ਫਿਰ ਉਸੇ ਪ੍ਰਕਰਨ ਵਿੱਚ ਕਹਿੰਦੇ ਵੀ ਜਿਹੜੇ ਕੋਈ ਭੋਰੇ ਚ ਬਹਿ ਜਾਂਦੇ ਹੈ, ਵੀ ਜੇ ਉਹ ਭੋਰੇ ਚ ਬੈਠ ਕੇ ਨਾਮ ਜਪਣ ਫਿਰ ਤਾਂ ਕੋਈ ਪ੍ਰਾਪਤੀ ਹੈ, ਜਿਹੜਾ ਭੋਰੇ ਵਿੱਚ ਬਹਿ ਕੇ ਮਾਣ ਕਰਨ। ਜਿਹੜੇ ਧਰਤੀ ਵਿੱਚ ਭੋਰਾ ਜਾ ਵੱਟ ਕੇ ਬੈਠਣ ਵਾਲੇ ਹੈ ਤਾਂ ਇਹ ਪੂਜਰੀ ਕੋ ਜਈਆ ਕਹੇ, ਉਹਨਾਂ ਨੂੰ ਕਹਿੰਦੇ ਪੂਜਰੀ ਨੂੰ ਉਹ ਜਿਹੜੀ ਸਿਉਂਕ ਹੈ, ਜਾਂ ਇਹ ਕਹਿ ਦੇਣਾ ਚਾਹੀ, ਜਾਂ ਜਿਹੜੀ ਉਹ ਅਚਕ ਚੁੰਦਰ ਜੀ ਹੁੰਦੀ ਹੈ, ਇਹ ਵੀ ਧਰਤੀ ਵਿੱਚ ਹੀ ਬਹਿੰਦੀ ਹੁੰਦੀ ਹੈ, ਸਿਉਂਕ ਵੀ ਹੈ ਮਿੱਟੀ ਵਿੱਚ ਹੀ ਰਹਿੰਦੀ ਹੁੰਦੀ ਹੈ। ਕਹਿੰਦੇ ਉਹਨਾਂ ਨੂੰ ਫਿਰ ਕਹਿੰਦੇ ਸਿਉਂਕ ਕਹਿ ਦੇਣਾ ਚਾਹੀਦਾ, ਜਾਂ ਕਹਿੰਦੇ ਚਕਚੂੰਦਰ ਕਹਿ ਦੇਣਾ ਚਾਹੀਦਾ ਵੀ ਚਕਚੂੰਦਰ ਰਹਿੰਦੀ ਹੁੰਦੀ ਮਿੱਟੀ ਵਿੱਚ। ਨੱਬ ਕੇ ਉਡਈਆ ਸੋ ਚਿਰਈਆ ਕਹਿ ਬਖਾਨੀ ਹੈ। ਜਿਹੜੇ ਸਿੱਧੀ ਦੇ ਬਲ ਨਾਲ ਆਕਾਸ਼ ਵਿੱਚ ਉੱਡਦੇ ਉਹਨਾਂ ਨੂੰ ਕਹਿੰਦੇ ਬਸ ਚਿੜੀਆਂ ਕਹਿ ਦੇਣਾ ਚਾਹੀਦਾ, ਹੋਰ ਕੀ ਹੈ ਵੀ ਚਿੜੀਆਂ ਉੱਡੀਆਂ ਫਿਰਦੀਆਂ, ਇਹ ਚਿੜੀਆਂ ਵਾਂਗੂ ਮਨੁੱਖ ਉੱਡਿਆ ਫਿਰਦਾ। ਫਲ ਕੇ ਪਛਈਆ ਤਾਹ ਬਾਂਦਰੀ ਕੇ ਜਈਆ ਕਹੈ। ਜਿਹੜੇ ਕੋਈ ਨਿਰਾ ਫਲ ਫਲ ਖਾਣ ਵਾਲੇ ਲੋਕ ਉਹਨਾਂ ਦੇ ਤਾਂ ਹੀ ਕਹਿੰਦੇ ਹਨ ਵੀ ਜੇ ਫਲ ਖਾਣ ਦਾ ਸਨਮਾਨ ਕਰੇ ਮਰ ਕਰੇ ਤਾਂ ਇਹ ਬਾਂਦਰੀਆ ਕੋ ਜਈਆ ਕਹੈ। ਉਹਨਾਂ ਨੂੰ ਕਹਿੰਦੇ ਬਾਂਦਰੀ ਦਾ ਜਈਆ ਬੱਚਾ ਕਹਿ ਦੇਣਾ ਚਾਹੀਦਾ, ਬਾਂਦਰੀ ਦਾ ਬੱਚਾ ਕਹਿ ਦੇਣਾ ਚਾਹੀਦਾ, ਜਿਹੜਾ ਫਲ ਫੁਲ ਜਿਹਾ ਖਾਂਦਾ ਉਹੀ ਬਾਂਦਰੀ ਵੀ ਫਲ ਫੁਲ ਖਾਂਦੀ, ਉਹਦਾ ਬੱਚਾ ਵੀ ਫਲ ਫੁਲ ਹੀ ਖਾਂਦਾ ਹੈ। ਹਾਂ ਇਸ ਤਰ੍ਹਾਂ ਕਹਿੰਦੇ ਕੋਈ ਬਹੁਤੀ ਪ੍ਰਾਪਤੀ ਨਹੀਂ ਹੈ। ਆਦਿਸ ਫਿਰਈਆ ਤੇ ਤੋ ਭੂਤ ਕੈ ਪਛਾਣੀ ਹੈ। ਜੇ ਕੋਈ ਗੁਪਤ ਜਿਹਾ ਹੋ ਕੇ ਫਿਰਦਾ ਜਿਹਨੇ ਹਨੇਰੇ ਹਨੇਰੇ ਜੇ ਵੀ ਕਿਸੇ ਨੂੰ ਦਿਸੇ ਨਾ, ਉਹ ਕਹਿੰਦੇ ਵੀ ਅਸੀਂ ਮੱਥੇ ਨੀ ਕਿਸੇ ਲੈਣਾ ਹੈ, ਰਾਤ ਨੂੰ ਕੋਈ ਦਿਸਦਾ ਨੀ ਹੁੰਦਾ, ਉਦੋਂ ਅਸੀਂ ਫਿਰਦੇ ਤੁਰਦੇ ਹਾਂ, ਦਿਨੇ ਚਾਨਣੇ ਨੀ ਫਿਰਨਾ, ਗੁਪਤ ਹੋ ਕੇ ਫਿਰਨਾ, ਜਾਂ ਲੁਕ ਲੁਕ ਕੇ ਕਿਸੇ ਰਸ ਰੁਸ ਜਾਂ ਹੋਰ ਕੋਈ ਸਵਾਰੀ ਵਿੱਚ ਲੁਕ ਕੇ ਬਹਿਣਾ, ਮੂੰਹ ਨਾ ਦਿਖਾਉਣਾ, ਜਿਹੜਾ ਗੁਪਤ ਜਿਹਾ ਹੋ ਕੇ ਫਿਰਨ ਵਾਲਾ ਹੈ। ਵਾਲਾ ਕਹਿੰਦੇ ਤੂੰ ਤੋ ਭੂਤ ਕਹਿ ਪਛਾਣੀ ਹੈ, ਕਹਿੰਦੇ ਉਹਨੂੰ ਭੂਤ ਪਛਾਣ ਲੈਣਾ ਚਾਹੀਦਾ। ਭੂਤ ਵੀ ਘਰਾਂ ਵਿੱਚ ਗੁਪਤੀ ਹੋਏ ਫਿਰਦੇ ਹੁੰਦੇ ਆ, ਦਿਸਦੇ ਨਹੀਂ ਹੁੰਦੇ ਹੈ, ਹੁਣ ਜੇ ਲੁਕ ਕੇ ਫਿਰਦਾ ਹੈ ਤੇ ਸਮਝ ਲਓ ਤੂੰ ਵੀ ਭੂਤ ਹੀ ਫਿਰ ਰਿਹਾ ਹੈ। ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜਗ। ਜਿਹੜੇ ਕੋਈ ਜਲ ਧਾਰਾ ਜਾ ਕਰਨ ਵਾਲੇ ਪੋਹ ਮਾਘ ਦੇ ਮਹੀਨੇ ਵੀ ਅਸੀਂ ਤਾਂ ਠੰਡੇ ਪਾਣੀ ਵਿੱਚ ਬਹਿੰਦੇ ਤੇ ਠੰਡਾ ਪਾਣੀ ਸਿਰ ਵਿੱਚ ਪਵਾਉਂਦੇ ਹਾਂ, ਸਾਡੇ ਵਰਗਾ ਕੌਣ ਹੈ। ਜਲ ਕੇ ਤਰਈਆ ਜੇ ਪਾਣੀ ਦੇ ਉੱਪਰ ਤਰਨ ਵਾਲੇ ਹਨ, ਪਾਣੀ ਵਿੱਚ ਪਾਉਣ ਵਾਲੇ ਪਾਉਣ ਵਾਲੇ ਗੰਗੇਰੀ ਸੀ ਕਹਿਤ ਜਗ, ਉਹਨੂੰ ਸੰਸਾਰ ਦੇ ਵਿੱਚ ਗੰਗੇਰੀ ਵਰਗਾ ਕਹਿ ਦੇਣਾ ਚਾਹੀਦਾ। ਦੇਖੋ ਜਿਵੇਂ ਆ ਲੰਮੀਆਂ ਜਿਹੀਆਂ ਲੱਤਾਂ ਵਾਲਾ ਮੱਕੜੀ ਹੁੰਦੀ ਨਾ, ਇਹੋ ਜਿਹਾ ਇੱਕ ਕੀੜਾ ਜਿਹਾ ਹੁੰਦਾ ਬਹੁਤ ਲੰਮੀਆਂ ਲੰਮੀਆਂ ਵਾਲਾ ਲੱਤਾਂ ਵਾਲਾ, ਉਹ ਪਾਣੀ ਉੱਪਰ ਹੀ ਕਹਿੰਦੇ ਤਰਦਾ ਜਾਂਦਾ ਹੁੰਦਾ, ਉਹਨੂੰ ਗੰਗੇਰੀ ਵੀ ਕਹਿੰਦੇ, ਜਲ ਜੁਲਾਹਾ ਵੀ ਕਹਿੰਦੇ ਹਨ ਇਸਨੂੰ ਜਲ ਜੁਲਾਹਾ ਕਹਿ ਦੇਣਾ ਚਾਹੀਦਾ, ਜੇ ਗੰਗੇਰੀ ਕਹਿ ਦੇਣਾ ਚਾਹੀਦਾ ਹੈ। ਆਗ ਕੇ ਪਛਈਆ ਸੋ ਚਕੋਰ ਸਾਮ ਮਾਨੀ ਹੈ।
ਜਿਹੜੇ ਸੂਰਜ ਵੱਲੀ ਝਾਕੀ ਜਾਂਦੇ ਹੈ ਵੀ ਅਸੀਂ ਤ੍ਰਾਟਕ ਸਾਧਨ ਕਰਨ ਵਾਲੇ ਹਾਂ ਜੀ, ਸਾਡੇ ਵਰਗਾ ਕੌਣ ਹੈ? ਜਾਂ ਅੱਗ ਵਿੱਚ ਉਹ ਬੈਠਣ ਵਾਲੇ ਹੈ, ਅੱਗ ਖਾਣ ਵਾਲੇ, ਛਕਣ ਵਾਲੇ, ਅੱਗ ਧਾਰਨ ਵਾਲੇ ਹੈ, ਸੋ ਚਕੋਰ ਸਨਮਾਨੀ ਹੈ। ਕਹਿੰਦੇ ਉਹਨਾਂ ਨੂੰ ਚਕੋਰਾਂ ਦੇ ਸਮਾਨ ਮੰਨ ਲੈਣਾ ਚਾਹੀਦਾ। ਜਿਹੜੇ ਚਕੋਰ ਹੈ, ਜੋ ਸੂਰਜ ਚੜ੍ਹਦਾ ਉਹਦੇ ਬੰਨੀ ਪਤਾਲ ਲਾ ਕੇ, ਬਿਰਚੀ ਲਾ ਕੇ ਝਾਕੀ ਜਾਂਦੇ, ਜਿੰਨਾ ਚਿਰ ਸੂਰਜ ਛਿਪਦਾ ਨਹੀਂ ਉਨਾ ਚਿਰ ਉਹਨਾਂ ਦੀ ਨਿਗਾਹ ਚਕੋਰਾਂ ਦੀ ਉਧਰੋਂ ਨਹੀਂ ਹਟਦੀ ਹੈ। ਉਹਨਾਂ ਨੂੰ ਚਕੋਰਾਂ ਦੇ ਸਮਾਨ ਮੰਨ ਲੈਣਾ ਚਾਹੀਦਾ ਹੈ। ਸੂਰਜ ਸਵਈਆ ਤਾਹੇ ਕੌਲ ਕੀ ਵਡਾਈ ਦੇਤ। ਜੇ ਕੋਈ ਸੂਰਜ ਦੀ ਉਪਾਸ਼ਨਾ ਕਰਨ ਵਾਲਾ, ਸੂਰਜ ਦਾ ਧਿਆਨ ਲਾਉਣ ਵਾਲਾ ਹੈ, ਉਹਨੂੰ ਕਹਿੰਦੇ ਕਵਲ ਫੁੱਲ ਦੀ ਵਡਿਆਈ ਦੇ ਦੇਣੀ, ਉਹਨੂੰ ਕੌਲ ਫੁੱਲ ਕਹਿ ਦੇਣਾ ਚਾਹੀਦਾ ਹੈ। ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀ ਹੈ। ਜੇ ਕੋਈ ਚੰਦਰਮਾ ਨੂੰ ਦੇਵਤਾ ਜਾਣ ਕੇ ਉਹਦੀ ਸੇਵਾ ਭਗਤੀ ਕਰਦਾ ਹੈ, ਤਾਂ ਉਹਨੂੰ ਕਹਿੰਦੇ ਜਿਹੜੀ ਕਵੀ ਹੁੰਦੀ ਆ ਉਹ ਪਹਿਚਾਣ ਲੈਣਾ ਚਾਹੀਦਾ। ਨੀਲੋ ਫੋਰ ਹੁੰਦਾ ਹੈ, ਇਹਨੂੰ ਵੀ ਕਵੀ ਵੀ ਕਹਿ ਦਿੰਦੇ, ਨੀਲੋ ਫੋਰ ਵੀ ਕਹਿ ਦਿੰਦੇ ਹੈ। ਰਾਤ ਨੂੰ ਖਿੜਦੀ ਹੁੰਦੀ ਹੈ ਕਵੀ ਨੀਲੋ ਫੋਰ, ਇਸ ਤਰ੍ਹਾਂ ਨੂੰ ਨੀਲੋ ਫੋਰ ਕਹਿ ਦੇਣਾ ਚਾਹੀਦਾ, ਪਛਾਣ ਲੈਣਾ ਚਾਹੀਦਾ, ਹੋਰ ਕੁਝ ਨਹੀਂ ਹੈ। ਇਸ ਤਰ੍ਹਾਂ ਜਿਹੜਾ ਕੋਈ ਬਾਹਰਲਾ ਦਿਖਾਵਾ ਹੈ, ਪਰਮੇਸ਼ਰ ਦਾ ਭਜਨ ਸਿਮਰ ਨਹੀਂ ਕਰਦਾ, ਉਹ ਲੋਕ ਦਿਖਾਵੇ ਦੀ ਜਿਹੜੀ ਮਹਾਰਾਜ ਨੇ ਇਹਦੇ ਵਿੱਚ ਉਹ ਤਰਕ ਕੀਤੀ ਹੈ, ਜੇ ਕੋਈ ਕਰਦਾ ਹੈ ਕੋਈ ਉਹਨੂੰ ਬਹੁਤੀ ਪ੍ਰਾਪਤੀ ਨਹੀਂ ਹੈ। ਇਹ ਤਿੰਨ ਕਿੱਥੇ ਇੱਕ ਵਿੱਚ ਦੇ ਹੋ ਗਏ ਪੂਰੇ। ਅਗਲੇ ਕਵਿਤ ਵਿੱਚ ਜਿਵੇਂ ਗੁਰੂ ਕਲਗੀਧਰ ਜੀ ਨੇ ਕੋਈ ਲਫ਼ਜ਼ ਕਹੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਲਵਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜਗ, ਆਗ ਕੇ ਪਛਈਆ ਸੋ ਚਕੋਰ ਸਾਮ ਮਾਨੀ ਹੈ। ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ, ਚੰਦਰਮਾ ਸਿਵਈਆ ਕੋ ਕਵੀ ਕੈ ਪਹਿਚਾਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜੰ ਕੇ ਸਦਾ ਵਿਵੇਕ, ਅਪਰੰਪਰ ਹਰ ਹਰ ਹੈਪੀ ਹੋਵਨ ਹੇ ਸੰਤਾਂ ਕਾ ਸਦਾ ਸੰਗ, ਨਿਦਾਰਾਯਾਦਾਰ ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ।